ਅੜਿੱਲਾ ਇੰਦਰ ਉਪ ਇੰਦਰ ਦਿਨ ਇੰਦਰੈ ਜੌਣ ਸੰਘਾਰਿਓ ਜਿਹਨੇ ਇੰਦਰ ਦੇਵਤਿਆਂ ਦਾ ਰਾਜਾ ਮੰਨਦੇ ਨੇ ਵਿਸ਼ਨੂੰ ਦਾ ਅਵਤਾਰ ਮੰਨਦੇ ਨੇ ਇੰਦਰ ਨੂੰ ਵਿਸ਼ਨੂੰ ਔਰ ਇੰਦਰ ਇੱਕੋ ਹੀ ਸੈਂਸ ਵਿੱਚ ਆ ਜਾਂਦੇ ਨੇ ਜਿੱਥੇ ਬ੍ਰਾਹਮਣ ਤੁਧ ਨੂੰ ਈਸ਼ਰ ਵਰਮਾ ਦੇ ਵੀ ਕਿਹਾ ਈਸ਼ਰ ਉੱਥੇ ਇੰਦਰ ਵੀ ਕਹਿਤਾ ਬ੍ਰਾਹਮਣ ਤੁਧ ਨੂੰ ਇੰਦਰ ਇੰਦਰ ਆਸਣ ਬੈਠੇ ਦੇਵਤੇ ਅਦਰ ਨਾਲੇ ਰਾਜੇ ਦੀ ਸੈਂਸ ਵਿੱਚ ਰਾਜਾ ਵਿਸ਼ਨੂੰ ਵੀ ਹੈ ਰਾਜਾ ਇੰਦਰ ਵੀ ਹੈ ਵਿਸ਼ਨੂੰ ਦੇ ਅਵਤਾਰ ਬਣੇ ਗਏ ਨੇ ਵਿਸ਼ਨ ਤਾਂ ਅਸਲ ਜਨਮ ਲੈਂਦਾ ਹੀ ਨਹੀਂ ਵਿਸ਼ਨੂੰ ਤਾਂ ਉਹ ਵੀ ਮੰਨਦੇ ਨੇ ਜਨਮ ਨਹੀਂ ਲੈਂਦਾ ਅਸਲ 'ਚ ਵਿਸ਼ਨ ਜਿਹੜਾ ਆਪਣਾ ਅੰਤਰ ਆਤਮਾ ਉਹਨੂੰ ਇਹ ਕਹਿੰਦੇ ਨੇ ਵੀ ਉਹ ਜਨਮ ਕਿੱਥੇ ਲੈਂਦਾ ਉਹਦਾ ਅਵਤਾਰ ਉਹਦਾ ਮਨ ਉਹਦਾ ਧਿਆਨ ਮਾਇਆ 'ਚ ਆਇਆ ਹੋਇਆ ਧਿਆਨ ਉਹ ਤੋਂ ਪੈਦਾ ਹੋਇਆ ਜੋ ਪੈਦਾ ਹੋਵੇ ਉਹ ਤੋਂ ਪੈਦਾ ਹੋਵੇ ਉਹ ਅਵਤਾਰ ਮੰਨਿਆ ਜਾਂਦਾ ਅਵਤਰ ਆਏ ਕਹਾ ਤੁਮ ਕੀ ਨਾ ਕਹਿੰਦੇ ਜੇ ਤਾਂ ਜੀਵ ਨੂੰ ਕਿਹਾ ਕਹਿੰਦੇ ਤਾਂ ਅਵਤਾਰ ਧਾਰ ਕੇ ਕੀ ਕੀਤਾ ਕਬੀਰ ਕਹਿੰਦਾ ਹਰ ਕਾ ਨਾਮ ਨਾ ਕਾਹੂ ਲੀ ਨਾ ਹਰ ਕਾ ਨਾਮ ਤਾਂ ਲਿਆ ਨਹੀਂ ਜੇ ਮਿਲਦਾ ਹੋਵੇ ਤਾਂ ਨਹੀਂ ਲਿਆ ਹੁਣ ਇਹ ਹਰ ਕਾ ਨਾਮ ਹਰ ਹਰ ਕਹਿਣ ਨੂੰ ਹਰ ਕਾ ਨਾਮ ਹਰ ਕਾ ਨਾਮ ਉਹ ਉਚਾਰਨ ਕੀਤਾ ਲਿਆ ਨਹੀਂ ਹੈ ਲੈਣ ਦੇ ਨਾਲ ਕੁਛ ਪ੍ਰਾਪਤ ਹੁੰਦਾ ਜਿੱਥੇ ਪ੍ਰਾਪਤ ਨਹੀਂ ਹੁੰਦਾ ਲਿਆ ਕਿੱਥੇ ਇੱਥੋਂ ਇਹਨਾਂ ਨੇ ਭਾਸ਼ਾ ਨੂੰ ਮਿਸਯੂਜ਼ ਕੀਤਾ ਇੱਕ ਤਾਂ ਅਸੀਂ ਬੋਲਣਾ ਹਰ ਕਾ ਨਾਮ ਉਚਾਰਨ ਕਰਨਾ ਇੱਕ ਲੈਣਾ ਭਾਸ਼ਾ ਇੱਥੇ ਆ ਕੇ ਵਿਗਾੜਤੀ ਪ੍ਰਚਲਿਤ ਕਰਤਾ ਲੈਣਾ ਪ੍ਰਚਲਿਤ ਕਰਤਾ ਹੈ ਇਹ ਅਵਿਦਿਆ ਹੈ ਇਸ ਨੂੰ ਅਵਿਦਿਆ ਕਹਿੰਦੇ ਨੇ ਪੰਡਿਤ ਨੇ ਅਵਿਦਿਆ ਪੈਦਾ ਕੀਤੀ ਹੈ ਨਾਮ ਉਚਾਰਨ ਕਰਨ ਨੂੰ ਨਾਮ ਲੈਣਾ ਕਹਿਤਾ ਕਿਉਂਕਿ ਲੈਣਾ ਪ੍ਰਾਪਤ ਕਰਨਾ ਹੁੰਦਾ ਹਰ ਕਾ ਨਾਮ ਜੀ ਦੇ ਕੋਲ ਹੈ ਰਾਮ ਨਾਮ ਜੀ ਦੇ ਕੋਲ ਹੈ ਉਹਦੇ ਪੱਲੇ ਬੰਨਿਆ ਹੋਇਆ ਉਹਦੇ ਕੋਲ ਹੈ ਉਹ ਦਿਖਾ ਸਕਦਾ ਉਹ ਸਾਬਤ ਕਰ ਸਕਦਾ ਮੇਰੇ ਕੋਲ ਹੈਗਾ ਜਿਹੜੀ ਚੀਜ਼ ਅਸੀਂ ਸਾਬਤ ਨਹੀਂ ਕਰ ਸਕਦੇ ਸਾਡੇ ਕੋਲ ਹੈ ਨਹੀਂ ਹੈ ਕਿ ਤਾਂ ਸਾਬਤ ਕਰ ਤੇਰੇ ਕੋਲ ਹੈ ਅਸਲ ਦੇ ਵਿੱਚ ਇੱਥੋਂ ਹੀ ਬਲੈਕਮੇਲਿੰਗ ਸ਼ੁਰੂ ਹੋਈ ਹੋਈ ਹੈ ਧਰਮ 'ਚ ਬਲੈਕਮੇਲਿੰਗ ਸ਼ੁਰੂ ਹੋ ਗਈ ਇੱਥੇ ਇਹ ਕਿਹਨੇ ਕੀਤੀ ਹੈ ਇਹ ਕੀਤੀ ਹੈ ਰਾਜੇ ਨੇ ਪੰਡਿਤ ਨੇ ਜਾਂ ਪੰਡਿਤ ਨੂੰ ਬ੍ਰਾਹਮਣ ਨੂੰ ਪੰਡਿਤ ਬਣਾ ਲਿਆ ਵਿਦਵਾਨ ਰਾਜੇ ਨੇ ਰਾਜਾ ਨਹੀਂ ਨਾ ਚਾਹੁੰਦਾ ਵੀ ਗਿਆਨਵਾਨ ਲੋਕ ਹੋਣ ਲੋਕ ਗਿਆਨਵਾਨ ਹੋ ਗਏ ਰਾਜਾ ਹੋਵੇ ਮੂਰਖ ਫਿਰ ਗਿਆਨ ਵੀ ਇਹ ਜਿਹਾ ਜਿਹੜਾ ਏਕਤਾ ਪੈਦਾ ਕਰਦਾ ਸਾਰਿਆਂ 'ਚ ਕਰ ਦੇਵੇ ਪ੍ਰੇਮ ਪੈਦਾ ਏਕਤਾ ਪੈਦਾ ਕਰ ਦੇਵੇ ਜਿਹਦੇ ਨਾਲ ਵੀ ਰਾਜਾ ਕਰੇ ਧੱਕਾ ਉਹਦੇ ਗਲ ਪੈ ਜਾਣ ਸਾਰੇ ਇਕੱਠੇ ਹੋ ਕੇ ਵੀ ਤੂੰ ਕੌਣ ਹੋਣਾ ਉਹ ਧੱਕਾ ਕਰਨ ਵਾਲਾ ਅਤੇ ਰਾਜੇ ਨੂੰ ਤਾਂ ਰਾਜ ਨਹੀਂ ਕਰਨ ਦਿੰਦਾ ਗਿਆਨ ਇਹ ਗਿਆਨ ਦਾ ਗੱਲ ਵੀ ਤਾਂ ਹੀ ਖਿਲਾਫ ਨੇ ਇਹ ਤਾਂ ਹੀ ਨਹੀਂ ਇਹ ਗੱਲ ਆਉਣ ਦਿੰਦੇ ਅੱਗੇ ਉਹਨਾਂ ਨੇ ਕਰਨਾ ਰਾਜੇ ਨੇ ਰਾਜ ਕਰਨ ਨਹੀਂ ਦੇਣਾ ਰਾਜ ਕਿਹਦੇ 'ਤੇ ਕਰਨਾ ਜਿਹਦੇ 'ਤੇ ਰਾਜ ਕਰਨਾ ਉਹਨਾਂ ਦੀ ਏਕਤਾ ਹੋ ਜਾਣੀ ਹੈ ਜਿਹਨਾਂ 'ਤੇ ਰਾਜ ਕਰਨਾ ਜੇ ਉਹ ਇੱਕ ਨੇ ਉਹਨਾਂ 'ਤੇ ਰਾਜ ਕੌਣ ਕਰ ਲੂਗਾ ਜੇ ਕਰੂਗਾ ਉਹਨਾਂ ਦੀ ਮਰਜ਼ੀ ਮੁਤਾਬਕ ਕਰੂਗਾ ਰਾਜ ਕਰਦਾ ਇੱਕ
ਫੈਕਟਰੀ ਹੈ ਬਹੁਤ ਵੱਡੀ, ਉੱਥੇ ਮੈਨੇਜਰ ਹੈ, ਸਾਰੀ ਫੈਕਟਰੀ ਦੇ ਉੱਤੇ ਕੰਟਰੋਲ ਹੈ ਉਹਦਾ, ਰਾਜ ਕਰਦਾ, ਪਰ ਕਰਦਾ ਤਾਂ ਜਿਹੜਾ ਮਾਲਕ ਦੀ ਮਰਜ਼ੀ ਨਾਲ ਹੈ ਉਹ, ਜਿਹੜਾ ਫੈਕਟਰੀ ਦਾ ਮਾਲਕ ਉਹਦੀ ਮਰਜ਼ੀ ਨਾਲ ਕਰਦਾ ਕਿ ਆਪਣੀ ਮਰਜ਼ੀ ਨਾਲ ਕਰਦਾ, ਇਹੋ ਜਿਹੀ ਗੱਲ ਹੋਜੂ ਰਾਜਾ, ਮਾਲਕ ਦੀ ਮਰਜ਼ੀ ਨਾਲ ਕਰਨਾ ਜਿਹੜਾ ਕੰਮ ਉਹਦਾ ਨੌਕਰ ਹੁੰਦਾ, ਰਾਜਾ ਨਹੀਂ ਹੁੰਦਾ ਉਹ, ਚਾਹੇ ਕਿੱਡਾ ਹੀ ਅਫਸਰ ਹੋਵੇ, ਜੇ ਆਪਣੀ ਮਰਜ਼ੀ ਨਹੀਂ ਜਿੱਥੇ ਚੱਲਦੀ ਉੱਥੇ ਰਾਜਾ ਨਹੀਂ ਉੱਥੇ ਨੌਕਰ ਹੈ। ਇਹਨਾਂ ਰਾਜਿਆਂ ਦੀ ਵੀ ਨਹੀਂ ਆਪਣੀ ਮਰਜ਼ੀ ਚੱਲਦੀ, ਜੇ ਗੁਰਬਾਣੀ ਨੂੰ ਆਪਾਂ ਵਿਚਾਰੀਏ, ਗੁਰਮਤ ਅਨੁਸਾਰ ਵਿਚਾਰੀਏ, ਤਾਂ ਇੱਥੇ ਕਿਸੇ ਦੀ ਆਪਣੀ ਮਰਜ਼ੀ ਚੱਲਦੀ ਹੋਈ ਨਹੀਂ ਸੰਸਾਰ 'ਚ, ਪਾਣਾ ਚੱਲਦਾ ਪਰਮੇਸ਼ਰ ਦਾ। ਜਦੋਂ ਗੁਰਬਾਣੀ ਕਹਿੰਦੀ ਹੈ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਅਤੇ ਰਾਜਾ ਵੀ ਛਾਲਾਂ ਹੀ ਮਾਰਦਾ ਹੈ, ਤਾਂ ਜੋ ਕਰਤਾ ਕਰਦਾ ਹੁੰਦਾ ਉਹੀ ਹੈ, ਅਤੇ ਫਿਰ ਰਾਜਾ ਕੌਣ ਹੋਇਆ? ਰਾਜਾ ਹੋਣਾ, ਰਾਜਾ ਬਣਨਾ ਭੁਲੇਖਾ ਇੱਕ, ਬੜੇ ਬੜੇ ਆ ਜਿਹੜੇ ਤਾਂ ਹੀ ਤੱਕ ਤਾਂ ਰੋਜ਼ ਪਲਟ ਹੋਈ ਜਾਂਦੇ ਨੇ, ਰਾਜਾ ਮੰਨਦੇ ਨੇ ਫਿਰ ਦੂਏ ਦਿਨ ਕੀ ਹੁੰਦਾ, ਉਹ ਮੁਸ਼ਰਫ ਵਰਗੇ ਜੇਲ੍ਹ 'ਚ ਬੈਠੇ ਨੇ ਹੁਣ, ਉਹ ਚੱਲ ਜੇਲ੍ਹ 'ਚ ਨਹੀਂ, ਚਾਹੇ ਆਪਣੀ ਕੋਠੀ 'ਚ ਹੈ ਤਾਂ ਨਜ਼ਰਬੰਦ, ਕੇਸ ਤਾਂ ਚੱਲਦੇ ਹੀ ਨੇ, ਕੱਲ੍ਹ ਨੂੰ ਚਾਹੇ ਫਾਂਸੀ ਕਰ ਦੇਣ, ਮੁਲਜ਼ਮ ਹੈ ਅੱਜ, ਮੁਲਜ਼ਮ ਤਾਂ ਹੈ ਨਾ, ਰਾਜ ਕਿੱਥੇ ਗਿਆ? ਤਾਂ ਗੁਰਬਾਣੀ ਕਹਿੰਦੀ ਹੈ ਭੂਪਤ ਸਭ ਦਿਵਸ ਚਾਰ ਕੇ ਝੂਠੇ, ਬੜੀ ਸੱਟ ਲੱਗਦੀ ਹੈ, ਰਾਜਾ ਰਾਜ 'ਤੇ ਬੈਠਾ ਹੋਵੇ ਕੋਈ ਇਹ ਗੱਲ ਕਹਿ ਦੇਵੇ ਝੂਠੇ ਕਰਤ ਦਵਾਜਾ, ਇਹ ਗੱਲ ਪਬਲਿਕ ਦੇ ਵਿੱਚ ਕੋਈ ਪ੍ਰਚਾਰ ਦਾ ਹੋਵੇ ਰਾਜੇ ਦੇ ਰਾਜ 'ਚ, ਉਹਨੂੰ ਬਰਦਾਸ਼ਤ ਕਿਵੇਂ ਆਊ? ਉਹ ਤਾਂ ਬੇਇੱਜ਼ਤੀ ਹੈ। ਔਰ ਇੱਕ ਬਗਾਵਤ ਵੀ ਹੈ, ਉਹ ਇਹਨੂੰ ਬਗਾਵਤ ਕਹੂਗਾ, ਇਹ ਸੱਚ ਨੂੰ ਇਹ ਬਗਾਵਤ ਕਹਿੰਦੇ ਤੇ, ਜਦ ਗੁਰੂ ਤੇਗ ਬਹਾਦਰ ਜੀ ਇਹ ਪ੍ਰਚਾਰ ਕਰਦੇ ਸੀ ਤਾਂ ਉਹ ਕਹਿੰਦੇ ਬਾਗੀ ਬਣਾ ਰਿਹਾ ਪਬਲਿਕ ਨੂੰ, ਪੈ ਕਾਹੂ ਕੋ ਦੇਤ ਨਾ ਭਾਈ ਮਾਨ ਤਾਨ, ਜਿਹੜੀ ਗੱਲ ਕਹਿੰਦੇ ਸੀ ਉਹ ਕਹਿੰਦੇ ਤਾਂ ਡਰਦਾ ਹੀ ਨਹੀਂ ਹੈ ਰਾਜੇ ਤੋਂ ਵੀ ਨਹੀਂ ਡਰਦਾ, ਇਹ ਤਾਂ ਬਾਗੀ ਬਣਾ ਰਿਹਾ। ਸੱਚ ਦੇ ਪ੍ਰਚਾਰ ਨੂੰ ਬਗਾਵਤ ਮੰਨਦੀ ਹੈ ਸਰਕਾਰ, ਰਾਜਾ ਬਗਾਵਤ, ਜੇ ਤਾਂ ਰਾਜਾ ਹੋਵੇ ਮੂਰਖ ਤਾਂ ਉਹਦਾ ਬਗਾਵਤ ਮੰਨ ਲੈਂਦਾ, ਜੇ ਰਾਜਾ ਹੋਵੇ ਸਿਆਣਾ ਫਿਰ ਕਹਿੰਦਾ ਵੀ ਅਮਨ ਕਰਦਾ ਹੈ, ਮਿਲ ਜੁਲ ਕੇ ਰਹਿਣਾ ਰਾਜੇ ਦੀ ਮਜਬੂਰੀ ਹੈ, ਪਬਲਿਕ ਮਿਲ ਜੁਲ ਕੇ ਰਹੇ ਰਾਜੇ ਨੂੰ ਇਹ ਫਾਇਦਾ ਹੁੰਦਾ, ਪਰ ਉਹ ਦੂਏ ਚੱਕ ਦਿੰਦੇ ਨੇ ਥੱਲੇ ਵਾਲੇ, ਜਿਨ੍ਹਾਂ ਨੇ ਮਰਜ਼ੀ ਆਪਣੀ ਕਰਨੀ ਹੈ, ਕਰਪਟ ਅਫਸਰ ਉਹ ਚੱਕ ਦਿੰਦੇ ਨੇ ਵੀ ਇਹਦੀ ਜੇ ਇੱਜ਼ਤ ਹੋ ਗਈ ਸਾਡੀ ਨਹੀਂ ਰਹਿਣੀ, ਜੇ ਇਹਦੀ ਇੱਜ਼ਤ ਹੋ ਗਈ ਸਾਡੀ ਨਹੀਂ ਰਹਿਣੀ, ਸਾਡੀਆਂ ਛੋਟੀ ਛੋਟੀਆਂ ਗੱਲਾਂ ਅਸੀਂ ਕਿਤੇ ਵੀ ਆਪਣੀ ਮਰਜ਼ੀ ਨੇ ਧੱਕਾ ਨਹੀਂ ਕਰ ਸਕਣਾ, ਕਰਪਸ਼ਨ ਨਹੀਂ ਕਰ ਸਕਣੀ, ਉਹ ਟਾਈਟ ਜ਼ਿਆਦਾ ਹੋ ਜਾਂਦੇ ਨੇ, ਉਹ ਰੌਲਾ ਪਾਉਂਦੇ ਨੇ। ਹਾਂਜੀ, ਰੰਗ ਦੇ ਬਿਨਾ ਨਹੀਂ ਇੰਨਾ ਤਕਲੀਫ ਹੋਈ ਗੁਰੂ ਘਰ ਦੀ, ਤਕਲੀਫ ਹੋਈ ਹੈ ਬਾਈਧਾਰੀਆਂ ਨੂੰ, ਛੋਟੇ ਰਾਜਿਆਂ ਨੂੰ ਜਿਹੜੇ ਨੇੜੇ ਸੀ, ਜਿਹਦੇ ਖਿਲਾਫ਼ ਪ੍ਰਚਾਰ ਸੀ ਮੂਰਤੀ ਪੂਜਾ, ਹੁਣ ਐਡਾ ਪ੍ਰਚਾਰ ਮੂਰਤੀ ਪੂਜਾ ਦੇ ਖਿਲਾਫ਼ ਹੋਵੇ, ਇਹ ਸਾਰੇ ਪੱਥਰ ਪੂਜ ਸੀ, ਮੂਰਤੀ ਪੂਜਕ ਸੀ ਰਾਜੇ, ਦੇਖੋ ਨਾ ਸਾਰੇ ਆ ਪਹਾੜ ਦੇ ਵਿੱਚੇ ਨੇ ਦੇਵੀ ਦੇਵਤੇ ਬਣੇ ਹੋਏ ਹੋਏ, ਉਹ ਇਹਦੇ ਖਿਲਾਫ਼ ਨੇ, ਉਹਨਾਂ ਨੂੰ ਕਿਵੇਂ ਬਰਦਾਸ਼ਤ ਹੁੰਦੀ ਇਹ ਗੱਲ? ਇਸ ਕਰਕੇ ਉਹਨਾਂ ਨੇ ਇਕੱਠੇ ਹੋ ਕੇ ਗੋਲ ਬਣਾਇਆ, ਰਾਜੇ ਨੂੰ ਕਿਹਾ ਵੀ ਇਹਨੂੰ ਇੱਥੋਂ ਕੱਢੋ, ਸਾਡੇ ਰੋਜ਼ ਲੜਾਈ ਹੈ, ਧਰਮ ਦੇ ਇਸ ਤਰੀਕੇ ਨਾਲ ਖਿਲਾਫ਼ ਨਹੀਂ ਬੋਲਣ ਦੇਣਾ ਅਸੀਂ, ਚਲੋ ਉਹਨੇ ਕਿਹਾ ਪਰੇ ਹੋ ਜਾਓ ਤੁਸੀਂ, ਪ੍ਰਚਾਰ ਤਾਂ ਇਹੀ ਕਰੀ ਜਾਓ, ਇਹਨਾਂ ਦੇ ਪਰੇ ਹੋ ਕੇ ਕਰੀ ਜਾਓ, ਪ੍ਰਚਾਰ ਨੂੰ ਨਹੀਂ ਕਿਹਾ ਉਹਨਾਂ ਨੇ ਨਾ ਕਰੋ,
ਕਹਿੰਦਾ ਚਲੋ ਇਹਨਾਂ ਦੇ ਏਰੀਏ 'ਤੇ ਪਰੇ ਹੋ ਜਾਓ ਜੇ ਕਲੇਸ਼ ਪੈਂਦਾ ਹੈ, ਤੁਸੀਂ ਤਾਂ ਪ੍ਰਚਾਰ ਇਹ ਕਰਨਾ ਬਥੇਰਾ, ਆ ਦੱਖਣ ਜਾ ਜਾਓ, ਇੱਥੇ ਕਰੀ ਜਾਓ, ਦੱਖਣ ਦੇ ਲੋਕ ਮੰਨਦੇ ਨੇ। ਉਹਨਾਂ ਨੇ ਵੀ ਕਿਹਾ ਵੀ ਚਲੋ ਠੀਕ ਹੈ। ਪਹਿਲਾਂ ਉਹਨਾਂ ਨੂੰ ਇਹ ਸੀ ਵੀ ਸਾਨੂੰ ਇਹ 420 ਨਾ ਬਾਹਰ ਕਰਕੇ ਫਿਰ ਹਮਲਾ ਕਰਨਗੇ। ਜਦ ਔਰੰਗਜ਼ੇਬ ਨੇ ਪੂਰੀ ਤਸੱਲੀ ਦਵਾ ਦਿੱਤੀ ਤਾਂ ਉਹਨਾਂ ਨੇ ਛੱਡਣ ਮੰਨਿਆ ਕਿਲ੍ਹਾ, ਲੇਕਿਨ ਹਮਲਾ ਫਿਰ ਵੀ ਕਰਤਾ ਉਹਨਾਂ ਨੇ। ਹਾਲਾਂਕਿ ਔਰੰਗਜ਼ੇਬ ਨਹੀਂ ਸੀ ਚਾਹੁੰਦਾ ਹਮਲਾ, ਬਹਾਦਰ ਸ਼ਾਹ ਨੇ ਉਹ ਪੂਰਾ ਕੀਤਾ। ਫਿਰ ਬਹਾਦਰ ਸ਼ਾਹ ਨੇ ਚਾਹੇ ਗੁਪਤ ਕੀਤਾ, ਸਜ਼ਾ ਦਵਾਈ ਹੈ ਗੁਰੂ ਘਰ ਦੀ ਮਦਦ ਕਰਕੇ, ਕਿ ਉਹਨੂੰ ਪਤਾ ਸੀ, ਉਹਨੂੰ ਪਤਾ ਸੀ ਵੀ ਵੀ ਇਹ ਜੋ ਅਸੀਂ ਕੀਤਾ ਇਮਾਨਦਾਰੀ ਨਾਲ ਕੀਤਾ ਸੀ ਮੇਰੇ ਬਾਪ ਨੇ, ਇਹਨਾਂ ਲੋਕਾਂ ਨੇ ਸ਼ਰਾਰਤ ਕੀਤੀ, ਉਹਨੇ ਠੀਕ ਫੈਸਲਾ ਲਿਆ। ਮੁਗਲਾਂ ਨੇ ਬਥੇਰਾ ਵਧੀਆ ਰਾਜ ਕੀਤਾ, ਪਰ ਉਹ ਸਾਡੇ ਬੰਦੇ ਇੱਥੇ ਦੇ ਚੱਕ ਚਕਾਈ ਜਿਹੜੇ ਤੇ ਕੰਨ 'ਚ ਫੂਕ ਮਾਰਨ ਵਾਲੇ ਨਾ, ਚੁਗਲੀਆਂ ਕਰਨ ਵਾਲੇ, ਚੁਗਲ ਦੀ ਗੱਲ ਬਹੁਤ ਕੀਤੀ ਹੈ ਗੁਰਬਾਣੀ 'ਚ, ਚੁਗਲ ਉਹ ਹੈ, ਚੁਗਲ ਇਹੋ ਜਿਹੀਆਂ ਚੁਗਲੀਆਂ ਕਰਦੇ ਸੀ ਸਰਕਾਰ ਕੋਲ, CID ਦੀਆਂ ਰਿਪੋਰਟਾਂ ਭੇਜੀ ਜਾਣੀਆਂ ਗਲਤ, ਕੱਟੜਵਾਦੀ ਮੁਸਲਮਾਨ ਵੀ ਸੀ, ਉਹ ਰਲੇ ਹੋਏ ਸੀ ਆਪਸ ਵਿੱਚ। ਹਾਂਜੀ, ਇਹਨਾਂ ਦੇ ਗ੍ਰੰਥਾਂ ਵਿੱਚ ਇੰਦਰ ਉਪਿੰਦਰ, ਉਪਿੰਦਰ ਉਹ ਹੁੰਦਾ ਹੈ ਜਿਹੜਾ ਆਉਣ ਵਾਲਾ ਰਾਜਾ ਹੋਵੇ ਉਹਦੀ ਜਗ੍ਹਾ, ਉਪਿੰਦ ਜਿਵੇਂ ਆਪਣਾ ਡਿਪਟੀ ਚੀਫ ਮਿਨਿਸਟਰ ਹੁਣ ਬਾਦਲ ਦਾ ਮੁੰਡਾ ਬਣ ਗਿਆ, ਜੇ ਕੱਲ੍ਹ ਨੂੰ ਬਾਦਲ ਪਰੇ ਹੁੰਦਾ ਛੱਡਦਾ ਹੈ ਤਾਂ ਉਹ ਪਤਾ ਹੀ ਆ ਵੀ ਉਹ ਬਣੂਗਾ, ਐਂ ਉਪਿੰਦਰ ਹੁੰਦਾ ਹੈ ਇੰਦਰ ਤੋਂ ਛੋਟੀ ਪਦਵੀ ਵਾਲਾ, ਆਉਣ ਵਾਲਾ ਇੰਦਰ, ਆਉਣ ਵਾਲਾ ਰਾਜਾ ਉਪਿੰਦਰ ਦਿਨਿੰਦਰ ਹੁੰਦਾ ਉਹ ਜਿਹੜਾ ਆਮ ਲੋਕਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰੇ, ਦਿਨ ਚਾੜੇ ਰਾਤ ਦੇ ਵਿੱਚ ਦਿਨਿੰਦਰ, ਉਹਨੂੰ ਦਿਨਿੰਦਰ ਇਹ ਸੂਰਜ ਨੂੰ ਕਹਿਣ ਲੱਗ ਗਏ, ਸੂਰਜ ਨਹੀਂ ਦਿਨਿੰਦਰ ਹੈ, ਚਲੋ ਸੂਰਜ ਬਾਹਰਲਾ ਦਿਨਿੰਦਰ ਹੋਊਗਾ ਮੰਨ ਲੈਂਦੇ ਹਾਂ, ਵੀ ਬਾਹਰ ਦਿਨ ਚਾੜਦਾ ਹੈ ਪਰ ਜਿਹੜੀ ਅੰਦਰ ਅੰਧੇਰੀ ਰਾਤ ਆ ਉਹਦੇ 'ਚ ਦਿਨ ਕੌਣ ਕਰੂ, ਉਹ ਛੱਡਦਾ। ਪੰਡਿਤ ਨੇ ਅੰਦਰ ਦਿਨ ਚਾੜਨ ਵਾਲੀ ਦਿਲੇ ਅੰਧੇਰੀ ਰਾਤ ਵਾਲੀ ਗੱਲ ਛੱਡ ਕੇ ਬਾਹਰ ਵਾਲੀ ਰਾਤ ਲੈ ਲਈ ਇਹ ਪ੍ਰਚਾਰ ਦੀ, ਸਾਡੇ ਪਹਿਲੀ ਗੱਲ ਅੰਦਰਲੀ ਜਿਹੜੀ ਅਗਿਆਨਤਾ ਉਹਨੂੰ ਦੂਰ ਕਰਨ ਵਾਲੇ ਨੂੰ ਦਿਨਿੰਦਰ ਮੰਨਿਆ, ਦੂਏ ਨੰਬਰ 'ਤੇ ਬਾਹਰਲੇ ਨੂੰ ਮੰਨਦੇ ਹਾਂ। ਹੁਣ ਦਿਨਿੰਦਰ ਤਾਂ ਸੰਘਾਰਿਆ ਨਹੀਂ, ਉਹ ਤਾਂ ਉਹਨੇ ਪੈਦਾ ਕੀਤਾ, ਉਹ ਸੂਰਜ ਨੂੰ ਕਿਹਨੇ ਸੰਘਾਰਿਆ ਜੀ ਸਾਈ, ਉਹ ਤਾਂ ਹੁਣ ਵੀ ਹੈਗਾ, ਉਹ ਸੂਰਜ ਤਾਂ ਆਪ ਹੀ ਘਟੀ ਜਾਂਦਾ, ਇਹ ਤਾਂ ਆਪ ਹੀ ਘਟੀ ਜਾਂਦਾ, ਰੋਜ਼ ਜਿਉਂ ਜਿਉਂ ਐਟਮ ਟੁੱਟਦੇ ਨੇ ਛੋਟਾ ਹੋਈ ਜਾਂਦਾ, ਇਹ ਬੜਾ ਹੀ ਐਡਾ ਬਣਾਤਾ ਬਹੁਤ ਦੇਰ ਤੱਕ ਰਹੇ, ਆਕਾਰ ਐਡਾ ਬੜਾ ਬਣਾਤਾ ਵੀ ਛੇਤੀ ਖਤਮੇ ਨਾ ਹੋਵੇ, ਇਹ ਜੋ ਐਟਮ ਵੱਖਰੇ ਹੁੰਦੇ ਰਹਿੰਦੇ ਨੇ, ਹੀਟ ਔਰ ਲਾਈਟ ਦੋਵੇਂ ਪੈਦਾ ਹੁੰਦੇ ਰਹਿੰਦੇ ਨੇ, ਬਾਕੀ ਇਹਦੀ ਰੋਟੇਸ਼ਨ ਬਣੀ ਹੋਈ ਹੈ, ਉਹ ਕੁਦਰਤ ਨੇ ਆਪਣੇ ਸਿਸਟਮ ਨਾਲ ਬਣਾ ਕੇ ਰੱਖੀ ਹੋਈ ਹੈ, ਕਿਵੇਂ ਬਣਾ ਕੇ ਰੱਖੀ ਹੋਈ ਹੈ ਇਹ ਸਾਇੰਸਦਾਨਾਂ ਦਾ ਵਿਸ਼ਾ, ਇਹ ਲੱਭ ਲੈਣ, ਸਾਡਾ ਨਹੀਂ, ਕਿਵੇਂ ਹੈ ਕਿਉਂ ਹੈ ਇਹ ਕਿਉਂ ਔਰ ਕਿਵੇਂ ਦਾ ਜਵਾਬ ਸਾਇੰਸਦਾਨ ਆਪਣਾ ਲੱਭ ਲੈਣ, ਕਿਉਂ ਇਹ ਬਾਹਰ ਮਾਇਆ ਨੂੰ ਇਹੀ ਖੋਜਦੇ ਨੇ, ਇਹ ਸਾਡਾ ਵਿਸ਼ਾ ਨਹੀਂ ਹੈ, ਸਾਡਾ ਤਾਂ ਵਿਸ਼ਾ ਹੈਗਾ ਸਾਡੇ ਵਾਸਤੇ ਬਣਾਇਆ, ਜੇ ਸੂਰਜ ਨਾ ਹੋਵੇ ਜੀਵਨ ਨਹੀਂ ਰਹਿ ਸਕਦਾ, ਹੋ ਸਕਦਾ ਤਾਂ ਬਣਾਇਆ, ਜੀਵਨ ਨਹੀਂ ਹੋ ਸਕਦਾ ਜੇ ਸੂਰਜ ਨਾ ਹੋਵੇ,
ਕਰਤੇ ਪੁਰਖ ਨੇ ਬਣਾਇਆ, ਕਰਤੇ ਕਿਵੇਂ ਤਾਂ ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ। ਗੁਰਸੂਰਾ ਜਾਣਦਾ ਜ਼ਰੂਰ ਆ ਪਰ ਪ੍ਰੂਫ ਨਹੀਂ ਦੇ ਸਕਦਾ, ਇਸ ਕਰਕੇ ਉਹ ਗੁਪਤ ਹੈ ਗੁਰਸੂਰਾ, ਉਹ ਇਹ ਵੈਸੇ ਨਹੀਂ ਛੇੜਦਾ। ਜੇ ਉਹ ਦੱਸ ਦੇਵੇ ਉਹ ਕਹਿੰਦੇ ਆਹ ਕਿਉਂ ਆ, ਸੌ ਸਵਾਲ ਹੋਰ ਖੜਾ ਹੋਊ, ਉਹ ਕਹਿੰਦੇ ਤੁਸੀਂ ਆਪੇ ਲੱਭ ਲਓ, ਸਾਡਾ ਵਿਸ਼ਾ ਹੀ ਨਹੀਂ। ਹਾਂਜੀ, ਜੌਣ ਸੰਘਾਰੇ ਹੋ, ਜਿਹਨੇ ਸੰਘਾਰੇ ਨੇ, ਹੁਕਮ ਨੇ ਹੀ ਪੈਦਾ ਕੀਤੇ, ਹੁਕਮ ਨੇ ਸੰਘਾਰਦਾ, ਯਾਨੀ ਅਸਲ ਦੇ ਵਿੱਚ ਹੁਕਮ ਅੰਦਰਲੇ ਦਾ ਹੁਕਮ ਹੈ, ਚਿੱਤ ਦੀ ਗੱਲ ਹੈ ਇੱਥੇ, ਇਹਨੇ ਹੀ ਪੈਦਾ ਕੀਤੇ, ਜੋ ਪੈਦਾ ਕਰਦਾ ਉਹੀ ਸੰਘਾਰ ਕਰਦਾ, ਉਹਦੇ ਵੀ ਤਾਂ ਅੰਦਰ ਹੈਗਾ ਚਿੱਤ ਦਿਨੇਂਦਰ ਦੇ, ਉਹਦੇ ਅੰਦਰ ਨਹੀਂ ਹੈ। ਅਸਲ 'ਚ ਜਿਹਨੇ ਸੰਘਾਰਿਆ ਉਹ ਸੱਚਖੰਡ ਵਾਲਿਆਂ ਦਾ ਮਨ ਹੈ ਸਾਰਿਆਂ ਦਾ, ਜਿਹੜਾ ਸੱਚਖੰਡ ਵਾਲਿਆਂ ਦਾ ਮਨ ਹੈ ਸਾਡਾ ਚਿੱਤ ਹੈ, ਉਹਨਾਂ ਸਾਰਿਆਂ ਦਾ ਮਨ ਸ਼ੁੱਧ ਹੈ, ਸਾਡਾ ਚਿੱਤ ਸ਼ੁੱਧ ਹੈ, ਉਹਨਾਂ ਦਾ ਮਨ ਸਾਡਾ ਚਿੱਤ ਇੱਕ ਲਾਈਨ 'ਚ ਖੜੇ ਨੇ, ਤਾਂ ਹੀ ਨਹੀਂ ਨਾ ਮਾਇਆ ਚਾਹੁੰਦਾ ਚਿੱਤ, ਉਹ ਸ਼ੁੱਧ ਹੈ, ਸ਼ੁੱਧ ਪਾਸਾ ਜਿਹੜਾ ਹੈ ਮਨ ਦਾ ਉਹ ਪਿੱਛੇ ਹੀ ਹੈ, ਉਹਦੀ ਰਹਿ ਉਹਦੀ ਵੋਟ ਪਿੱਛੇ ਹੀ ਹੈ, ਅੱਧੇ ਮਨ ਦੀ ਵੋਟ ਤਾਂ ਪਰਮੇਸ਼ਰ ਦੇ ਮਨ, ਯਾਨੀ ਜਿਹੜੇ ਇੱਕ ਨੇ ਉਹਨਾਂ ਦੇ ਨਾਲ ਹੈ, ਅੱਧਾ ਮਨ ਕਮੀ ਕਰਕੇ ਮਾਇਆ ਦੇ ਵਿੱਚ, ਕਮੀ ਕਰਕੇ, ਉਹ ਕਮੀ ਹੈ ਨਾ ਉਹਦੇ 'ਚ, ਸੁੱਤਾ ਜਾਗਣਾ ਐਂ ਕਹਿ ਲਓ, ਜਾਂ ਗਿਆਨ ਅਗਿਆਨਤਾ ਹੈ, ਗਿਆਨ ਪੂਰਾ ਕਰਨਾ, ਉਹ ਵਜ੍ਹਾ ਹੈ ਕੋਈ। ਚੰਦਰ ਕੁਬੇਰ ਜਲ ਇੰਦਰ ਹੈ, ਇੰਦਰ ਹੈ, ਘੜੇ ਨੂੰ ਭਰਨ ਵਾਸਤੇ ਘੜੇ ਨੂੰ ਪਾਣੀ 'ਚ ਡੁੱਬਣਾ ਹੀ ਪੈਂਦਾ, ਜੇ ਪਾਣੀ 'ਚ ਡੁਬੋਵਾਂ ਇਹਨਾਂ ਘੜਾ ਭਰੂ ਕਿਵੇਂ, ਜੇ ਪਾਣੀ 'ਚੋਂ ਘੜਾ ਭਰਨਾ ਹੋਵੇ, ਕੋਈ ਹੋਰ ਭਾਂਡੇ 'ਚ ਪਾਣੀ ਨਾ ਹੋਵੇ ਸਾਡੇ ਕੋਲ, ਤਾਂ ਘੜੇ ਨੂੰ ਪਾਣੀ 'ਚ ਡੁਬਾਉਣਾ ਪੈਂਦਾ, ਇਸ ਕਰਕੇ ਘਾਟ ਹੈ ਜਿਹੜਾ ਸਾਡਾ ਹਿਰਦਾ ਘੜਾ, ਉਹ ਮਾਇਆ ਦੇ ਪਾਣੀ 'ਚ ਡੁਬੋਇਆ, ਪਾਣੀ ਦਾ ਬੁਲਬੁਲਾ ਹੀ ਆ ਸਰੀਰ, ਇਹ 'ਚ ਡੁਬੋਇਆ, ਹੁਣ ਦੀਂਦਾ ਨਹੀਂ, ਤਾਂ ਭਰ ਜੂਗਾ ਬਾਹਰ, ਕੱਢ ਲਾਂਗੇ ਮਾਇਆ ਤੇ, ਭਰੇ ਦੇ ਬਾਹਰ ਨਿਕਲੂਗਾ, ਜਾਂ ਗਿਆਨ ਪੂਰਾ ਹੋਜੂ, ਭਰਿਆ ਹੋਇਆ ਨਾ ਕਾਬੂ ਡੋਲਿਆ, ਕਬੀਰ ਕਹਿੰਦਾ ਨਹੀਂ, ਭਰਨ ਵਾਸਤੇ ਹੀ ਹੈ ਮਾਇਆ 'ਚ, ਜੂਨਾ ਭਰਨ ਵਾਸਤੇ ਹੀ ਨੇ। ਚੰਦਰ ਕੁਬੇਰ ਜਲ ਇੰਦਰ ਅਹਿੰਦਰ ਮਾਰਿਓ, ਚੰਦਰ ਚੰਦਰ ਮਨ, ਕੁਬੇਰ ਕੁਬੇਰ ਹੈ ਜਿਹਦੇ ਕੋਲ ਬਹੁਤ ਜ਼ਿਆਦਾ ਨਾਮ ਧਨ ਹੈ, ਗਿਆਨ ਧਨ ਹੈ, ਸੰਸਾਰੀ ਧਨ ਗਿਆਨ ਧਨ, ਕੁਬੇਰ ਕਹਿੰਦੇ ਇਹਨਾਂ ਨੂੰ, ਸਿਮਰਤ ਸ਼ਾਸਤਰ ਦਾ ਗਿਆਨ ਹੈ ਜਿਹਦੇ ਕੋਲ ਬਹੁਤ, ਹੋਰ ਕੁਬੇਰ ਹੈਗਾ ਇਹ, ਚਲ ਇੰਦਰ ਉਹ ਕੁਬੇਰ ਬਾਹਰਲੇ ਗਿਆਨ ਕੋਲ ਬਾਹਰਲੀ ਉਹ ਮਾਇਆ ਹੁੰਦੀ ਹੈ, ਕੁਬੇਰ ਕਹਿੰਦੇ ਜਿਹਦੇ ਕੋਲ ਬਾਹਰਲਾ ਧਨ ਹੋਵੇ, ਉਹ ਬਾਹਰਲਾ ਧਨ, ਅਸੀਂ ਦੋ ਚੀਜ਼ਾਂ ਨੂੰ ਬਾਹਰਲਾ ਧਨ ਲਵਾਂਗੇ, ਜਿਹੜਾ ਸੰਸਾਰੀ ਗਿਆਨ ਹੈ ਬਾਹਰਲਾ ਧਨ ਹੈ, ਸੰਸਾਰੀ ਗਿਆਨ ਹੈ ਉਹ ਕੁਬੇਰਾਂ ਕੋਲ ਹੁੰਦਾ, ਜਿਹਨਾਂ ਕੋਲ ਜ਼ਿਆਦਾ ਸੰਸਾਰੀ ਗਿਆਨ ਹੋਵੇ ਉਹਨੂੰ ਕੁਬੇਰ ਕਹਿੰਦੇ ਨੇ, ਮਾਇਆ ਵਾਲਾ ਪਰ ਹੋਵੇ ਉਹ ਕੁਬੇਰ ਨੇ, ਮਾਇਆਧਾਰੀ ਉਹ ਨੇ। ਜਲ ਇੰਦਰ ਅਹੰ ਇੰਦਰ ਮਾਰਿਓ, ਜਲ ਇੰਦਰ ਹੁੰਦੇ ਨੇ ਜਿਹੜੇ ਜਲ ਦੇ ਜੀਵ ਨੇ, ਜਿਵੇਂ ਮੱਛ ਅਵਤਾਰ, ਕੱਛ ਅਵਤਾਰ, ਜਦੋਂ ਸਾਰੀ ਸ੍ਰਿਸ਼ਟੀ ਖਤਮ ਹੋਣੀ ਉਹ ਵੀ ਤਾਂ ਮਾਰ ਦੇਣੇ ਨੇ, ਕਿੱਡੇ ਹੀ ਸ਼ਕਤੀਸ਼ਾਲੀ ਜੀਵ ਹੋਣ ਚਾਹੇ ਜਲ ਦੇ ਵਿੱਚ, ਸਭ ਉਹਨੇ ਸੰਘਾਰ ਦੇਣੇ ਨੇ ਹੁਕਮ ਨਾਲ। ਅਹੰ ਇੰਦਰ ਮਾਰਿਓ, ਅਹੰ ਇੰਦਰ, ਅਹੀ ਅਹੀ ਇੰਦਰ ਮਾਰਿਓ, ਹਾਂ ਅਹੀ ਹੁੰਦੇ ਨੇ ਸੱਪ ਨੂੰ ਕਹਿੰਦੇ ਨੇ, ਅਹੀ ਅਹੀ ਦਾ ਮਤਲਬ ਹੁੰਦਾ ਸੱਪ, ਸਮਝਿਆ ਨੀ, ਕਦਲੀ ਇੱਕ ਕਹਿੰਦੇ ਨੇ ਕੇਲੇ ਨੂੰ,
ਸਿਪ, ਇੱਕ ਸਿਪ ਹੁੰਦੀ ਹੈ, ਇੱਕ ਹੁੰਦਾ ਸੱਪ। ਕਦਲੀ ਸੀਪ ਭੁਜੰਗ ਮੁਖ ਸਵਾਤੀ ਏਕ ਗੁਣ ਤੀਨ। ਇੱਥੇ ਭੁਜੰਗ ਹੈ, ਇੱਥੇ ਅਹੀ ਮੁਖ ਗਏ ਤੋਂ ਵਿਸ਼ਵ ਹੈ ਸੰਗਤੀ ਕੇ ਫਲ ਤੀਨ। ਜੇ ਕੇਲੇ 'ਚ ਪੈ ਜਾਵੇ ਸਵਾਤੀ ਬੂੰਦ, ਉਹ 'ਚ ਕਪੂਰ ਪੈਦਾ ਹੋ ਜਾਂਦਾ। ਜੇ ਸਿਪ 'ਚ ਪੈ ਜਾਵੇ ਉਹ 'ਚ ਮੋਤੀ ਪੈਦਾ ਹੋ ਜਾਂਦਾ, ਪਰ ਜੇ ਸੱਪ 'ਚ ਮੂੰਹ 'ਚ ਪੈ ਜਾਵੇ ਜ਼ਹਿਰ ਪੈਦਾ ਹੋ ਜਾਂਦਾ। ਇਹ ਜਿਹੜੀ ਗੁਰਬਾਣੀ ਹੈ, ਜੇ ਸੱਪ ਦੇ ਮੂੰਹ 'ਚ ਪੈ ਜਾਵੇ ਜ਼ਹਿਰ ਪੈਦਾ ਹੋ ਜਾਂਦੀ ਹੈ, ਉਹ 'ਚ ਸਰੀਰ 'ਚ ਆਉਂਦਾ ਜ਼ਹਿਰ ਪੈਦਾ ਹੋਊਗੀ। ਇਹ ਰਿਐਕਸ਼ਨ ਕਰ ਦਿੰਦਾ ਗਿਆਨ, ਇਹ ਵੀ ਸਵਾਤੀ ਬੂੰਦ ਹੈ। ਪਰ ਜੇ ਕਹਿੰਦੇ ਹਿਰਦੇ 'ਚ ਪੈ ਜਾਵੇ, ਉਹਦੇ ਹੀਰੇ ਜਵਾਹਰਾਤ ਮੋਤੀ ਪੈਦਾ ਹੋ ਜਾਂਦੇ ਨੇ, ਮਤ ਵਿੱਚ ਰਤਨ ਜਵਾਹਰ ਪੈਦਾ ਹੋ ਜਾਂਦੇ ਨੇ। ਗੱਲ ਇਹ ਕਹੀ ਸੀ, ਬਾਹਰ ਕੋਈ ਸਵਾਤੀ ਬੂੰਦ ਨਹੀਂ ਹੁੰਦੀ। ਪਰ ਜੇ ਕੇਲੇ ਦੇ ਪੈ ਜਾਵੇ ਤਾਂ ਕਪੂਰ ਪੈਦਾ ਹੋ ਜਾਂਦਾ, ਖੁਸ਼ਬੂ ਪੈਦਾ ਹੋ ਜਾਂਦੀ ਹੈ ਕਪੂਰ। ਕੇਲੇ ਦੇ ਹੁੰਦਾ, ਕੇਲੇ ਦੇ ਕਿੱਥੇ ਪਊਗੀ? ਕੇਲੇ ਦੇ ਗੋਭ 'ਚ ਪਊਗੀ ਜਾ ਕੇ, ਸਿਪ ਦੇ ਅੰਦਰ ਹਿਰਦੇ 'ਚ ਪਊ। ਸਿਪ ਐਂ ਖੁੱਲ੍ਹੀ ਹੁੰਦੀ ਹੈ, ਕਹਿੰਦੇ ਜਾਂ ਪੈਂਦੀ ਐਂ ਬੰਦ ਹੋ ਜਾਂਦੀ ਹੈ। ਸਿਪ ਖੁੱਲ੍ਹੀ ਹੁੰਦੀ ਹੈ, ਜੇ ਉਹ 'ਚ ਬੂੰਦ ਪੈ ਜਾ ਜਦੋਂ ਸਿਪ ਬੰਦ ਹੋ ਜਾਂਦੀ ਹੈ ਤਾਂ ਉਹ 'ਚ ਮੋਤੀ ਬਣ ਜਾਂਦਾ। ਕੇਲਾ ਉੱਤੋਂ ਖੁੱਲ੍ਹਾ ਲੈਣ ਉੱਤੇ ਪੈ ਜਾਏ, ਜੇ ਕਿਸੇ ਦੇ ਦਿਮਾਗ 'ਚ ਪੈ ਜਾਏ, ਦਿਮਾਗ ਦੇ ਲੈਵਲ 'ਤੇ ਗੁਰਬਾਣੀ ਸਮਝ ਲਵੇ, ਫਿਰ ਉਹ ਕੁਬੇਰ ਤਾਂ ਨਹੀਂ ਬਣਦਾ, ਕਪੂਰ ਬਣ ਜਾਂਦਾ। ਕੁਬੇਰ ਨਹੀਂ ਬਣਦਾ, ਕਪੂਰ ਬਣ ਜਾਂਦਾ। ਉਹ ਕੌਣ ਸੀ? ਮੁਸਕੀਨ ਸੀ, ਚੰਗਾ ਸੀ, ਗੁਰਬਾਣੀ ਦੀਆਂ ਗੱਲਾਂ ਕਰਦਾ ਸੀ, ਪਰ ਸੱਚ ਨਹੀਂ ਸੀ ਕੋਲ, ਲੇਕਿਨ ਖੁਸ਼ਬੂ ਸੀ ਗੱਲਾਂ 'ਚ, ਗੱਲਾਂ 'ਚ ਦਮ ਸੀ, ਪਰ ਉਹ ਨਾਮ ਵਾਲੀ ਗੱਲ ਨਹੀਂ। ਉਹਨੇ ਮੰਨ ਵੀ ਲਿਆ ਵੀ ਨਾਮ ਦਾ ਰਸ ਮੈਨੂੰ ਆਇਆ ਨਹੀਂ। ਉਸ ਵੇਲੇ ਦੇ ਪ੍ਰਚਾਰਕਾਂ ਦੇ ਵਿੱਚ ਵਧੀਆ ਪ੍ਰਚਾਰਕ ਸੀ, ਆਮ ਲੋਕ ਮੰਨਦੇ ਨੇ ਹੁਣ ਤਾਂ ਕਪੂਰ ਸੀ ਉਹਦੇ ਵਿੱਚ, ਖਿੱਚ ਸੀ ਗੱਲਾਂ 'ਚ ਉਹਦੀਆਂ 'ਚ, ਪਰ ਉਹ ਗੱਲ ਨਹੀਂ ਸੀ। ਗੁਰਬਾਣੀ ਦਾ ਮੱਖਣ ਨਹੀਂ ਰੜਕੇ ਖੜਾ ਸਕਿਆ ਨਾ ਖਾ ਸਕਿਆ, ਇਹ ਉਹ ਮੰਨ ਵੀ ਗਿਆ ਵੀ ਮੱਖਣਾ ਟੇਸਟ ਮੈਨੂੰ ਨਹੀਂ ਆਇਆ, ਆਖਿਰ ਦੇ ਵਿੱਚ ਮੰਨ ਵੀ ਗਿਆ। ਫਿਰ ਥੋੜ੍ਹਾ ਜਿਹਾ ਉਹਦਾ ਧੰਦਾ ਵੀ ਸੀ, ਜਿਹੜੇ ਆਦਮੀ ਦਾ ਧੰਦਾ ਹੁੰਦਾ ਨਾ, ਉਹ ਫਿਰ ਬਹੁਤੀ ਗਾਹਾਂ ਨਹੀਂ ਕੋਸ਼ਿਸ਼ ਕਰਦਾ, ਉਹ ਜਿਹੜਾ ਕੁਛ ਕਹਿੰਦਾ ਸੀ ਉਹੀ ਕਹਿੰਦਾ ਰਿਹਾ ਸਾਰੀ ਜ਼ਿੰਦਗੀ, ਉਹਦੀਆਂ ਗੱਲਾਂ 'ਚ ਬਦਲਾਅ ਨਹੀਂ ਆਇਆ ਬਹੁਤਾ। ਨਹੀਂ ਤਾਂ ਰੋਜ਼ ਗਾਹਾਂ 'ਤੇ ਗਾਹਾਂ ਬਦਲਾਅ ਆਉਂਦਾ, ਗਾਹਾਂ 'ਤੇ ਗਾਹਾਂ ਸਮਝ ਆਉਂਦੀ ਹੈ, ਉਹ ਇੱਧਰ ਨੂੰ ਗਈ ਨਹੀਂ, ਸਟੈਂਡਰਡ ਉਹੀ ਰਿਹਾ ਉਹਦਾ ਗੱਲ ਕਰਨ ਦਾ, ਬਿਜ਼ਨਸ ਸੀ ਨਾ, ਕਪੂਰ ਹੀ ਰਿਹਾ ਬਸ। ਕਦਲੀ ਬਹਿ ਕਪੂਰ, ਅਹੀ ਮੁੱਖ ਬਹਿ ਤੋਂ ਗਏ ਤੋਂ ਵਿਸ਼ ਬਹਿ, ਹੁਣ ਅਹੀ ਮੁੱਖ ਕੌਣ ਹੈ? ਮਿਸ਼ਨਰੀ ਵਾਲੇ, ਮਿਸ਼ਨਰੀ ਵਾਲੇ ਅਹੀ ਮੁੱਖ ਨੇ, ਸੱਪਾਂ ਦੇ ਮੂੰਹ 'ਚ ਪੈ ਗਈ ਜ਼ਹਿਰ ਬਣ ਗਈ, ਗੁਰਬਾਣੀ ਤੋਂ ਹੀ ਖਿਲਾਫ ਹੋ ਗਏ, ਅੰਮ੍ਰਿਤ ਤੋਂ ਹੀ ਖਿਲਾਫ ਹੋ ਗਏ, ਆਹ ਬਾਣੀ ਪੜ੍ਹੀ, ਉਹ ਬਾਣੀ ਪੜ੍ਹੀ, ਉਹ ਨਹੀਂ ਪੜ੍ਹੀ, ਸਾਰਾ ਨਾਸੇ ਕਰਨ ਲੱਗ ਗਏ, ਡੰਗ ਮਾਰਿਆ, ਇਹਦੀ ਸਿੱਕੀ ਨੂੰ ਹੀ ਡੰਗ ਮਾਰਨ ਲੱਗ ਗਏ। ਇਹ ਮੈਂ ਸੰਤ ਨੇ, ਇਹ ਅਸੀਂ ਮੁੱਕ ਗਏ ਤੁਸ ਵਿਸ਼ਵ ਹੈ ਸੰਗਤੀ ਕੇ ਫਲ ਸੂਰ। ਇਹ ਤਾਂ ਹੈਗੀ ਬਾਹਰਲੀ ਪੰਕਤੀ ਕੱਚੀ ਬਾਣੀ ਦੀ, ਸਾਡੀ ਕੀ ਹੈ? ਨਿਰਮਲ ਬੂੰਦ ਆਕਾਸ਼ ਕੀ, ਕਬੀਰ ਨੇ ਕਿਹਾ
ਜਾਏ ਭਾਈ ਪੱਠ ਛਾਰ ਜੇ ਭੱਠੀ 'ਚ ਡਿੱਗੇ, ਜਿੱਥੇ ਭੱਠੀ ਅੰਦਰ ਤ੍ਰਿਸ਼ਨਾ ਉੱਥੇ ਉਹਨੇ ਕੀ ਕਰਨਾ। ਪਰ ਦੂਜੇ ਪਾਸੇ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਲਾਏ, ਜੇ ਧਰਤੀ ਹੈ ਭੁੱਖੀ ਹੈ ਧਰਤੀ, ਉਹਨੇ ਆਪਣੇ ਵਿੱਚ ਲਾ ਲਈ। ਲਾਖ ਸਿਆਣੇ ਪਚਮੂਏ ਨਾ ਨਿਰਵਾਰੀ ਜਾਏ, ਫਿਰ ਜਿੰਨੇ ਮਰਜ਼ੀ ਸਿਆਣੇ ਜੋ ਲਾ ਲੈਣ ਉਹਨੂੰ ਉਦੋਂ ਕੱਢ ਨਹੀਂ ਸਕਦੇ ਬਾਹਰ। ਜੇ ਗੁਰਮੁਖ ਦੇ ਗੁਰਸਿੱਖ ਦੇ ਕੰਨ 'ਚ ਗੱਲ ਪੈ ਜਾਏ ਉਹਨੂੰ ਨਹੀਂ ਦੂਆ ਹੁਣ ਪੱਥਰ ਪੂਜਾ ਵੱਲ ਲਾ ਸਕਦਾ, ਫਿਰ ਫਿਰ ਨਹੀਂ ਬਾਹਮਣ ਪੰਡਿਤ ਆਪਣੀ ਮਾਲਾ ਉਹਨੂੰ ਜਾਂ ਸੰਤ ਉਹਨੂੰ ਆਪਣੇ ਫਿਰ ਨਹੀਂ ਉਹ ਸੰਤ ਨੂੰ ਮੰਨਦਾ, ਫਿਰ ਨਹੀਂ ਉਹ ਕਿਸੇ ਕਬਰ ਨੂੰ ਮੰਨਦਾ। ਇਹੋ ਜਿਹੀਆਂ ਸਾਖੀਆਂ ਹੈ ਆਪਣੇ ਕੋਲ, ਅਨਪੜ੍ਹ ਸੀਗੇ ਜਿਨ੍ਹਾਂ ਦੇ ਕੰਨ 'ਚ ਗੱਲ ਪੈ ਗਈ, ਪਿਛਲੀ ਮੱਤ ਇੱਕਦਮ ਪਲਟ ਗਏ ਛੱਡ ਗਏ। ਆਪਣੇ ਕੋਲ ਗੁਰੂ ਅੰਗਦ ਲੈਣਾ ਹੈ ਹੀ, ਛੱਡ ਗਿਆ ਪਲਟ ਗਿਆ। ਜੋ ਲਾਹਟੇ ਨਾਲ ਦੇ ਨਹੀਂ ਮੰਨੇ, ਇਵੇਂ ਗੁਰੂ ਅਮਰਦਾਸ ਨੂੰ ਜੋ ਲਾਹਟ, ਜੇ ਉਹ ਨਹੀਂ ਮੰਨੇ ਤਾਂ ਇਹ ਵੀ ਨਹੀਂ ਮੰਨੇ ਉਹਨਾਂ ਦੀ ਗੱਲ। ਜੇ ਨਾਲ ਦਿਆਂ ਨੇ ਨਾ ਮਾਲਾ ਛੱਡੀ, ਸਾਰਾ ਟੋਲਾ ਆਇਆ ਨਾਲ, ਤਾਂ ਗਏ ਇਹ ਵੀ ਨਹੀਂ ਉਹਨਾਂ ਨਾਲ। ਉਹ ਇਹਨਾਂ ਨੂੰ ਵੀ ਨਹੀਂ ਹਿਲਾ ਸਕੇ ਆਪਣੇ ਅਕੀਦੇ ਤੋਂ, ਜੋ ਅਕੀਦਾ ਬਣ ਗਿਆ। ਇਹਨਾਂ ਨੂੰ ਲੋੜ ਇਸੇ ਦੀ ਮੂਤ ਦੀ ਸੀ, ਤਲਾਸ਼ ਸੀ, ਉਹ ਤਲਾਸ਼ ਨਹੀਂ ਸੀ, ਮਾਇਆਧਾਰੀ ਸੀ, ਉਹ ਸੱਪ ਸੀਗੇ। ਹਾਂਜੀ, ਪੂਰੀ ਚੌਦਹੂੰ ਚੱਕਰ ਜਵਨ ਸੁਣ ਲੀਜੀਆ। ਚੌਦਾਂ ਲੋਕਾਂ 'ਚ ਜਿਹੜੇ ਕਾਲ ਦਾ ਚੱਕਰ ਹੈ, ਚੌਦਾਂ ਲੋਕਾਂ 'ਚ ਜਿਹਦਾ ਜਨਮ ਮਰਨ ਭੇਜਿਆ ਹੋਇਆ, ਜਿਹਦਾ ਚੱਕਰ ਚਲਾਇਆ ਹੋਇਆ ਹੈ, ਸੁਣ ਲੀਜੀਆ। ਇਹ ਸੁਣ ਲੈ, ਚੌਦਾਂ ਹੁਕਮ ਹੁਕਮ ਆਵਾ ਜਾਏ, ਜੰਮਣ ਮਰਨਾ ਹੁਕਮ ਹੈ। ਜਿਹੜੇ ਹੁਕਮ ਦਾ ਚੌਦਾਂ ਲੋਕਾਂ 'ਚ ਚੱਕਰ ਹੈ, ਜਾਂ ਜਿਹੜੀ ਸ਼ਕਤੀ ਦਾ ਚੌਦਾਂ ਲੋਕਾਂ ਦੇ ਵਿੱਚ ਚੱਕਰ ਹੈ, ਚੌਦਾਂ ਹੀ ਲੋਕਾਂ 'ਚ, ਚੌਦਾਂ ਊ ਲੋਕ ਨੇ, ਚੌਦਾਂ ਮੰਨੇ ਹੋਏ ਦੇਸ਼ ਲੋਕ ਤਿੰਨੇ ਨੇ, ਚੌਦਾਂ ਲੋਕਾਂ, ਚੌਦਾਂ ਮਤਲਬ ਹੈ ਲੋਕਾਂ ਦੇ ਜੀਵਾਂ ਨੂੰ ਤਿੰਨਾਂ ਚੱਕਰਾਂ 'ਚ ਜੰਮਣ ਮਰਨ ਘੁਮਾਉਂਦਾ ਹੈ। ਉਹ ਨਮਸਕਾਰ ਤਾਹੀ ਕੋ ਗੁਰ ਕਰ ਕੀਜੀਐ, ਉਹਨੂੰ ਗੁਰਦੇਵ ਮੰਨ ਕੇ ਨਮਸਕਾਰ ਕਰੀਦੀ ਹੁੰਦੀ ਹੈ। ਉਹ ਕਿਹਦਾ ਹੁਕਮ ਹੈ? ਉਹ ਅੰਤਰਾਤਮਾ ਦਾ ਹੁਕਮ ਹੈ। ਅਸਲ 'ਚ ਹੁਕਮ ਉਹਦਾ ਨਹੀਂ, ਹੁਕਮ ਦਾ ਪਿਛਲੇ ਦਾ, ਉਹ ਹੁਕਮ ਹੀ ਬਣਦਾ, ਲਾਗੂ ਹੁਕਮ ਉਹ ਕਰਦਾ ਇਹਦੇ 'ਤੇ, ਲਾਗੂ ਉਹ ਕਰਦਾ ਇਹਦੇ 'ਤੇ ਹੁਕਮ। ਸਾਡੇ ਕੋਲ ਤਾਂ ਹੁਣ ਜਿਹੜਾ ਅਫਸਰ ਸਾਡੇ ਨੇੜੇ ਆ ਉਹੀ ਸਾਡੇ ਵਾਸਤੇ ਸਰਕਾਰ ਹੈ, ਪਬਲਿਕ ਦੇ ਨੇੜੇ ਆ ਜਿਹੜਾ ਅਫਸਰ ਪਬਲਿਕ ਵਾਸਤੇ ਤਾਂ ਉਹੀ ਸਰਕਾਰ ਹੈ। ਜੇ ਇਮਾਨਦਾਰੀ ਨਾਲ ਹੁਕਮ ਲਾਗੂ ਕਰਦਾ ਹੈ ਸਰਕਾਰ ਦਾ, ਸਰਕਾਰ ਹੀ ਹੈ ਫਿਰ। ਉਹ ਜਿੱਥੋਂ ਸਾਨੂੰ ਬਿਜਲੀ ਮਿਲਦੀ ਹੈ, ਚਾਹੇ ਪਾਵਰ ਹਾਊਸ ਤੋਂ ਆਉਂਦੀ ਹੈ, ਬਿਜਲੀ ਤਾਂ ਉਹੀ ਹੈ, ਹੁਕਮ ਤਾਂ ਉਹੀ ਹੈ। ਅਸੀਂ ਤਾਂ ਆਪਣੇ ਨੇੜੇ ਦੇ ਪੁਆਇੰਟ ਨੂੰ ਮੰਨਾਂਗੇ। ਹਾਂਜੀ, ਉਹ ਹੱਥ ਨੇ, ਇਹ ਅਫਸਰ ਸਰਕਾਰ ਦੇ ਹੱਥ ਹੁੰਦੇ ਨੇ, ਉਹ ਕਾਨੂੰਨ ਦੇ ਹੱਥ ਹੋਰ ਕੀ ਨੇ, ਅਫਸਰ ਹੀ ਨੇ ਕਾਨੂੰਨ ਦੇ ਹੱਥ। ਕਾਨੂੰਨ ਕੇ ਹੱਥ ਲੰਬੇ ਹੈ, ਉਹ ਲੰਬੇ ਹੱਥ ਹੋਰ ਕੀ ਨੇ, ਇਹ ਹੱਥੇ ਨੇ। ਦਿਜਬਾਚ ਚੌਪਈ ਬਹੁ ਵਿਧ ਵਿਪਰੇ ਕੋ ਸਮਝਾਇਓ, ਪੁਨ ਮਿਸਰੇ ਅਸ ਭਾਗ ਸੁਣਾਇਓ। ਬਥੇਰਾ ਮਿਸਰ ਨੂੰ ਤਰੀਕੇ ਸਮਝਾ ਲਿਆ,
ਬਹੁਤ ਤਰੀਕਿਆਂ ਨਾਲ ਮਿਸਲ ਨੂੰ ਉਹਨੇ ਸਮਝਾ ਲਿਆ ਲੜਕੀ ਨੇ, ਪਰ ਉਹਦੇ 'ਤੇ ਇੱਕ ਨਹੀਂ ਅਸਰ ਪਿਆ। ਅੱਗੋਂ ਬੋਲਿਆ ਮਿਸਰ ਪੁਨ ਮਿਸਰ ਆਇਆ ਸੁਭਾਗ ਸੁਣਾਇਓ। ਫਿਰ ਉਹਨੇ ਕੀ ਕਹਿ ਆ ਬੋਲਿਆ ਮਿਸਰ, ਕੀ ਬੋਲਿਆ? ਜੇ ਪਾਹਣ ਕੀ ਪੂਜਾ ਕਰਿਆ ਤਾਂ ਕਿ ਪਾਪ ਸਕਲ ਸ਼ਿਵ ਹਰ ਹੈ। ਕਹਿੰਦਾ ਜੇ ਪਾਹਣ ਦੀ ਪੂਜਾ ਕਰੀਏ ਸ਼ਿਵ ਸਾਰੇ ਪਾਪ ਹਰ ਦਿੰਦਾ ਉਹਦੇ, ਨਹੀਂ ਹਟਿਆ। ਦੇਖੋ ਮੂਰਖ ਤਾਂ ਮੂਰਖ ਸਮਝ ਲੈਂਦਾ ਜਿੰਨੀਆਂ ਦਲੀਲਾਂ ਦਿੱਤੀਆਂ ਉਹਨੇ, ਜਿੰਨੀਆਂ ਦਲੀਲਾਂ ਦਿੱਤੀਆਂ, ਪਰ ਉਹਦਾ ਧਰਮ ਹੈ ਵਿਰੋਧ ਕਰਨਾ। ਇਹ ਤਾਂ ਅਨਪੜ੍ਹ ਥੋੜ੍ਹੀ ਹੈ, ਇੱਕ ਬੱਚਾ ਕੁੜੀ ਹੈ, ਬਾਪ ਤੇ ਉਹਨੇ ਗੱਲ ਸੁਣੀ ਹੈ, ਇਹ ਮੰਨ ਗਈ, ਇਹ ਕਦੇ ਨਹੀਂ ਮੰਨ ਰਿਹਾ। ਉਹਦਾ ਪੇਸ਼ਾ ਹੈ ਬਈ, ਉਹ ਵਿਰੋਧ ਕਰਨਾ ਉਹਦਾ ਧਰਮ ਹੈ। ਇਹਨਾਂ ਦਾ ਸੱਚ ਧਰਮ ਦਾ ਵਿਰੋਧ ਕਰਨਾ ਹੀ ਧਰਮ ਹੈ ਇਹਨਾਂ ਲੋਕਾਂ ਦਾ। ਇਹਨਾਂ ਨੇ ਪੈਦਾ ਕੀਤਾ ਸ਼੍ਰੀ ਚੰਦ, ਇਹਨਾਂ ਨੇ ਵਿਪਰਾਂ ਨੇ, ਇਹਨਾਂ ਨੇ ਸਾਰੇ ਵਿਗਾੜੇ ਨੇ। ਦਾਤੂ ਹੋਵੇ, ਦਾਸੂ ਹੋਵੇ, ਸ਼੍ਰੀ ਚੰਦ ਹੋਵੇ, ਪ੍ਰਥੀਆ ਹੋਵੇ, ਇਹ ਮੇਰੀ ਹੋਵੇ, ਮੋਰੀ, ਸਾਰੇ ਉਹੀ ਵਿਗਾੜ, ਇਹਨਾਂ ਨੇ ਵਿਗਾੜੇ ਨੇ। ਕਿਉਂ ਇਹਨਾਂ ਦਾ ਧਰਮ ਸੀ, ਆਪਣੇ ਲੱਗੇ ਰਹੇ ਨੇ ਵੀ, ਉਹ ਜਾਗੂ ਸੀ, ਇਹ ਲਾਗੂ ਸੀ। ਜਿਹੜੇ ਜਾਗੂ ਸੀ, ਜਾਗਦੇ ਗੁਰੂ, ਉਹ ਤਾਂ ਜਗਾ ਰਹੇ ਸੀ, ਇਹ ਲਾਗੂ ਸੀ, ਇੰਜੈਕਸ਼ਨ ਲਾ ਕੇ ਸਲਾਹ ਰਹੇ ਸੀ। ਆਪਣੇ ਨਸ਼ੇ ਦੇ ਟੀਕੇ ਲਾਉਂਦੇ ਤੇ, ਮਾਇਆ ਦੇ ਨਸ਼ੇ ਦੇ ਟੀਕੇ ਲਾਉਂਦੇ ਸੀ ਇਹ, ਉਹ ਜਗਾ ਰਹੇ ਤੇ, ਸਲਾਹ ਰਹੇ ਤੇ। ਜੇ ਜਾਗ ਗਏ ਤਾਂ ਇਹਨਾਂ ਨੂੰ ਔਖਾ ਹੋਜੂ। ਜਿਹੜਾ ਜਾਗੂ ਆ ਉਹਦੇ ਨਾਲ ਲਾਗੂ ਜਿਹੜਾ ਹੁੰਦਾ ਨਾ, ਲਾਗੂ ਸ਼ਕਤੀਸ਼ਾਲੀ ਹੁੰਦਾ, ਉਹ ਬਾਜੀ ਲੈ ਜਾਂਦਾ। ਜਾਗੂ ਤਾਂ ਜਾਗਦਾ, ਮੈਂ ਚੋਰੀ ਕਰ ਨਹੀਂ ਦੇਣੀ। ਲਾਗੂ ਖੜਾ ਵੀ ਜਾ ਸਮਝੂ, ਮੈਂ ਜਾ ਚੋਰੀ ਕਰੂੰ, ਅਜਾ ਪਰੇ ਹੋਜੂ, ਲੱਗਿਆ ਰਿਹਾ, ਉਹ ਲੱਗਿਆ ਹੋਇਆ, ਇਹ ਲੱਗੇ ਰਹੇ ਨੇ, ਹੁਣ ਵੀ ਲੱਗੇ ਹੋਏ ਨੇ, ਉਹ ਬੈਠੇ ਨਹੀਂ। ਉਹ ਆਰ ਐੱਸ ਐੱਸ ਵਾਲੇ ਕਦੇ ਬੈਠੇ ਨੇ, ਕਿਉਂ ਬੈਠੇ ਨੇ? ਜਗ੍ਹਾ ਜਗ੍ਹਾ ਲਾਗੂ ਨੇ ਇਹ, ਇਹਨਾਂ ਦੇ ਏਜੰਟ ਨੇ, ਉਹੀ ਕੰਮ ਕਰ ਰਹੇ ਨੇ। ਮਿਸ਼ਨਰੀ ਵੀ, ਅਰ ਸੰਤ ਵੀ, ਅਰ ਐੱਸ ਜੀ ਪੀ ਸੀ ਵੀ, ਜਿਹੜਾ ਉਹ ਕਰ ਰਹੇ ਨੇ ਜੋ ਕੰਮ ਆਰ ਐੱਸ ਐੱਸ ਵਾਲੇ ਕਰ ਰਹੇ ਨੇ। ਨਹੀਂ ਆਰ ਐੱਸ ਐੱਸ ਨਾਲ ਦਾਲ ਕਿਵੇਂ ਗਲ ਗਈ? ਸਾਡੀ ਦਾਲ ਗਲ ਜੂਗੀ? ਪੜ੍ਹਨ ਨਾਲ ਦਾਲ ਨਹੀਂ ਗਲ ਰਹੀ ਗੁਰੂ ਘਰ ਦੀ, ਪਤੀ ਪਤਨੀ ਦਾ ਰਿਸ਼ਤਾ, ਆ ਦਾਲ ਹੀ ਨਹੀਂ ਗਲ ਰਹੀ ਸਾਡੀ। ਗੁਰਮਤਿ ਕੀ ਕਹਿੰਦੀ ਹੈ, ਪੰਡਿਤ ਕਿੱਥੇ ਗੜਾ, ਇਹਦੀ ਦਾਲ ਕਿਵੇਂ ਗਲ ਗਈ? ਬਾਦਲਾਂ ਦੀ ਦਾਲ ਕਿਵੇਂ ਗਲਦੀ ਹੈ? ਦਾਲ ਸਾਰੇ ਸਿਆਸਤਦਾਨਾਂ ਦੀ ਉਗਲ ਜੂਗੀ। ਕਾਂਗਰਸ ਵਾਲੇ ਨੇ, ਉਹਨਾਂ ਦਾ ਸਟੈਂਡ ਹੈ ਵੀ ਅਸੀਂ ਨਹੀਂ ਇਹਨਾਂ ਦੇ ਨਾਲ, ਚਾਹੇ ਉਹ ਆਪੋਜੀਸ਼ਨ ਵੀ ਚਲੇ ਗਏ। ਉਹਨਾਂ ਜਿੰਨੀਆਂ ਪਾਰਟੀਆਂ ਨੇ ਸਾਰਿਆਂ ਨੇ ਅਲਾਇੰਸ ਕਰ ਲਿਆ ਬੀਜੇਪੀ ਨਾਲ, ਉਹਨਾਂ ਨੇ ਨਹੀਂ ਕੀਤਾ। ਇਹ ਕਮਿਊਨਿਸਟਾਂ ਨੇ ਵੀ ਇੱਕ ਵਾਰ ਕਰ ਲਿਆ, ਜਾਂ ਜਨਤਾ ਪਾਰਟੀ ਬਣੀ ਹੈ, ਜਾਂ ਜਨਤਾ ਪਾਰਟੀ ਬਣੀ ਹੈ ਸਾਰੀ, ਕਮਿਊਨਿਸਟ ਵੀ ਵਿੱਚ ਆ ਲਏ, ਉਹ ਵੀ ਦਾਗੀ ਹੋ ਲਏ, ਸਾਰੇ ਹੋ ਲਏ, ਪਰ ਕਾਂਗਰਸ ਨਹੀਂ ਆਈ, ਉਹ ਨਹੀਂ ਆਈ। ਆਈ ਥਿੰਕ ਇਹ ਕਰੈਡਰ ਉਹਨੂੰ ਜਾਂਦਾ। ਹੋਰ ਕਮੀਆਂ ਹੋਣ ਕਾਂਗਰਸ ਦੇ ਵਿੱਚ, ਇਹਦਾ ਮਤਲਬ ਇਹ ਨਹੀਂ ਕਾਂਗਰਸ 'ਚ ਕੋਈ ਕਮੀ ਹੋ ਨਹੀਂ, ਪਰ ਇੱਕ ਗੱਲ ਦਾ ਤਾਂ ਸਟੈਂਡ ਹੈ, ਕੋਈ ਤਾਂ ਸਟੈਂਡ ਹੋਵੇ ਕਿਸੇ ਦਾ, ਚਾਹੇ ਆਪੋਜੀਸ਼ਨ ਚਲੇ ਗਏ, ਅੱਜ ਵੀ ਚਾਹੇ ਚਲੇ ਜਾਣ, ਉਹ ਨਹੀਂ ਕਦੇ ਮੰਨ ਸਕਦੇ। ਇਹ ਜਾਤੇ ਬਾਅਦ ਮੁਲਾਇਮ ਸਿੰਘ ਯਾਦਵ ਦੀ ਖੈਰ ਪਾਰਟੀ ਤਾਂ ਬਾਅਦ 'ਚ ਹੋਈ ਹੈ, ਪਰ ਚਰਨ ਸਿੰਘ ਤਾਂ ਆ ਗਿਆ ਸੀ ਨਾਲ, ਚਰਨ ਸਿੰਘ ਦਾ ਚੇਲਾ ਹੀ ਹੈ ਮੁਲਾਇਮ ਸਿੰਘ ਯਾਦਵ,
ਦੂਆ ਉਹਦਾ ਮੁੰਡਾ ਚਰਨ ਸਿੰਘ, ਉਹ ਵੀ ਆ ਰਿਹਾ ਇਹਨਾਂ ਨਾਲ, ਉਹ ਤਾਂ ਹੁਣ ਵੀ ਚਲੇ ਜਾਂਦਾ ਕਦੀ। ਯਾਦਵ ਨਹੀਂ ਆਇਆ, ਜਾਤੇ ਯਾਦਵ ਵੱਡ ਹੋਇਆ, ਇਹ ਨਹੀਂ ਆਇਆ। ਲਾਲੂ ਨਹੀਂ ਆਇਆ, ਨਾ ਉਹ ਆਵੇ, ਹੁਣ ਕਮਿਊਨਿਸਟ ਵੀ ਨਹੀਂ ਆਉਂਦੇ। ਸਮਝ ਗਏ ਉਹ ਵੀ ਨੁਕਸਾਨ ਹੋਇਆ ਸਾਡਾ, ਅਸੀਂ ਗਲਤੀ ਕੀਤੀ ਹੈ। ਆਪਣੇ ਆਪ ਨੂੰ ਜਿਹੜਾ ਉਹ ਸਮਝਦੇ ਨਾ ਵੀ ਅਸੀਂ ਤੀਸ ਮਾਰਕ ਹਾਂ, ਉਹ ਨਹੀਂ ਰਹੇ, ਉਹਨਾਂ ਦੀ ਕੱਟ ਕੇ ਕਾਂਗਰਸ ਲੈ ਗਈ ਉਹ ਗੱਲ, ਉਹ ਕ੍ਰੈਡਿਟ ਕਾਂਗਰਸ ਲੈ ਗਈ, ਉਹ ਹੁਣ ਪਛਤਾਈ ਜਾਣ। ਦੇਖੋ ਨਾ, ਗਲਤੀ ਕਰਕੇ ਆਦਮੀ ਪਛਤਾਈ ਜਾਵੇ ਫਿਰ ਤਾਂ ਕੋਈ ਗੱਲ ਨਹੀਂ। ਪਰ ਉਹ ਡੱਕੇ ਨਾਲ ਖਾ ਗਏ, ਉਂਗਲੀ ਨਾਲ ਨਹੀਂ ਖਾਧਾ, ਡੱਕੇ ਨਾਲ ਖਾ ਗਏ, ਖਾ ਤਾਂ ਗਏ ਨਾ ਸਾਰਿਆਂ 'ਚ ਰਲ ਕੇ ਰਲ ਗਏ। ਕਹਿੰਦੇ ਜੀ ਮਜਬੂਰੀ ਸੀ, ਉਦੋਂ ਸਾਰੇ ਸੀ ਵਿੱਚ, ਅਸੀਂ ਤਾਂ ਰਲਿਆ, ਪਰ ਰਲ ਤਾਂ ਗਏ ਨਾ। ਹਾਂਜੀ, ਜੇ ਨਰ ਸਾਲਿਗ੍ਰਾਮ ਕਹਿ ਧਿਆ ਹੈ ਤਾਂ ਕਿ ਸਗਲ ਪਾਪ ਕੋ ਛੈ ਹੈ। ਹੁਣ ਪੰਡਿਤ ਕਹਿੰਦਾ ਜਿਹੜਾ ਨਰ ਸਾਲਿਗ੍ਰਾਮ ਨੂੰ ਧਿਆਨ ਧਰਦਾ ਨਾ, ਜਿਵੇਂ ਉਹ ਆਪ ਧਰ ਰਿਹਾ, ਤਾਂ ਆਪਣੇ ਆਪ ਨੂੰ ਜਸਟੀਫਾਈ ਕਰ ਰਿਹਾ, ਅੱਗੇ ਝੂਠ ਬੋਲ ਰਿਹਾ। ਜਿਹੜਾ ਸਾਲਿਗ੍ਰਾਮ ਦਾ ਧਿਆਨ ਧਰਦਾ, ਉਹਦੇ ਸਾਰੇ ਪਾਪ ਹਰੇ ਜਾਂਦੇ ਨੇ, ਤਾਂ ਕਿ ਸਗਲ ਪਾਪ ਕੋ ਛੈ ਹੈ, ਪਾਪ ਖਤਮ ਹੋ ਜਾਂਦੇ ਨੇ। ਸਾਲਿਗ੍ਰਾਮ ਉਹਦੇ ਸਾਰੇ ਪਾਪ ਜਿਹੜੇ ਨੇ ਕੱਟ ਦਿੰਦਾ, ਨਾਸ ਕਰ ਦਿੰਦਾ। ਹਾਂ, ਜੋ ਇਹ ਛਾੜ ਅਵਰ ਕਰ ਧਿਆ ਹੈ ਤੇ ਨਰ ਮਹਾ ਨਰਕ ਮੈਂ ਜੈ ਹੈ। ਜਿਹੜੇ ਕਹਿੰਦੇ ਇਹਨੂੰ ਛੱਡ ਕੇ ਸਾਲਿਗ੍ਰਾਮ ਨੂੰ, ਹੋਰ ਕਿਸੇ ਦਾ ਧਿਆਨ ਧਰਦੇ ਨੇ, ਉਹ ਘੋਰ ਨਰਕ ਜਾਂਦੇ ਨੇ। ਉਹਨੇ ਨਰਕ ਕਹਿ ਦੀ, ਇਹਨੇ ਵੀ ਨਰਕ ਕਹਿਤਾ। ਹੁਣ ਇਹ ਡਰ ਪਾਇਆ ਹੋਇਆ ਲੋਕਾਂ ਨੂੰ ਸੀ, ਇਹ ਡਰ ਦਸਮ ਪਾਤਸ਼ਾਹ ਚੱਕ ਰਹੇ ਨੇ, ਉਹਨਾਂ ਦਾ ਪਾਇਆ ਹੋਇਆ। ਆਹ ਜਿਹੜਾ ਡਰ ਹੈ ਪੰਡਿਤ ਦਾ ਪਾਇਆ ਹੋਇਆ ਮੂਰਤੀ ਪੂਜਾ ਦਾ ਲੋਕਾਂ ਨੂੰ, ਪਬਲਿਕ ਨੂੰ, ਵੀ ਮੂਰਤੀ ਉਹ ਨਹੀਂ ਕਰਨਾ। ਜਦ ਇਹ ਡਰ ਚੱਕਿਆ ਗਿਆ ਨਾ ਡਰ, ਫਿਰ ਉਹ ਇੱਕ ਸਿੰਘ ਨੇ ਜਾ ਕੇ ਉਹਦਾ ਨੱਕ ਤੋੜਤਾ ਮੂਰਤੀ ਦਾ। ਉਹ ਗਲਤ ਕੰਮ ਕੀਤਾ, ਚਾਹੇ ਠੀਕ ਨਹੀਂ ਕੀਤਾ, ਉਹਨਾਂ ਨੇ ਨਹੀਂ ਕਿਹਾ ਵੀ ਨਾ ਇੱਦਾਂ ਕਰਿਓ, ਪਰ ਉਹ ਯਾਨੀ ਇੱਕ ਇਸ਼ਾਰਾ ਉੱਥੇ ਕਰਤਾ, ਇੱਕ ਯਾਨੀ ਉਹਨਾਂ ਨੂੰ ਮੈਸੇਜ ਦੇ ਦਿੱਤਾ ਵੀ ਹੁਣ ਜਿਹੜੇ ਬਹੁਤ ਹੀ ਨੀਚ ਹੀ ਨਾ ਤੁਸੀਂ ਸਮਝਦੇ, ਅਤੇ ਹੁਣ ਤੁਹਾਡੀ ਇਹ ਦੇਵੀ ਦੇ ਨੱਕ ਤੋੜ ਜੋਗੇ ਹੋ ਗਏ, ਅਸੀਂ ਸਾਨੂੰ ਸਮਝ ਆ ਗਈ, ਮੈਸੇਜ ਦਿੱਤਾ ਵੀ ਇਹ 'ਚ ਕੁਛ ਨਹੀਂ ਹੈ, ਜਿਹੜੀਆਂ ਤੁਸੀਂ ਸ਼ਕਤੀਆਂ ਕਹਿੰਦੇ ਹੋ ਇਹ 'ਚ ਕੁਛ ਨਹੀਂ, ਤਾਂ ਮੈਂ ਤੋੜਿਆ ਨੱਕ, ਮੇਰਾ ਵਿਗਾੜੇ ਕੀ ਵਿਗਾੜਦੀ ਹੈ। ਮੈਸੇਜ ਇਹ ਸੀ ਉਹਦਾ ਦੇਣ ਦਾ, ਪਰ ਉਹ ਵੈਸੇ ਠੀਕ ਨਹੀਂ ਸੀ, ਹਾਂ ਇਸ ਤਰ੍ਹਾਂ ਨਹੀਂ ਚਾਹੀਦਾ ਸੀ। ਜੇ ਨਰ ਕਛੂ ਧਨ ਵਿਪਰੈ ਦੈ ਹੈ ਅੱਗੇ ਮਾਂਗ ਦਸੋ ਗੁਣ ਲੈ ਹੈ। ਜੇ ਕਹਿੰਦਾ ਵਿਪਰਾ ਨੂੰ ਕੋਈ ਬ੍ਰਾਹਮਣ ਨੂੰ ਕੋਈ ਨਾ ਕੋਈ ਦਾਨ ਕਰਦਾ, ਕੋਈ ਧਨ ਦਿੰਦਾ ਹੈ, ਤਾਂ ਉਹਨੂੰ ਪ੍ਰਲੋਕ ਦੇ ਵਿੱਚ ਅੱਗੇ 10 ਗੁਣਾ ਮਿਲ ਜਾਂਦਾ ਹੈ, 10 ਗੁਣਾ ਗਾਹਾਂ ਮਿਲਦਾ। ਇਹ ਪ੍ਰਚਾਰਿਆ ਹੋਇਆ ਪਹਿਲਾਂ ਦੇ ਸੰਤ ਵੀ ਇਹ ਪ੍ਰਚਾਰ ਕਰਦੇ ਨੇ ਵੀ ਸਾਨੂੰ ਜੇ 100 ਰੁਪਈਆ ਦਊ ਅੱਗੇ 1000 ਮਿਲ ਜਾਣਾ। ਹਾਂ, ਇਹ ਦੇਖੋ ਉਹ ਇਹ ਗੱਲ ਕਹਿੰਦਾ, ਉਹ ਜਿਹੜੇ ਸਵੱਈਏ ਨੇ 3, ਇਹ ਗੱਲ ਪ੍ਰਚਲਿਤ ਹੈ, ਉਹ ਜਿਹੜੇ ਆਪਾਂ ਪੜ੍ਹ ਕੇ ਆਏ ਹਾਂ 3 ਸਵੱਈਏ, ਜੋ ਕੁਛ ਲੇਖ ਲਿਖਿਓ ਵਿਧਨ ਸੋ ਪਾਇਤ ਮਿਸਰ ਜੂ ਸੋ ਕਨ ਮਾਰੋ, ਮੇਰੋ ਕਛੂ ਅਪਰਾਧ ਨਹੀਂ ਗਏ ਯਾਦ ਤੇ ਭੂਲ ਨਾ ਕੋਪ ਚ ਤਾਰੋ। ਉਹ ਸਵੱਈਏ ਉਦਣ ਕੁਦਰਤੀ ਪੰਡਿਤ ਨੂੰ ਉਸ ਰੋਪਾ ਦੇਣਾ ਭੁੱਲ ਗਏ, ਭੰਗਾਣੀ ਸਾਹਿਬ ਦੇ ਜੁੱਤੇ ਬਾਅਦ ਗੋਪਾਲ ਮੋਚ ਨੇ
ਕਪਾਲ ਮੋਚਨ ਨਾਂ ਸੀ ਇਹਦਾ, ਕਪਾਲ ਮੋਚਨ ਕਹਿਣ ਲੱਗ ਗਏ ਸੀ। ਕਪਾਲ ਮੋਚਨ ਕਹਿੰਦੇ ਨੇ ਉਹਨੂੰ, ਕਪਾਲ ਮੋਚਨ ਨੂੰ ਕਿਉਂ ਕਹਿੰਦੇ ਨੇ, ਕਹਿੰਦੇ ਨੇ ਸ਼ਿਵਜੀ ਨੇ ਬ੍ਰਹਮਾ ਦਾ ਸਿਰ ਵੱਢਤਾ ਸੀ ਇੱਥੇ, ਉਹ ਤਰਸੂਲ ਨਾਲ ਸਿਰ ਵੱਢਿਆ ਸੀਗਾ ਅਤੇ ਉਹਦੇ ਤਰਸੂਲ ਉੱਥੇ ਕਲਸ ਲੱਗ ਗਈ ਹੱਥ 'ਤੇ ਕਲੰਕ, ਵੀ ਤਾਂ ਬ੍ਰਹਮ ਹੱਤਿਆ ਕੀਤੀ ਹੈ। ਉਹ ਕਲਸ ਨਹੀਂ ਸੀ ਲਹਿੰਦੀ, ਦਾਗ ਲੱਗ ਗਿਆ ਜਿੱਥੇ ਤਰਸੂਲ ਫੜਿਆ ਹੋਇਆ ਸੀ, ਕਿਤੇ ਦਾਗ ਨਹੀਂ ਲਿਆ। ਫਿਰ ਇਹ ਧਰਤੀ 'ਤੇ ਆ ਕੇ ਪਾਣੀ ਖੜ੍ਹਾ ਸੀ, ਜਦ ਇੱਥੇ ਆ ਕੇ ਉਹਨੇ ਹੱਥੋਂ ਪਾਣੀ 'ਚ ਪਾਇਆ ਛੱਪੜ 'ਚ, ਉਹ ਦਾਗ ਲੈ ਗਿਆ। ਸਮਝਿਆ ਨਹੀਂ, ਕਿਸੇ ਨੂੰ ਨਹੀਂ ਪਤਾ, ਦੱਸਿਆ ਨਹੀਂ। ਫਿਰ ਤੀਰਥ ਪ੍ਰਗਟ ਕਿਵੇਂ ਹੋਇਆ, ਦੇਖੋ ਸਾਖੀ ਕੀ ਹੈ ਸਾਰੀ ਕਪਾਲ ਮੋਚਨ ਦੀ। ਕਿਰਿਆ ਕਪਾਲ ਨਹੀਂ ਕਰਦੇ ਆਪਾਂ, ਸਿਰ ਯਾਨੀ ਸਿਰ ਜਿਹੜਾ ਹੈ ਇਹਨੂੰ ਕਪਾਲ ਕਹਿੰਦੇ ਨੇ, ਸਿਰ ਵੱਢਣ ਦਾ ਜਿਹੜਾ ਦੋਸ਼ ਹੈ ਉਹਦਾ ਮੋਚਨ ਹੋ ਜਾਂਦਾ, ਉਹਦੀ ਮਾਫੀ ਹੋ ਜਾਂਦੀ ਹੈ। ਇੱਥੇ ਕਤਲ ਦੀ ਮਾਫੀ ਹੁੰਦੀ ਹੈ ਸਿਰ ਵੱਢਣ ਦੀ, ਬ੍ਰਾਹਮਣ ਦਾ ਜਿਹਨੇ ਕਤਲ ਕੀਤਾ ਉਹਦਾ ਜਿਹੜਾ ਹੈ ਅਪਰਾਧ ਉਹਦਾ ਦਾਗ ਇੱਥੇ ਲੈ ਜਾਂਦਾ। ਤਾਂ ਇੱਕ ਬ੍ਰਾਹਮਣ ਸੀ, ਉਹਦੇ ਘਰ ਇੱਕ ਗਾਂ ਸੀ, ਇੱਕ ਗਾਂ ਦਾ ਬੱਚਾ ਸੀ। ਉਹ ਬਰਸਾਤ ਦਾ ਮਹੀਨਾ ਹੁੰਦਾ, ਘਾਹ ਬਾਹਰ ਹੁੰਦਾ ਹੀ ਹੈ, ਬਰਸਾਤ ਆਮ ਸੂਆ ਪੈਂਦਾ। ਉਹ ਬੱਚਾ ਜਦ ਜੰਮਦਾ ਬੜਾ ਤਕੜਾ ਹੁੰਦਾ, ਛੋਟਾ ਬੱਚਾ ਤਕੜਾ ਹੁੰਦਾ। ਪਹਿਲਾਂ ਦੋ ਚਾਰ ਦਸ ਦਿਨ ਦੁੱਧ ਵੀ ਨਹੀਂ ਪੀਣ ਵਾਲਾ ਹੁੰਦਾ, ਦੁੱਧ ਵੀ ਛੱਡੀ ਜਾਂਦੇ ਨੇ ਲੋਕ ਬੱਚੇ ਨੂੰ ਜ਼ਿਆਦਾ। ਜਿਉਂ ਜਿਉਂ ਫਿਰ ਲੇਟ ਹੁੰਦਾ ਫਿਰ ਦੁੱਧ ਬੱਚੇ ਨੂੰ ਘੱਟ ਛੱਡਣ ਲੱਗ ਜਾਂਦਾ, ਉਹ ਵੀ ਇਹ ਪੱਠੇ ਖਾਵੇ। ਹੁਣ ਪੱਠੇ ਬੱਚਾ ਖਾਂਦਾ ਨਹੀਂ, ਇਹਨੇ ਦੁੱਧ ਅਸੀਂ ਪੂਰਾ ਦਿੰਦੇ ਨਹੀਂ, ਉਹਦੀ ਸਿਹਤ ਡਾਊਨ ਹੋਣ ਲੱਗ ਜਾਂਦੀ। ਕਹਿੰਦੇ ਗਾਂ ਪੁੱਛਦੀ ਹੈ ਬੱਚੇ ਨੂੰ ਵੀ ਤੂੰ ਮਾੜਾ ਕਾਹਦੇ ਹੋਈ ਜਾਂਦਾ। ਉਹ ਕਹਿੰਦਾ ਅੱਜ ਦੁੱਧ ਤਾਂ ਸਾਰਾ ਭੰਡ ਚੋਲ ਲੈਂਦਾ, ਮੈਨੂੰ ਕਿਤੇ ਦੁੱਧ ਦਿੰਦਾ ਇਹ, ਇਹਦਾ ਸਾਰਾ ਇਹੀ ਚੋਲ ਲੈਂਦਾ, ਮੈਨੂੰ ਤਾਂ ਐਂ ਛੱਡ ਕੇ ਰੱਖਦਾ ਨਾਲ, ਦੁੱਧ ਨਹੀਂ ਮੈਨੂੰ ਚੁੰਘਣ ਦਿੰਦਾ ਸਾਰਾ, ਮੈਂ ਤਾਂ ਇਹ ਚੋਈ ਜਾਂਦਾ, ਮੈਂ ਤਨ ਚੁੰਘਦਾ, ਕਦੇ ਛਡਾ ਦਿੰਦਾ ਮੇਰਾ, ਕਦੇ ਫੜ ਲੈਂਦਾ ਮੈਂ ਮਾੜਾ ਮੋਟਾ, ਮੈਂ ਨਹੀਂ ਸਾਰਾ ਦੁੱਧ ਪੀਂਦਾ ਤੇਰਾ। ਅੱਛਾ, ਕਹਿੰਦੀ ਐਂ ਕਰਦਾ ਇਹ, ਅਤੇ ਗਊ ਮਾਤਾ ਇਹਦੀ ਕਰਦਾ ਕੀ ਹੈ। ਕਹਾਣੀ ਦੇਖੋ ਕੀ ਹੈ ਇਹ, ਬ੍ਰਹਮ ਗਿਆਨੀਆਂ ਦੀਆਂ ਵੀ ਕਹਾਣੀਆਂ ਲਿਖੀਆਂ ਹੋਈਆਂ ਨੇ, ਇਹ ਜਾਣ ਕੇ ਬ੍ਰਾਹਮਣਾਂ ਦੀਆਂ, ਇਹ ਬ੍ਰਾਹਮਣ ਦੀ ਕਹਾਣੀ ਬਣਾਈ ਹੋਈ ਹੈ ਵੀ ਪੰਡਿਤ ਐਂ ਕਰਦਾ, ਬ੍ਰਾਹਮਣ ਹੀ ਐਂ ਕਰ ਸਕਦਾ। ਜਿਹੜੇ ਇਹਨਾਂ ਦੇ ਧੜੇ ਦੇ ਬ੍ਰਾਹਮਣ ਨੇ ਨਾ, ਉਹਨਾਂ ਦੀ ਇਹਨਾਂ ਦੇ ਖਿਲਾਫ਼ ਵੀ ਕਹਾਣੀਆਂ ਬਹੁਤ ਬਣਾਈਆਂ ਹੋਈਆਂ ਨੇ, ਪਰ ਉਹ ਸਾਰੀਆਂ ਸੁਣਾਈ ਜਾਂਦੀ। ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਖਿਲਾਫ਼ ਕਿਹੜੀ ਹੈ, ਸਾਡੇ ਖਿਲਾਫ਼ ਕਿਹੜੀ ਹੈ, ਉਹ ਖਿਲਾਫ਼ ਕੀ ਹੈ, ਸਾਰੀਆਂ ਇਕੱਠੀਆਂ ਕਰੀਆਂ ਹੋਈਆਂ ਇਹਨਾਂ ਦੀਆਂ। ਉਹ ਕਹਿੰਦੀ ਐਂ ਕਰੀ, ਉਹ ਕੀ ਕਰਦਾ ਸੀ, ਘਾਹ ਫੂਸ ਵਧੀਆ ਘਾਹ ਕੱਟ ਕੇ ਤਿਆਰ ਕਰਕੇ ਰੱਖਦਾ ਤਾ, ਵੱਗ ਛੱਡ ਚੱਲਦੇ ਤੇ ਨਾ, ਵੱਗਾਂ ਦੇ ਵਿੱਚ ਡੰਗਰ ਚੁਗਣ ਜਾਂਦੇ ਸੀ, ਜਦ ਗਾਂ ਚੁੱਕ ਕੇ ਆਉਂਦੀ ਸੀ ਤਾਂ ਪੱਠੇ ਉਹ ਵੱਢ ਕੇ ਰੱਖੇ ਹੁੰਦੇ ਸੀ, ਉਹਦੇ ਘਾਹ ਵਧੀਆ ਵਧੀਆ, ਕਿਸੇ ਤੋਂ ਮੰਗਾ ਲੈਂਦਾ ਉਹ ਗਰੀਬ ਤੋਂ, ਉਹ ਉੱਥੇ ਪਿਆ ਹੁੰਦਾ ਸੀ, ਗਾਂ ਉਹਨੂੰ ਖਾਣ ਲੱਗ ਜਾਂਦੀ ਸੀ, ਰੱਸਾ ਗਾਂ ਦੇ ਵੀ ਨਹੀਂ ਸੀ ਪਾਉਂਦਾ ਉਹਨੇ ਪੱਠੇ ਖਾਣ ਲੱਗ ਜਾਣਾ,
ਉਹਨੇ ਬੱਛਾ ਛੱਡ ਦੇਣਾ, ਗਾਂ ਨੇ ਦੁੱਧ ਲਾ ਦੇਣਾ ਬੱਛਾ ਦੇਖ ਕੇ, ਉਹਨੇ ਜਦੋਂ ਚੋਣ ਲੱਗ ਜਾਣਾ ਨਾਲ। ਐਂ ਕਰਦਾ ਸੀ ਉਹ, ਕਹਿੰਦੇ ਜਦ ਮੈਂ ਆਊਂਗੀ ਨਾ ਤੇਰਾ ਵੀ ਰੱਸਾ ਖੁੱਲ੍ਹਾ ਹੋਊ, ਮੇਰੇ ਗਲ 'ਚ ਕੁਛ ਹੋਣਾ ਹੀ ਨਹੀਂ। ਰੱਸਾ ਖੋਲ੍ਹ ਕੇ ਛੱਡਦਾ ਸੀ ਨਾ। ਜਦ ਇਹ ਪੰਡਿਤ ਬੈਠੂਗਾ, ਮੈਂ ਕਹਿੰਦੇ ਸਿੰਘ ਸੀ ਤਿੱਖੇ ਸਿੱਧੇ, ਮੈਂ ਇਹਦੇ ਢਿੱਡ 'ਚ ਮਾਰੂੰਗੀ ਸਿੰਘ, ਇਹਨੂੰ ਕਰ ਦੂੰਗੀ ਪਾਰ, ਅਤੇ ਮੈਂ ਭੱਜੂ ਮੇਰੇ ਮਗਰੇ ਭੱਜੇ, ਇਹਨੂੰ ਮਾਰੇ ਦੇਵਾਂਗੇ ਆਪਾਂ ਪੰਡਿਤ ਨੂੰ ਜੇ ਐਂ ਕਰਦਾ। ਗਾਂ ਕਹਿ ਰਹੀ ਹੈ ਗੱਲ, ਉਹ ਕਹਿੰਦਾ ਨਾ ਮੈਂ ਨਹੀਂ ਇਹ ਕੰਮ ਕਰਨਾ, ਇਹ ਨਹੀਂ, ਇਹ ਮਾੜਾ ਕੰਮ ਹੈ। ਕਹਿੰਦੇ ਕਿਉਂ? ਕਹਿੰਦੇ ਬ੍ਰਹਮ ਹੱਤਿਆ ਦੋਸ਼ ਲੱਗ ਜੂ, ਆਪਾਂ ਖਬਰ ਹੈ ਕਿਹੜੇ ਜਨਮ ਦੇ ਮਾਰੇ ਪਹਿਲਾਂ ਜੂਨ 'ਚ ਪਏ ਹੋਏ ਹਾਂ ਪਸ਼ੂ ਦੀ 'ਚ, ਮੈਂ ਇੱਦਾਂ ਹੀ ਠੀਕ ਹਾਂ, ਇਹ ਕੰਮ ਨਹੀਂ ਕਰਨਾ, ਪੰਡਿਤ ਨਹੀਂ ਮਾਰਨਾ, ਦੇਖੋ ਬ੍ਰਾਹਮਣ ਨਹੀਂ ਮਾਰਨਾ। ਉਹ ਤਾਂ ਇਹ ਵੀ ਕਹਾਤਾ, ਐਨਰਜੀ ਵੀ ਮਿਲ ਗਈ ਬ੍ਰਹਮ ਹੱਤਿਆ ਨਹੀਂ ਕਰਨੀ, ਪਾਪ ਹੈ ਇਹ। ਉਹ ਕਹਿੰਦੀ ਮੈਨੂੰ ਪਤਾ ਪਾਪ ਲੈ ਜਾਂਦਾ ਇੱਥੇ। ਕਹਿੰਦੇ ਕਿੱਥੇ? ਕਹਿੰਦੀ ਜਿਹੜਾ ਛੱਪੜ ਹੈ ਉੱਪਰੇ 2 ਕਿਲੋਮੀਟਰ 'ਤੇ, ਉੱਥੇ ਬ੍ਰਹਮ ਹੱਤਿਆ ਦਾ ਦੋਸ਼ ਲਿਆ ਸੀ ਸ਼ਿਵਜੀ ਦਾ, ਮੈਨੂੰ ਪਤਾ, ਅਤੇ ਮੈਂ ਜਾਊਂਗੀ ਉਹਦੇ ਬੇਦੀ ਪਾਣੀ ਤੂੰ ਮੇਰੇ ਮਗਰੇ ਲੰਘ ਜੀ। ਉਹ ਕਹਿੰਦਾ ਠੀਕ ਹੈ, ਅਤੇ ਉਹੀ ਹੋਇਆ ਗਾਂ ਆਈ, ਪੰਡਿਤ ਗੜਬੀ ਲੈ ਕੇ ਆਇਆ, ਉਹਨੇ ਸਿੰਘਾਂ 'ਤੇ ਚੱਕ ਲਿਆ, ਪੰਡਿਤ ਥੱਲੇ ਉਹ ਸਿੰਘ ਢਿੱਡ ਦੇ ਵਿੱਚ ਧੱਸ ਗਏ, ਪੰਡਿਤ ਮਰ ਗਿਆ। ਮਰ ਗਿਆ ਕਿ ਸੁੱਟ ਕੇ ਚਲੇ ਗਏ, ਜ਼ਖਮੀ ਹੋਇਆ ਮਰਿਆ, ਉਹਨਾਂ ਨੇ ਕੀ ਲੈਣਾ ਸੀ। ਉਹ ਭੱਜ ਗਏ, ਭੱਜ ਗਏ ਅਤੇ ਵਿੱਚ ਦੀ ਲੰਘ ਗਏ। ਹਾਂ ਕਹਿੰਦਾ ਯਾਰ ਬੱਚੇ ਦਾ ਰੰਗ ਕਹਿੰਦੇ ਕਾਲਾ ਹੋ ਗਿਆ, ਪੰਡਿਤ ਮਰਦੀ ਸਾਰੇ ਕਾਲੇ ਹੋ ਗਏ ਉਹ ਚਿੱਟੇ ਤੋਂ, ਅਤੇ ਉਹ ਬਿਜਲੀ ਨਾ ਗਏ ਕਹਿੰਦੇ ਪਰੇ ਪਾਲੇ ਪਾਸੇ ਨਿਕਲੇ ਚਿੱਟੇ ਹੋ ਗਏ। ਇਹ ਤੀਰਥ ਦਾ ਨਾ ਕਪਾਲ ਮੋਚਨ ਹੈ, ਉੱਥੇ 11-12 ਸੁੱਭ ਗਏ, ਜ਼ਮੀਨ ਵੀ ਹੈ ਗੁਰੂ ਨਾਨਕ ਦਾ ਗੁਰਦੁਆਰਾ ਉੱਥੇ, ਉੱਥੇ ਗਏ ਨੇ। ਉੱਥੇ ਹੀ ਉਹ 1 ਸਾਲ ਸਾਡੀ ਉੱਥੇ ਲੱਗਿਆ ਸੀ ਪੜਾਅ, ਮੇਰਾ ਖਿਆਲ 64 ਦੀ ਗੱਲ ਹੈ ਸ਼ਾਇਦ, 1964 ਦੀ। ਉਹਦੇ ਸੰਤਾਂ ਨੇ ਕਪਾਲ ਮੋਚਨ ਦੀ ਉਹ ਕਥਾ ਕਰਤੀ ਉਸੇ ਦੀ, ਐਸੇ ਗੱਲ ਦੀ ਉੱਥੇ ਕਥਾ ਦੱਸਤੀ, ਅਤੇ ਨਾਲੇ ਉਹ ਭਗਾਣੀ ਸਾਹਿਬ ਦਾ ਗੱਲ ਕੀਤੀ ਸੀ, ਸਰੋਪਿਆਂ ਦੀ ਬੈਕਗਰਾਊਂਡ ਦੱਸਤੀ, ਜਿਵੇਂ ਮੈਂ ਦੱਸਦਾ, ਕਿਉਂਕਿ ਕਪਾਲ ਮੋਚਨ ਦੀ ਬੈਕਗਰਾਊਂਡ ਦਾ ਜੇ ਪਤਾ ਨਾ ਹੋਵੇ, ਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ, ਹਿੰਦੂਆਂ ਨੂੰ ਪਤਾ। ਉੱਥੇ ਆ ਗਏ ਤੇ ਭਗਾਣੀ ਸਾਹਿਬ ਦੇ ਜੰਗ ਤੋਂ ਬਾਅਦ ਪੌਂਡਾ ਸਾਹਿਬ ਛੱਡ ਕੇ, ਇਹਦੇ ਨਾਲੇ ਸਨੌਰਾ, ਸਨੌਰੇ ਦੇ ਵਿੱਚ ਆਪਣਾ ਬੁੱਧੂ ਸ਼ਾਹ ਸੀ, ਇਸ ਏਰੀਏ 'ਚ ਬਾਈਧਾਰੀਆਂ ਨਹੀਂ ਸੀ ਆ ਸਕਦੇ, ਨਹਾਉਣ ਵਾਲਾ ਰਾਜਾ ਸੀ ਨੇੜੇ ਪੈਂਦਾ, ਉਹਨੇ ਕੀ ਆਉਣਾ? ਨਹਾਉਣ ਵਾਲੇ ਰਾਜ ਤਾਂ ਨਾਲੇ ਮਦਦ ਦੇ ਗਏ ਸੀ, ਇਹ ਨਹਾਉਣ ਵਾਲੇ ਰਾਜੇ ਦੀ ਤਾਂ ਮਦਦ ਦੇ ਗਏ ਸੀ, ਉਹਦਾ ਵੀ ਏਰੀਆ ਤਾਂ ਛੱਡਿਆ ਵੀ ਤੇਰੇ ਨਾਲ ਗੁੱਸੇ ਨਾ ਹੋ ਜਾਣੇ ਰਾਜੇ, ਤੇਰੇ ਨਾਲ ਹੁਣ ਜ਼ਿਆਦਾ ਨਾ ਕਰਨ, ਅਸੀਂ ਪਰੇ ਚਲੇ ਜਾਂਦੇ, ਤੇਰੇ ਰਾਜ 'ਤੇ ਪਰੇ ਚਲੇ ਜਾਂਦੇ ਜਾਣ ਕੇ। ਉੱਥੇ ਪੰਡਿਤ ਨੂੰ ਭੁੱਲ ਗਏ ਜਾਂ ਸਰੋਪਾ ਦੇਣਾ, ਤਾਂ ਪੰਡਿਤ ਅਤੇ ਸਰੋਪੇ ਦਿੰਦੇ ਰਹੇ, ਪੰਡਿਤ ਨਿਗਾਹ ਚਲੀ ਗਈ ਗੁੱਸੇ ਹੋਇਆ ਬੈਠ ਦੇਖਿਆ ਪੰਡਿਤ। ਉੱਥੇ ਫਿਰ ਕਿਹਾ ਸੀ ਬਈ ਮੈਂ ਜਾਣ ਕੇ ਨਹੀਂ ਬੋਲਿਆ, ਕੁਦਰਤ ਜਾਣ ਕੇ ਨਹੀਂ ਤੈਨੂੰ ਇਗਨੋਰ ਕੀਤਾ, ਕੁਦਰਤੀ ਭੁੱਲ ਗਿਆ ਅੱਜ ਮੈਂ, ਪਰ ਇਹ ਗੱਲ ਜ਼ਰੂਰ ਕਹਿਤੀ ਬਾਅਦ 'ਚ, ਜਿਹੜਾ ਆਹ ਸੀ 10 ਗੁਣਾ ਅੱਗੇ ਮਿਲਦਾ। ਉਹ ਕਹਿੰਦੇ ਅੱਗੇ ਫਲਾ ਇਹਨੀ ਹੀ ਕੋ ਦਿਓ, ਅੱਗੇ ਨੂੰ ਫੜੂਗਾ ਇਹਨਾਂ ਨੂੰ ਦਊਗਾ, ਛੱਤਰੀਆਂ ਨੂੰ ਦਿੱਤਾ ਹੋਇਆ, ਉਹਦਣ ਆਰਡਰ ਕਰਤਾ
ਆਹ ਗੱਲ ਬਦਲਤੀ ਇਹਨਾਂ ਦੀ। ਗੁਰੂ ਕਾਲ ਨੇ ਪਹਿਲਾਂ ਗੱਲ ਨਹੀਂ ਬਦਲੀ, ਕਿਸੇ ਗੁਰੂ ਨੂੰ ਨਹੀਂ ਬਦਲੀ, ਇਹਨਾਂ ਨੂੰ ਦਿੰਦੇ ਰਹੇ ਨੇ। ਉਹ ਤੋਂ ਬਾਅਦ ਇਹਨਾਂ 'ਤੇ ਕਲਮ ਫੇਰਤੀ ਵੀ ਹੁਣ ਕੁਦਰਤ ਨੇ ਭੁਲਾਇਆ ਮੈਨੂੰ, ਹੁਕਮ ਹੈ ਇਹ, ਮੈਂ ਨਹੀਂ ਭੁੱਲਿਆ, ਹੁਕਮ ਦਰਗਾਹ ਦਾ ਹੀ ਸੀ ਜਿਹੜਾ ਮੈਂ ਭੁੱਲ ਗਿਆ। ਹੁਣ ਗਾਹਾਂ ਵਾਸਤੇ ਸੇਵ ਕਰੀ ਇਨਹੀ ਕੀ ਭਾਵਤ, ਜਿਹੜਾ ਖਾਲਸਾ ਨਾ ਜਿਹੜਾ ਲੜਿਆ ਜੰਗ, ਸੇਵਾ ਕਰਨੀ ਮੈਨੂੰ ਇਹਨਾਂ ਦੀ ਚੰਗੀ ਲੱਗਦੀ ਹੈ, ਮੇਰੇ ਦਿਲ ਦੀ ਗੱਲ ਇਹ ਹੈ ਅਸਲ 'ਚ। ਔਰ ਕਿਸੇ ਵਿਸਵਾਤ ਜੀ ਕੋ, ਹੋਰ ਦੀ ਚਾਹੇ ਮੈਂ ਕਿਸੇ ਦੀ ਵੀ ਸੇਵਾ ਕਰਾਂ, ਤੇਰੀ ਵੀ ਕਰਦਾ, ਪਰ ਬੰਦਾ ਚੱਟੀ ਭਰਦਾ ਮੈਂ, ਇਹ ਬੰਦਾ ਚੱਟੀ ਹੈ, ਚੱਲੀ ਆਉਂਦੀ ਹੈ ਪਰੰਪਰਾ, ਕਰੀ ਜਾਂਦਾ, ਪਰ ਤੁਸੀਂ ਇਸ ਲਾਇਕ ਨਹੀਂ, ਇਹ ਕੋਈ ਦਾਨ ਨਹੀਂ ਹੈ। ਔਰ ਕਿਸੇ ਵਿਸਵਾਤ ਜੀ ਕੋ, ਹੋਰ ਕਿਸੇ ਸੇਵਾ ਨਹੀਂ ਚੰਗੀ ਲੱਗਦੀ ਮੈਨੂੰ, ਦਾਨ ਦਿਓ ਇਨਹੀ ਕੋ ਭਲੋ, ਇਹਨਾਂ ਨੂੰ ਦਾਨ ਦੇ, ਇਹ ਸਾਨੂੰ ਆਰਡਰ ਹੈ ਗਾਹ ਵਾਸਤੇ, ਸੰਗਤ ਵਾਸਤੇ, ਦਾਨ ਦਿਓ ਇਨਹੀ ਕੋ ਭਲੋ, ਬ੍ਰਾਹਮਣ ਨੂੰ ਦਾਨ ਦੇਣ ਦੀ ਤੁਹਾਨੂੰ ਲੋੜ ਨਹੀਂ ਹੈ, ਖਾਲਸੇ ਨੂੰ ਦੇ ਦਿਓ। ਔਰ ਆਣ ਕੋ ਦਾਨ ਨਾ ਲਾਗਤ ਨੀਕੋ, ਹੋਰ ਨੂੰ ਦਾਨ ਦਿੱਤਾ ਹੋਇਆ ਦਰਗਾਹ 'ਚ ਨਹੀਂ ਚੰਗਾ ਲੱਗਦਾ, ਦਰਗਾਹ 'ਚ ਮਨਜ਼ੂਰ ਨਹੀਂ ਹੈ, ਸਮਝ ਨਹੀਂ। ਉਹ ਜਿਹੜਾ ਸੀ ਪਿਛਲਾ ਉਹ ਬਦਲਤਾ, ਆਗੇ ਫਲਾ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ, ਅੱਗੇ ਵਾਸਤੇ ਇਹਨਾਂ ਨੂੰ ਦਿਓ, ਜੇ ਹੋਰ ਕਿਸੇ ਨੂੰ ਦਿੱਤਾ ਨਾ ਦਾਨ, ਜੱਗ ਦੇ ਅੱਗ 'ਚ ਜਸ ਹੋਊ ਫਿੱਕਾ ਜਸ ਹੈ, ਦਰਗਾਹ ਜਸ ਨਹੀਂ ਹੋਣਾ। ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋਗ ਰਹਿ ਮੋ ਤਨ ਤੇ ਮਨ ਤੇ ਸਿਲੋਂ ਤਨ ਤੇ ਸਭ ਹੀਨ ਹੀਕੋ। ਉਹ ਗੱਲ ਆ ਪਲਟੀ ਸੀ ਖਾਲਸੇ 'ਚ, ਆਦਿ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਪਲਟੀ ਗਈ ਗੱਲ, ਪਲਟੀ ਉਹ ਨਹੀਂ ਗਈ ਕਿਤੇ, ਇੱਥੇ ਪਲਟੀ ਗਈ ਹੈ। ਜੇ ਤੁਸੀਂ ਇਹ ਗੱਲ ਸਾਡੇ ਕੋਲ ਹੈ ਨਹੀਂ, ਤਾਂ ਉਹ ਪਿਛਲਾ ਪਲਟਿਆ ਦੱਸੋ ਕਦੇ ਗੁਰੂਆਂ ਨੇ। ਤੁਸੀਂ ਕਹਿੰਦੇ ਵੀ ਗਾਹਾਂ ਜਿਹੜਾ ਚੜਾਵਾ ਹੈ ਸਿੱਖਾਂ ਦਾ ਕੋਲ ਰਹੇ, ਪੰਡਤਾਂ ਕੋਲ ਨਾ ਜਾਵੇ, ਸਾਨੂੰ ਆਰਡਰ ਨਹੀਂ, ਦੱਸੋ ਕਿੱਥੇ ਲਿਖੇ ਆਰਡਰ ਨਹੀਂ ਪੰਡਤਾਂ ਨੂੰ, ਦਸਮ ਪਾਤਸ਼ਾਹ ਤਾਂ ਆਪ ਦਿੰਦੇ ਰਹੇ ਨੇ, ਸਬੂਤ ਮਿਲਦੇ ਨੇ ਤੁਹਾਨੂੰ ਇਤਿਹਾਸ 'ਚੋਂ, ਇੱਥੇ ਪਲਟਿਆ ਹੋਇਆ। ਹਾਂ ਹਾਂਜੀ, ਜੋ ਵਿਪਰਣਾ ਬਿਨ ਅਣਤਾ ਦੇਹੀ, ਤਾਕੋ ਕਛੂ ਸੋ ਫਲਾ ਨਹਿ ਸਹੀ। ਜੋ ਹੋਰ ਕਿਸੇ ਨੂੰ ਦਿੰਦਾ, ਆਹ ਤਾਂ ਆਹੀ ਗੱਲ ਹੈ, ਜੋ ਵਿਪਰ ਨੂੰ ਛੱਡ ਕੇ ਹੋਰ ਕਿਸੇ ਨੂੰ ਦਿੰਦਾ, ਉਹਦਾ ਉਹਨੂੰ ਕੋਈ ਫਲ ਨਹੀਂ ਮਿਲਣਾ। ਉੱਥੇ ਵੀ ਕਿਹਾ ਆਗੇ ਫਲਾ ਇਹ ਨਹੀਂ ਕੋ ਦਿਓ, ਪਲਟੀ ਹੈ ਗੱਲ, ਇਹ ਗੱਲ ਪਲਟੀ ਹੈ, ਪੰਡਿਤ ਦੀ ਗੱਲ ਪਲਟੀ ਹੈ। ਪੰਡਿਤ ਇਹ ਕਹਿ ਰਿਹਾ ਵੀ ਜਿਹੜਾ ਬ੍ਰਾਹਮਣ ਨੂੰ ਦਊ ਉਹਦਾ ਫੜੂ, ਉਹ ਕਹਿੰਦੇ ਜਿਹਦਾ ਖਾਲਸੇ ਨੂੰ ਦਊ ਉਹ ਫੜੂ, ਕਿਉਂ? ਕਹਿੰਦੇ ਸੱਤਰ ਸਭਾ ਕਰਤ ਵਿਪਨ ਕੀ, ਅੱਜ ਛੱਤਰੀ ਨੇ ਜਿਹੜੇ ਉਹ ਪੰਡਤ ਵਾਲਾ ਕੰਮ ਕਰਦੇ ਨੇ, ਸਵੇਰੇ ਉੱਠਦੇ ਨੇ, ਨਹਾਉਂਦੇ ਨੇ, ਪਾਠ ਪੂਜਾ ਕਰਦੇ ਨੇ, ਧਰਮ ਦੀ ਲੜਾਈ ਵੀ ਲੜਦੇ ਨੇ, ਆਪਣੀ ਛੱਤਰੀਆਂ ਵਾਲਾ ਖੇਤੀਬਾੜੀ ਕਰਕੇ ਰੋਟੀ ਕਮਾ ਕੇ ਵੀ ਖਾਂਦੇ ਨੇ, ਪੂਜਾ ਦਾ ਧਾਨ ਨਹੀਂ ਖਾਂਦੇ, ਤਾਂ ਕਰਕੇ ਇਹ ਠੀਕ ਨੇ, ਦੋ ਕੰਮ ਕਰਦੇ ਨੇ, ਬ੍ਰਾਹਮਣ ਵਾਲੀ ਅਤੇ ਛੱਤਰੀ ਵਾਲੀ, ਦੋਵੇਂ ਡਿਊਟੀ ਕਰਦੇ ਨੇ। ਹਾਂ, ਅੜਿੱਲ ਤਬੈ ਕੁਵਰੀ ਪ੍ਰਤਿਮਾ ਸ਼ਿਵਕੀ ਕਰਮੈ ਲਈ। ਫਿਰ ਕੀ ਕੀਤਾ ਰਾਜਕੁਮਾਰੀ ਨੇ, ਸ਼ਿਵਜੀ ਦੀ ਮੂਰਤੀ ਹੱਥ 'ਚ ਲੈ ਲਈ, ਸ਼ਿਵਜੀ ਉਹ ਚੱਕ ਲਿਆ ਉਹਨੇ ਹੱਥ 'ਚ, ਉਹਨੇ ਕਹਿ ਨਹੀਂ ਮੰਨਦਾ, ਜਦ ਉਹ ਪੁੱਠੀ ਉਹ ਗੱਲ ਕਰਨ ਲੱਗ ਗਿਆ, ਇੰਨਾ ਚਿਰ ਦੀ ਜਿਹੜੀ ਚਰਚਾ ਸੀ ਉਹਨੂੰ ਉਹਨੇ ਕੌਡੀ ਘੱਟੇ ਹੀ ਰੋਲਤਾ, ਉਹਨੇ ਕਹਾ ਵੀ ਹੁਣ ਇਹਨੂੰ ਦੂਏ ਪਾਸੇ ਨੂੰ ਇਹਨੂੰ ਦੇਖਦੇ ਹਾਂ ਵੀ ਸ਼ਿਵਜੀ ਦੇ ਵਿੱਚ ਕਿੰਨੀ ਕੁ ਤਾਕਤ ਹੈ, ਇਹਨੂੰ ਮੈਂ ਦਿਖਾ ਦਾਂ।
ਹਸ ਹਸ ਕਰ ਦਿਜ ਕੇ ਮੁਖ ਕਸ ਕਸ ਕੇ ਦਈ। ਹੱਸਦੀ ਹੱਸਦੀ ਨਾ ਦਜਦੇ ਮੂੰਹ ਤੇ ਮਾਲਣ ਲੱਗ ਗਈ ਮੂਰਤੀ ਚੱਕ ਕੇ ਪੰਡਿਤ ਦੇ। ਪੱਥਰ ਦੀ ਮੂਰਤੀ ਹੈ ਜੇ ਕਹਿੰਦੇ ਮੂੰਹ ਤੇ ਮਾਰੇ ਦੰਤਾਂ ਤੋੜੇ ਦੇਣੇ ਨੇ। ਹਾਸੇ ਮਖੌਲ ਚ ਹਾਸੇ ਮਜ਼ਾਕ ਚ ਗੁੱਸੇ ਨਾਲ ਨੀ ਹੱਸ ਹੱਸ ਕੇ ਹਾਸੇ ਮਜ਼ਾਕ ਚ ਹੱਸ ਹੱਸ ਕਰ ਦਿਜ ਕੇ ਮੁਖ ਕਸ ਕਸ ਕੇ ਦਈ। ਹਾਂ ਕਸ ਕੇ ਮਾਰੀ ਦੋ ਵਾਰ। ਸਾਲਕ ਰਾਮ ਪੇ ਦਾਂਤ ਫੋਰ ਸਭ ਹੀ ਦੀਏ। ਸਾਲਕ ਰਾਮ ਨੇ ਪੰਡਤ ਦੇ ਦੰਦ ਭਰਤੇ, ਸਾਰੇ ਦੰਦ ਭਰਤੇ ਸਾਲਕ ਰਾਮ ਨੇ। ਛੀਨ ਛਾਣ ਕਰ ਬਸਤਰ ਮਿਸਰ ਕੇ ਸਭ ਲੀਏ। ਜਿਹੜੇ ਬਸਤਰ ਬੁਸਤਰ ਦਿੱਤੇ ਤੇ ਨਾ ਪਹਿਲਾਂ ਰੋਜ਼ ਉਹਨੂੰ ਕਿਹਾ ਇੱਥੇ ਦੇ ਉਰੇ ਵਾਪਸ ਕਰ ਮਿਸਰ ਕੇ ਸਭ ਲੀਏ। ਉਹ ਜਿਹੜੇ ਪਏ ਤੇ ਉਹਦੇ ਕੋਲ ਰੋਜ਼ ਦੇ ਦਿੰਦੇ ਵੀ ਚੱਲ ਘਰ ਨਿਆਣੇ ਪਾ ਲੈਣਗੇ ਤੇ ਹੋਰ ਵਧੀਆ ਬਸਤਰ ਘਰ ਵਾਲੀ ਦੇ ਦੇਤੇ, ਕਦੇ ਇਹਨੂੰ ਦੇ ਤੇ ਕਦੇ ਉਹਨੂੰ ਦੇ ਤੇ। ਹਾਂ ਕਹੋ ਮਿਸਰ ਅਬ ਰੁਦਰ ਤੇ ਹਰ ਉਹ ਕਹਿ ਗਏ ਉਹ ਮਿਸਰ ਉਹਨੂੰ ਮਿਸਰ ਨੂੰ ਕਹਿੰਦੇ ਵੀ ਹੁਣ ਦੱਸ ਵੀ ਰੁਦਰ ਜਿਹੜਾ ਤੇਰਾ ਸੀ ਉਹ ਹੁਣ ਤੇਰੀ ਮਦਦ ਤੇ ਕਿਉਂ ਨਾ ਆਇਆ, ਤੇਰੇ ਤਾਂ ਉਹਨੇ ਦੰਦ ਕੱਢਤੇ। ਤੂੰ ਤਾਂ ਕਹਿੰਦਾ ਇਹ ਮੂਰਤੀ ਨਹੀਂ ਹੈਗੀ, ਇਹ ਐਂ ਫਲਾਨਾ, ਇਹਦੇ 'ਚ ਬਹੁਤ ਸ਼ਕਤੀ ਹੈ, ਇਹ ਤੇਰੇ ਹੀ ਦੰਦ ਕਿਉਂ ਕੱਢਦੇ ਨੇ, ਮੈਨੂੰ ਤਾਂ ਕੁਛ ਕਿਹਾ ਨਹੀਂ, ਮੈਂ ਇਹਦੇ ਖਿਲਾਫ ਹਾਂ, ਤੂੰ ਇਹਦਾ ਭਗਤ ਹੈ, ਭਗਤ ਤੇ ਹੀ ਇਹਨੇ ਦੰਦ ਕੱਢਦੇ ਭਗਤ ਦੇ ਹੀ। ਹਾਂ ਜੇ ਸੇਵਕੋ ਸਦਾ ਦਾਂਤ ਛੇ ਤਿੰਨ ਕੀਓ। ਜਿਹਨੇ ਆਪਣੇ ਸੇਵਕ ਦੇ ਦੰਦ ਕੱਢਤੇ ਉਹ ਰੁਦਰ ਕਿਹਾ ਜਾ। ਜੈ ਸੇਵ ਤੋ ਸਦਾ ਆ ਤੂੰ ਸੇਵਾ ਕਰਦਾ ਦੀ ਸਦਾ ਤੇਰੇ ਦੰਦ ਕੱਢਤੇ ਦਾਂਤ ਛੇ ਤਿੰਨ ਕੀਓ। ਉਹਨੇ ਤੇਰੇ ਦੰਦ ਕੱਢਤੇ ਛੇ ਕਰਤੇ ਤੋੜਤੇ, ਜਿਹਦੀ ਤੂੰ ਸੇਵਾ ਕਰਦਾ ਉਹਨੇ ਦੰਦ ਤੋੜਤੇ ਤੇਰੇ। ਇਹ ਦੰਦੇ ਤੋੜ ਸਕਦਾ ਹੋਰ ਨਹੀਂ ਕੋਈ ਕਰ ਸਕਦਾ, ਦੰਦ ਨਵੇਂ ਨਹੀਂ ਲਿਆ ਸਕਦਾ ਹੁਣ, ਇਹਨੂੰ ਕਹਿ ਨਵੇਂ ਲੈ ਦੇ ਮੇਰੇ ਦੰਦ, ਨਵੇਂ ਲੈ ਦੂਗਾ। ਜਿਹੇ ਲਿੰਗੇ ਕੋ ਜਪਤੇ ਕਾਲ ਬਤਾਇਓ। ਇਹ ਲਿੰਗ ਜਿਹੜਾ ਤੂੰ ਨਿਸ਼ਾਨੀ ਲਿੰਗ ਦੇ ਅਸਲ ਦੇ ਵਿੱਚ ਲਿੰਗ ਦਾ ਅਰਥ ਨਿਸ਼ਾਨੀ ਹੁੰਦੀ, ਕਿਸੇ ਦੇ ਪ੍ਰਥਾਏ ਜੋ ਕੋਈ ਚੀਜ਼ ਰੱਖੀ ਹੋਈ ਹੈ ਉਹਨੂੰ ਲਿੰਗ ਕਹਿੰਦੇ ਨੇ। ਹੁਣ ਤਲਵਾਰ ਜਿਹੜੀ ਹੈਗੀ ਹੈ ਸਾਡੇ ਕੋਲ ਲੋਹੇ ਦੀ, ਇਹ ਚੰਡੀ ਦਾ ਲਿੰਗ ਹੈ। ਠਾਕੁਰ ਜਿਹੜਾ ਵੱਟਾ ਹੈ ਉਹ ਵਿਸ਼ਨੂੰ ਦਾ ਲਿੰਗ ਹੈ। ਸ਼ਿਵਜੀ ਦਾ ਜਿਹੜਾ ਗੋਲ ਜਾਂ ਪੱਥਰ ਹੈ ਉਹਦਾ ਉਹ ਲਿੰਗ ਹੈ। ਇਹ ਇਸ ਤਰੀਕੇ ਦੇ ਨੇ ਅਸਲ 'ਚ। ਦੇਵੀ ਦਾ ਜਿਹੜਾ ਹੈ ਉਹ ਪੂਰੀ ਮੂਰਤੀ ਲਿੰਗ ਦੇਵੀ ਦੀ। ਹਾਂ ਸੋ ਤੁਮਰੇ ਮੁਖ ਨਾ ਆਇਓ। ਉਹ ਕਹਿੰਦੀ ਜਿਹੜੀ ਹੁਣ ਤੂੰ ਮੂਰਤੀ ਦੀ ਪੂਜਾ ਕਰਦੀ ਕਰਦਾ ਸੀ ਉਹ ਹੀ ਤੇਰੇ ਮੂੰਹ ਤੇ ਪੈ ਗਈ ਆ ਕੇ ਅੰਤਕਾਲ। ਅੰਤਕਾਲ ਸੋ ਤੁਮਰੇ ਮੁਖ ਮੈਂ ਆਇਓ। ਹਾਂ ਹਾਂ ਤੇਰੇ ਹੁਣ ਮੂੰਹ ਤੇ ਹੀ ਪਈ ਉਹ ਆ ਕੇ, ਜੇ ਤੇਰੇ ਨੇੜੇ ਨਾ ਹੁੰਦੀ ਭਈ ਇਹ ਤੂੰ ਨਾ ਸੇਵਾ ਕਰਦਾ ਹੁੰਦਾ ਤਾਂ ਮੈਨੂੰ ਕੁਛ ਹੋਰ ਮਾਰਨਾ ਪੈਂਦਾ, ਨੇੜੇ ਪਈ ਸੀ ਇਹੀ ਠੋਕਤੀ ਤੇਰੇ ਚੱਕ ਕੇ। ਇਹ ਤਾਂ ਹਥਿਆਰ ਤਾਂ ਰੱਖਿਆ ਦੂਏ ਵਾਸਤੇ ਆਪਣੇ ਕੋਲ ਸਾਹਮਣੇ, ਤੇਰੀ ਮਦਦ ਤਾਂ ਇਹਨੇ ਕੁਛ ਨਹੀਂ ਕਰਨੀ, ਕੋਈ ਉਹ ਤੇਰੇ ਚੱਕ ਕੇ ਸਿਰ 'ਚ ਮਾਰ ਦੂ ਚੱਲ। ਇਹ ਤਾਂ ਦੂਏ ਵਾਸਤੇ ਹਥਿਆਰ ਰੱਖ ਲਿਆ ਤਾਂ ਐਵੇਂ ਬੇ ਮਤਲਬ, ਤੈਨੂੰ ਦੱਸਦਾ ਕੀ ਆਸਰਾ, ਤੈਂ ਤਾਂ ਇਹਨੂੰ ਚੱਕ ਕੇ ਦੂਏ ਤੇ ਮਾਰਨਾ ਨਹੀਂ, ਤੈਂ ਨਹੀਂ ਮਾਰਨਾ ਇਹਨੂੰ, ਤੇਰਾ ਦੇਵਤਾ ਇਹ। ਸਾਡੀ ਤਲਵਾਰ ਇਸ਼ਟ ਜ਼ਰੂਰ ਹੈ ਪਰ ਅਸੀਂ ਤਾਂ ਠੋਕ ਦਿੰਦੇ ਅਗਲੇ ਦੇ, ਜਿਵੇਂ ਤਲਵਾਰ ਹੈ ਸਾਡੇ ਕੋਲ ਚੰਡੀ ਦੀ ਪਰ ਅਸੀਂ ਉਹਦੇ ਨਾਲ ਲੜਦੇ ਹਾਂ, ਉਹ ਇੱਕ ਦੇ ਵੱਟਿਆਂ ਨਾਲ ਲੜਦੇ ਨੇ ਮੂਰਤੀਆਂ ਨਾਲ।
ਲੜਦੇ ਨੀ। ਚੋ ਭਈ ਤਾਕੋ ਦਰਬਸ਼ੀਨ ਜੋ ਲੀਓ ਜੋ ਸਭ ਦਾਨ ਦਿਜਨ ਕਰ ਦਿਓ। ਉਹਦਾ ਜਿਹੜਾ ਪੈਸੇ ਦਿੱਤੇ ਸੀ ਜੋ ਵੀ ਕੁਛ, ਕਦੇ ਸੋਨਾ ਦੇ ਦਿੱਤਾ, ਕਦੇ ਮੁੰਦੀ ਦੇ ਦਿੱਤੀ, ਕਦੇ ਕੜਾ ਦੇ ਦਿੱਤਾ, ਕਦੇ ਕੁਛ ਦੇ ਦਿੱਤਾ, ਕਦੇ ਘਰ ਵਾਲੀ ਦਾ ਕੋਈ ਗਹਿਣਾ ਦੇ ਦਿੱਤਾ। ਰਾਜਿਆਂ ਦੇ ਕਿਹੜਾ ਘਾਟਾ ਹੁੰਦਾ, ਦਿਨ ਤਿਉਹਾਰ 'ਤੇ ਦੇ ਦਿੱਤਾ, ਕਦੇ ਕਿਵੇਂ ਦੇ ਦਿੱਤਾ, ਉਹ ਸਾਰਾ ਹੀ ਖੋਲਿਆ। ਜੋ ਸਭ ਦਾਨ ਦੂਜੇ ਨੇ ਕਰ ਦੀ ਉਹ ਜਿਹੜਾ ਦਿੱਤਾ ਦਾਨ ਸੀ ਉਹ ਲੈ ਕੇ ਗਾਂ ਦੂਜਾ ਪੰਡਤਾਂ ਨੂੰ ਦੇ ਦਿੱਤਾ। ਗਾਂ ਤਾਂ ਦਿੱਤਾ, ਉਹ ਕਹਿੰਦੇ ਵੀ ਤੇਰਾ 10 ਗੁਣਾ ਕਰਨ ਵਾਸਤੇ ਦਿੱਤਾ। ਹੁਣ ਇਹ ਕਹਿ ਬੈਠਿਆ ਨਾ ਵੀ ਅੱਗੇ 10 ਗੁਣਾ ਮਿਲਦਾ, ਵੀ ਜੇ ਪੰਡਤ ਨੂੰ ਦਾਨ ਦਈਏ 10 ਗੁਣਾ ਹੁੰਦਾ। ਕਹਿੰਦੇ ਫਿਰ ਤਾਂ ਅਸੀਂ ਗਲਤੀ ਕੀਤੀ, ਤੇਰੇ ਤੇ ਕੋਲ 1 ਗੁਣਾ ਹੀ ਰਹਿ ਗਿਆ। ਲਿਆ ਹੁਣ ਤੇਰਾ ਇਹ ਦਾਨ ਗਾਹਾਂ ਕਰ ਦਈਏ ਪੰਡਤਾਂ ਨੂੰ, ਗਰੀਬਾਂ ਨੂੰ 10 ਗੁਣਾ ਮਿਲੇਗੇ ਤੈਨੂੰ। ਜਾਂ ਘਰ ਨੂੰ ਆਈ ਤਾਂ ਪਤਾ ਲੱਗਿਆ, ਦੇਖੋ ਆਪ ਜੇ 10 ਗੁਣਾ ਮਿਲਦਾ ਆਪ ਕਾਹਦੇ ਨਹੀਂ ਕੋਲੋਂ ਕਰਦਾ, ਲੈਂਦਾ ਹੀ ਕਿਉਂ ਹੈ, ਝੂਠ ਹੈ। ਸੰਤ ਕਾਹਦੇ ਨਹੀਂ ਦਾਨ ਕਰਦੇ, ਤੂੰ ਤੁਹਾਨੂੰ ਕਾਹਦੇ ਕਹਿੰਦੇ ਨੇ ਵੀ 10 ਗੁਣਾ ਮਿਲੂ, ਆਪ ਨੂੰ 10 ਗੁਣਾ, ਆਪ ਕਾਹਦੇ ਘਾਟਾ ਪਾਉਂਦੇ ਨੇ। ਇਹਦਾ ਮਤਲਬ ਹੈ ਵੀ ਫਰੋਡ ਕਰਦੇ ਨੇ ਲੋਕਾਂ ਨਾਲ, ਝੂਠ ਬੋਲਦੇ ਨੇ। ਹਾਂਜੀ, ਕਹਿਓ ਮਿਸਰ ਕੁਛ ਚਿੰਤ ਨਾ ਕਰੂੰ, ਦਾਨ 10 ਗੁਣੋ ਆਗੈ ਵਰਹੂੰ। ਉਹ ਉਹਨੂੰ ਮਿਸਰ ਨੂੰ ਕਹਿਣ ਲੱਗੀ ਲੜਕੀ, ਕਹਿੰਦੀ ਤੂੰ ਚਿੰਤਾ ਕਾਹਦੀ ਕਰਦਾ, ਮੈਂ ਤਾਂ ਦਿੱਤਾ ਹੋਇਆ ਅੱਗੇ ਤੈਨੂੰ 10 ਗੁਣਾ ਮਿਲ ਜਾਵੇ, ਤੇਰਾ 10 ਗੁਣਾ ਕਰ ਰਹੀ ਹਾਂ ਮੈਂ ਦੇ ਕੇ, ਤੂੰ ਇਹਦਾ ਤੈਨੂੰ ਕੀ ਫਿਕਰ ਹੈ, ਤੈਨੂੰ 10 ਗੁਣਾ ਮਿਲੂਗਾ। ਕਵਿਤ ਔਰਨ ਕੋ ਕਹਿਤ ਲਟਾਵੋ, ਤੁਮ ਖਾਹੋ ਧਨ ਆਪ। ਦੂਜਿਆਂ ਨੂੰ ਤਾਂ ਕਹਿਣਾ ਤੁਸੀਂ ਲਟਾ ਦਿਉ, ਧਰਮ ਦੇ ਨਾਂ 'ਤੇ ਦਾਨ ਕਰ ਦਿਉ, ਆਪ 1 ਪੈਸਾ ਦੇ ਕੇ ਰਾਜੀ ਨਹੀਂ। ਤੁਮ ਖਾਹੋ ਧਨ ਆਪ, ਆਪ ਖਾ ਲੈਂਦੇ ਹੋ, ਤੁਸੀਂ ਕਾਹਦੇ ਖਾਂਦੇ ਹੋ, ਤੁਸੀਂ ਗਾਹਾਂ ਦਾਨ ਦਾ ਦਾਨ ਕਿਉਂ ਨਹੀਂ ਕਰਦੇ, ਤੁਸੀਂ ਲੈ ਕੇ ਖਾਈ ਜਾਂਦੇ ਹੋ, ਫਿਰ ਤੁਸੀਂ ਕਿੱਥੇ ਭਰੋਗੇ, ਇਹ ਘਾਟਾ ਕਿਵੇਂ ਪੂਰਾ ਹੋਊ ਤੁਹਾਡਾ। ਪਹਿਤੀ ਮੈਂ ਡਾਰ ਖਾਤਨ ਵਿਸਾਰ ਹੈ। ਆ ਜਿਹੜਾ ਥੋੜ੍ਹਾ ਹੁੰਦਾ ਨਾ ਦਾਲ, ਪਹਿਤੀ ਦਾਲ ਨੂੰ ਕਹਿੰਦੇ ਨੇ, ਪਿਹਤ ਜਿਹੜਾ ਭਾਤ ਭਾਤ ਚੌਲਾਂ ਨੂੰ ਕਹਿੰਦੇ ਨੇ, ਪਿਹਤ ਕਹਿੰਦੇ ਨੇ ਦਾਲ ਨੂੰ। ਉਹ ਦਾਲ 'ਚ ਤਾਂ ਤੁਸੀਂ ਹਲਦੀ ਜਾਂ ਲੂਣ ਨਹੀਂ ਪਾਉਂਦੇ। ਪਹਿਤੀ ਮੈਂ ਡਾਲ ਖਾਤਨ ਵਿਸਾਰ ਹੈ, ਵਿਸਾਰ ਹਲਦੀ ਨੂੰ ਕਹਿੰਦੇ ਨੇ ਨਾ, ਹਲਦੀ ਪਾਉਣੀ ਵੀ ਭੁੱਲ ਜਾਂਦੇ ਹੋ, ਵੀ ਹਲਦੀ ਮਤਲਬ ਹੈ ਕਜੂਸੀ ਕਰਦੇ ਹੋ, ਕੋਈ ਭੁੱਲ ਗਏ ਕਹਿੰਦੇ ਨੇ ਭੁੱਲ ਗਏ, ਹਲਦੀ ਨਾ ਮੁੱਕ ਜਾਏ। ਬੜੇ ਹੀ ਪਰਪੰਚੀ ਪਰਪੰਚਨ ਕੋ ਲੀਏ ਫਿਰੈ। ਬੜੇ ਪਰਪੰਚੀ ਹੋ ਤੁਸੀਂ ਤਾਂ, ਦੂਜੇ ਦੇ ਘਰ ਖਾਣ ਜਾਵੋ ਤਾਂ ਵਧੀਆ ਵਧੀਆ ਪਦਾਰਥ ਚਾਹੀਦੇ ਨੇ, ਆਪਣੇ ਨੂਣ ਵਾਲੇ ਹਲਦੀ ਵੀ ਪਾ ਕੇ ਰਾਜੀ ਨਹੀਂ ਘਰ। ਦਿਨ ਹੀ ਮੈਂ ਲੋਕਣ ਕੋ ਲੂਟਤ ਬਾਜ਼ਾਰ ਹੈ। ਦਿਨ ਦੇ ਵਿੱਚ ਤੁਸੀਂ ਤਾਂ ਬਾਜ਼ਾਰ 'ਚ ਲੋਕਾਂ ਨੂੰ ਖੜਿਆਂ ਨੂੰ ਲੁੱਟੀ ਜਾਂਦੇ ਹੋ, ਸਾਰਿਆਂ ਦੇ ਸਾਹਮਣੇ ਹੀ ਆ ਦੱਸ ਕੇ ਵੀ ਤੇਰੇ 'ਤੇ ਆਹ ਕਰਾ ਉਹ ਆਇਆ ਉਹ ਆਇਆ, ਆਇਆ ਹੁੰਦੇ ਨਹੀਂ ਬਾਜ਼ਾਰ 'ਚ, ਦੁਕਾਨਾਂ ਨੇ ਇਹਨਾਂ ਦੀਆਂ, ਅਖਬਾਰਾਂ ਦੇ ਵਿੱਚ ਰੋਜ਼ ਛਪਦਾ ਨਹੀਂ ਹੈ। ਤੁਸੀਂ ਤਾਂ ਦਿਨ 'ਚ ਬਿਲਕੁਲ ਲੁੱਟੀ ਜਾਂਦੇ ਹੋ, ਜਿਹਨੂੰ ਦੇਖ ਕੇ ਬੜੇ ਬੜੇ ਠੱਗ ਔਰ ਚੋਰ ਵੀ ਹੈਰਾਨ ਹੁੰਦੇ ਨੇ
ਵੀ ਬੜਾ ਤਰੀਕਾ ਚੋਰੀ ਦਾ ਵੀ, ਅਸੀਂ ਤਾਂ ਡਰਦੇ ਡਰਦੇ ਚੋਰੀ ਕਰਦੇ ਹਾਂ, ਇਹਨਾਂ ਨੂੰ ਕੋਈ ਗੌਰਮੈਂਟ ਦਾ ਵੀ ਡਰ ਨਹੀਂ ਹੈ, ਸਰਕਾਰ ਦਾ ਵੀ ਕੋਈ ਡਰ ਨਹੀਂ। ਹਾਂ ਹਾਥ ਤੇ ਨਾ ਕੌਡੀ ਦੇਤ, ਕੌਡੀ ਕੌਡੀ ਮੰਗ ਲੇਤ। ਕੌਡੀ ਇੱਕ ਹੱਥ ਚੋਂ ਆਪ ਨਹੀਂ ਦਿੰਦੇ, ਕੌਡੀ ਕੌਡੀ ਲੋਕਾਂ ਤੋਂ ਮੰਗੀ ਜਾਂਦੇ, ਆਪ ਕੌਡੀ ਦਾਨ ਨਹੀਂ ਕਰਦੇ, ਲੋਕਾਂ ਤੋਂ ਕੌਡੀ ਕੌਡੀ ਕਹਿੰਦੇ, ਕੌਡੀ ਉਹ ਦਾਨ ਕਰੋ ਚਾਹੇ ਦਾਨ ਚੰਗਾ ਹੁੰਦਾ, ਜੇ ਕੋਈ ਗਰੀਬ ਹੈ ਦਾਨ ਨਹੀਂ ਜ਼ਿਆਦਾ ਕਰ, ਉਹ ਕਹਿੰਦੇ ਕੌਡੀ ਵੀ ਕੋਈ ਨਹੀਂ, ਦਾਨ ਵੀ ਸਮਾਨ ਹੀ ਹੁੰਦਾ, ਤੂੰ ਕੌਡੀ ਉਹ ਕਰ ਜਾ ਦਾਨ ਚਾਹੇ ਕਰ ਜ਼ਰੂਰ। ਹਾਂ ਪੁੱਤਰੀ ਕਹਿਤ ਤਾਂ ਸੋ ਕਰੇ ਵਿਚਾਰ ਹੈ, ਪੁੱਤਰੀ ਕਹਿ ਕੇ ਤੁਸੀਂ ਉਹਦੇ ਨਾਲ ਬਲਾਤਕਾਰ ਕਰ ਲੈਂਦੇ ਹੋ, ਪੁੱਤਰੀਆਂ ਬਣਾ ਕੇ ਬਲਾਤਕਾਰ ਹੀ ਬਣਦੇ ਹੋ, ਇਹ ਉਦੋਂ ਤੋਂ ਹੀ ਲੈ ਕੇ ਆ, ਅੱਜ ਤੋਂ ਨਹੀਂ, ਇਹ ਅੱਜ ਤੋਂ ਨਹੀਂ ਹੈ, ਇਹ ਉਦੋਂ ਤਾਂ ਲੈ ਕੇ ਹੀ ਹੈ। ਜਿੱਥੇ ਜ਼ਿਆਦਾ ਔਰਤਾਂ ਜਾਣੀਆਂ ਵਿਚਾਰ ਦੇ ਅੱਡੇ ਹੀ ਹੋਣਗੇ, ਬਣਨਗੇ, ਬਣ ਜਾਂਦੇ ਨੇ, ਕਿਉਂਕਿ ਜ਼ਿਆਦਾ ਦੇ ਵਿੱਚ ਤਾਂ ਤੈਨੂੰ ਪਤਾ ਵੀ ਹਰ ਕਿਸਮ ਦਾ, ਹਰ ਕਿਸਮ ਦਾ ਰਿਹਾ ਜਾਣਾ। ਹਾਂ ਪਹਿਲਾਂ ਰਜਨੀ ਸੀ, ਉੱਥੇ ਇਹੀ ਕੁਛ ਸੀ, ਰਜਨੀ ਤਾਂ ਆਪੇ ਮੰਨਦਾ ਸੀ, ਇਹ ਸਭ ਕੁਝ ਉਹੋ ਜਿਹਾ ਹੀ ਕੁਛ ਹੈ। ਹੁਣ ਸਾਰਾ ਸਟਿੰਗ ਓਪਰੇਸ਼ਨ ਹੋ ਹੀ ਜਾਂਦਾ, ਉਹ ਸਰਸੇ ਵਾਲੇ 'ਤੇ ਹੀ ਇਲਜ਼ਾਮ ਲੱਗੇ ਨੇ, ਇਹ 'ਤੇ 20 ਥਾਂ ਇਲਜ਼ਾਮ ਲੱਗੇ ਨੇ, ਇਹ ਹੁਣ ਇਹ ਤਾਂ ਪਹਿਲਾਂ ਦੀ ਲਿਖੀ ਹੋਈ ਹੈ, ਹੁਣ ਤਾਂ ਕੋਈ 300 ਸਾਲ ਦੇ ਕਰੀਬ ਦੀ। ਰਾਮਦੇਵ ਦਾ ਵੀ ਬਿਆਨ ਆਇਆ, ਉਹਨੇ ਸਾਫ ਇਹ ਕਹਿ ਦਿੱਤਾ ਬਈ ਇਹ ਰਾਕਸ਼ਸ ਹੈ, ਮੋਦੀ ਨੇ ਹੁਣ ਕਾਹਦੇ ਕਹਿ ਦਿੱਤਾ, ਪਹਿਲਾਂ ਕਾਹਦੇ ਨਹੀਂ ਕਿਹਾ, ਹਾਂ ਹੁਣ ਕਿਉਂ ਕਹਿ ਦਿੱਤਾ, ਪਹਿਲਾਂ ਕਿਉਂ ਨਹੀਂ ਕਿਹਾ, ਕਿਉਂਕਿ ਉਹਦੇ ਕੋਲ ਸਾਰੀ ਰਿਪੋਰਟ ਸੀ ਆਈਡੀ ਦੀ, ਉਹਦੇ ਉਹਨੇ ਐਵੇਂ ਨਹੀਂ ਕਿਹਾ, ਉੱਥੇ ਦਾ ਚੀਫ ਮਿਨਿਸਟਰ ਹੈ, ਸਭ ਪਤਾ ਵੀ ਪਤਾ, ਤੈਨੂੰ ਇਮਾਨਦਾਰ ਸੀ ਐਕਸ਼ਨ ਲੈਂਦਾ, ਫਿਰ ਤੂੰ ਗੱਲ ਇਹਦੇ ਨਾਲ ਖੜਾ ਨਹੀਂ ਛੱਡਣਾ ਇਹਨਾਂ ਗੱਲਾਂ ਨਾਲ, ਹੁਣ ਤਾਂ ਹੀ ਮਦਦ ਕਰਦਾ ਸੀ, ਜਦ ਹੁਣ ਅੱਗ ਬਾਹਰ ਆ ਗਈ ਫਿਰ ਪਰੇ ਹੋ ਗਿਆ, ਜਾਂ ਅੱਗ ਜ਼ਿਆਦਾ ਉੜਨ ਲੱਗ ਗਈ ਹੁਣ ਪਰੇ ਹੋ ਗਏ ਛੱਡ ਕੇ, ਹੁਣ ਅੱਗ ਬਣ ਗਈ, ਪਹਿਲਾਂ ਬਸੰਤਰ ਸੀ, ਦੇਖਿਆ ਵੀ ਇਹ ਤਾਂ ਮੈਂ ਵੀ ਜੜ ਜੂੰ ਇਹਦੇ ਨਾਲ, ਆਖਿਰ ਪਹਿਲਾਂ ਦੋ ਮੁੰਡੇ ਮਾਰ ਕੇ ਵਧਿਆ ਕਿੱਥੋਂ ਇਹ, ਇਹਦਾ ਇੰਨਾ ਹੌਸਲਾ ਹੋ ਕਿਵੇਂ ਗਿਆ, ਇਹਨੂੰ ਪਤਾ ਮੋਦੀ ਤਾਂ ਮੇਰੇ ਘਰਦਾ, ਛਿੰਦਵਾੜਾ ਉੱਥੇ ਉਹ ਇਹਨਾਂ ਦੀ ਹਕੂਮਤ ਹੈ, ਮੱਧ ਪ੍ਰਦੇਸ਼ ਹੈ ਛਿੰਦਵਾੜਾ, ਉੱਥੇ ਇਹਨਾਂ ਦੀ ਹਕੂਮਤ ਹੈ, ਇਹ ਤਾਂ ਮਾਰਿਆ ਰਾਜਸਥਾਨ ਕਰਕੇ ਗਿਆ, ਇਹ ਤਾਂ ਰਾਜਸਥਾਨ ਦੇ ਵਿੱਚ ਕਰਕੇ ਮਾਰਿਆ ਗਿਆ, ਉੱਥੇ ਰਾਜ ਨਹੀਂ ਨਾ ਇਹਦਾ ਹੈਗਾ, ਰਾਜ ਕਾਂਗਰਸ ਦਾ ਉੱਥੇ। ਫਿਰ ਇੱਕ ਬੰਦੇ ਜਿਹੜਾ ਉਹਨਾਂ ਦਾ ਹੈਗਾ ਜਿੱਥੇ ਲੋਕਲ ਹੈਗਾ, ਉਹ ਹੈਗੇ ਨੇ ਉੱਥੇ ਦੇ ਯੂਪੀ ਦੇ ਰਹਿਣ ਵਾਲੇ, ਯੂਪੀ ਦੇ ਨੇ, ਵਾਕਾ ਹੋਇਆ ਰਾਜਸਥਾਨ ਦੇ ਵਿੱਚ ਛਿੰਦਵਾੜੇ ਕਾਲਜ ਹੈ, ਜਦ ਗੱਲ ਹੋਈ ਲੀਕ ਆਊਟ ਹੋਈ ਹੋਊਗੀ, ਇਹਨਾਂ ਨੇ ਕਿਹਾ ਵੀ ਤੁਸੀਂ ਅਸੀਂ ਤੁਹਾਡੇ ਨਾਲ ਤਕੜੇ ਹੋਵੋ, ਗੱਲ ਵੀ ਠੀਕ ਹੈ, ਉਹ ਮਦਦ ਕਰਨੀ ਚਾਹੀਦੀ ਸੀ, ਲੋਭਤਾ ਕੇ ਜਏ ਹੈ ਕਿ ਮਮਤਾ ਕੇ ਭਏ ਹੈ, ਇਹ ਤਾਂ ਲੋਭ ਦੇ ਵਿੱਚੋਂ ਹੀ ਪੈਦਾ ਹੋਏ ਨੇ, ਲੋਭਤਾ ਕੇ ਜਏ ਹੈ, ਲੋਭ ਤਾਂ ਪੈਦਾ ਹੀ ਤਾਂ ਕੀਤਾ ਪੰਡਿਤ ਨੇ, ਤਾਂ ਕੇ ਜਏ ਹੈ, ਲੋਭ ਪੈਦਾ ਹੀ ਪੰਡਿਤ ਤੋਂ ਹੋਇਆ ਹੋਇਆ,
ਲੋਭ ਸੰਸਾਰ 'ਚ ਕਿਵੇਂ ਪੈਦਾ ਹੋ ਗਿਆ? ਬ੍ਰਾਹਮਣ ਨੇ ਲੋਭ ਮਾਰਨਾ ਸੀ, ਇਹ ਲੋਭ ਪੈਦਾ ਕਰ ਰਿਹਾ। ਜਿਹਨੇ ਮਾਰਨਾ ਤੇ ਉਹੀ ਤਾਂ ਪੈਦਾ ਕਰ ਰਿਹਾ। ਸਾਡੇ ਪ੍ਰਚਾਰਕ ਅਕਾਲ ਤਖ਼ਤ ਜਿਹੜਾ ਹੈਗਾ ਆ, ਜਿੱਥੋਂ ਵੀ ਤਖ਼ਤ ਨੇ ਸਾਡੇ ਗੁਰਦੁਆਰੇ ਨੇ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੇ ਲੋਭ ਨੂੰ ਖਤਮ ਕਰਨਾ ਤਾਂ ਉਹਦਾ ਕ੍ਰੀਏਟ ਕਰ ਰਹੇ ਨੇ। ਲੋਭ ਤੱਕ ਜਏ ਹੈ, ਲੋਭ ਤਾਂ ਉੱਥੋਂ ਜਨਮ ਲੈ ਰਿਹਾ, ਮਨੋਕਾਮਨਾਵਾਂ ਦੀ ਪੂਰਤੀ ਕਰ ਰਹੇ ਨੇ ਉਹ ਤਾਂ। ਉੱਥੇ ਤਾਂ ਅਖੰਡ ਪਾਠਾਂ ਦੀ ਫੀਸ ਅਲੱਗ ਅਲੱਗ ਹੈ, ਉਹਦਾ ਫਲ ਅਲੱਗ ਅਲੱਗ ਹੈ ਨਾ, ਫੀਸ ਅਲੱਗ ਅਲੱਗ, ਕਿਉਂ ਫਲ ਅਲੱਗ ਅਲੱਗ ਹੈ ਉਹਦਾ, ਪ੍ਰਚਾਰ ਦੇ ਹੋਣਾ ਨੇ ਚੋਰੀ ਤੇ, ਇੱਥੇ ਆਹ ਫਲ ਹੈ, ਇੱਥੇ ਜੇ ਕਰਾਉਂਗੇ ਇੱਥੇ ਆਹ ਫਲ ਹੈ, ਬੇਰੀ ਥੱਲੇ ਆਹ ਫਲ ਹੈ, ਅਕਾਲ ਤਖ਼ਤ 'ਤੇ ਆਹ ਫਲ ਹੈ, ਹਰਿਮੰਦਰ ਸਾਹਿਬ 'ਚ ਆਹ ਫਲ ਹੈ, ਅਲੱਗ ਅਲੱਗ ਇਹਨਾਂ ਦੇ ਪ੍ਰਚਾਰ ਦੇ ਹੋਣੇ ਨੇ, ਖੁੱਲ੍ਹੇ ਅਖਬਾਰਾਂ 'ਚ ਨਹੀਂ ਪ੍ਰਚਾਰ ਦੇ, ਉਹ ਪ੍ਰਚਾਰ ਦੇ ਹੋਣੇ ਨੇ। ਲਾਲਚ ਨੂੰ ਲੋਕ ਕਰਾਉਂਦੇ ਨੇ, ਲਾਲਚ ਲੋਭੇ ਹੁੰਦਾ, ਦਸ ਗੁਣਾ ਹੋਊਗਾ, ਦਸ ਗੁਣਾ ਨਹੀਂ, ਇਹ ਤਾਂ ਹੋਰੇ ਲਹੂ ਨੇ ਇਹਨਾਂ ਦੇ ਬਹੁਤ ਬੜੇ ਬੜੇ, ਇਹ ਤਾਂ ਜਨਰਲ ਹੈ। ਉੱਥੇ ਪਾਠ ਕਰਾਏ ਦਾ ਅਲੱਗ ਅਲੱਗ ਫਲ ਹੈ, ਮਮਤਾ ਕੇ ਭਏ ਹੈ ਕਿ ਮਮਤਾ ਕੇ ਭਏ ਹੈ, ਜਾਂ ਫਿਰ ਮਮਤਾ ਪੁੱਤਰ ਇੱਥੋਂ ਹੁੰਦਾ, ਇੱਥੋਂ ਮਿਲਦਾ, ਇੱਥੋਂ ਮਿਲਦਾ, ਮਮਤਾ ਔਲਾਦ ਦੀ, ਕਿਸੇ ਦਾ ਮੁੰਡਾ ਚਲਿਆ ਗਿਆ ਬਾਹਰ, ਕਿਸੇ ਦਾ ਕੁਛ ਹੋ ਗਿਆ, ਕਿਸੇ ਦਾ ਕੁਛ ਹੋ ਗਿਆ, ਇਹ ਮਮਤਾ ਜਾ ਜਾਂਦਾ। ਦੋ ਵਾਰ ਮਮਤਾ ਦੋ ਚੀਜ਼ਾਂ ਨੇ ਜਿਹੜੀਆਂ ਲਿਹੋ ਲਾ ਦਿੰਦੀਆਂ ਨੇ ਧਰਮ ਨੂੰ। ਲੋਭ ਤਾਂ ਅੱਗੇ ਜਾਏ ਹੈ ਕਿ ਮਮਤਾ ਕੇ ਭਏ ਹੈ, ਇਹ ਸੂਮਤਾ ਕੇ ਪੁੱਤਰ ਕੈਦੋਂ ਦਰਦਰ ਅਵਤਾਰ ਹੈ, ਇਹ ਸੂਮਤਾ ਦੇ ਪੁੱਤਰ ਨੇ, ਸੂਮ ਨੇ, ਸੂਮਤਾ ਜੋ ਜਨਮ ਲਿਆ ਇਹਨਾਂ ਨੇ, ਔਰ ਦਰਿਦਰ ਅਵਤਾਰ ਹੈ, ਦਲਿਦਰੀ ਨੇ, ਕੈਦੋਂ ਦਰਦਰ ਅਵਤਾਰ ਹੈ, ਦਲਿਦਰੀ ਕਿਉਂ ਨੇ, ਨਾਮ ਵਾਲੇ ਪਾਸੇ ਨੂੰ ਜਾਂਦੇ ਹੀ ਨਹੀਂ, ਚਾਨਣੇ ਜਾਂਦੇ ਹੀ ਨਹੀਂ, ਹਨੇਰੇ 'ਚ ਹਨੇਰਾ, ਲੋਕਾਂ ਨੂੰ ਹਨੇਰੇ 'ਚ ਰੱਖਦੇ ਨੇ, ਇਹ ਦਰਿੱਦਰ ਹੈ, ਜਿਹੜਾ ਕੰਮ ਕਰਨਾ ਆ ਉਹ ਕੰਮ ਨਾ ਕਰਨਾ ਹੀ ਦਰਿੱਦਰਤਾ ਹੁੰਦੀ ਹੈ, ਜਿਹੜਾ ਕਹਿੰਦਾ ਅੱਜ ਵਾਲਾ ਕੰਮ ਕੱਲ੍ਹ ਨੂੰ ਕਰ ਲਵਾਂਗੇ, ਦਰਿੱਦਰਤਾ ਹੈ। ਗੁਰਬਾਣੀ ਕਹਿੰਦੀ ਹੈ ਕਾਲ ਕਰੇ ਸੋ ਅੱਜ ਕਰ, ਅੱਜ ਕਰੇ ਸੋ ਅੱਬ, ਇਹ ਹੈਗਾ ਦਰਿੱਦਰਤਾ ਹੀ ਚੱਕੀ ਸੀ ਇਹ ਕਹਿ ਕੇ। ਇਹ ਕਹਿੰਦੇ ਨੇ ਕੋਈ ਨਹੀਂ, ਬਥੇਰੀ ਜ਼ਿੰਦਗੀ ਪਈ ਆ, ਹਾਲੇ ਆ ਪੈਸੇ ਪੂਸੇ ਇਕੱਠੇ ਕਰ ਲਈਏ, ਪਿੱਛੋਂ ਕਰ ਲਵਾਂਗੇ ਤਾਂ। ਚੌ ਪਈ, ਇਹ ਤਾਂ ਉਹ ਐਲ ਦੀ ਵੀ ਮਿਸਯੂਜ਼ ਕੀਤਾ, ਇੱਕ ਛੱਡ ਜਨ ਇੱਕ ਚੇਤੇ ਆਇਓ, ਕਾਲ ਫਾਸ ਕੇ ਬੀਜਣਾ ਆਇਓ, ਕਹਿੰਦੇ ਅਖੀਰੀ ਛੰਡ ਕਰ ਲਵਾਂਗੇ ਕੰਮ, ਕਾਲ ਫਾਸ ਤਾਂ ਕੱਟਿਆ ਹੀ ਜਾਣਾ, ਆਖਰੀ ਛੰਡ ਕੰਮ ਕਰ ਲਵਾਂਗੇ। ਆਮ ਆਦਮੀ ਨੇ ਤਾਂ ਫਿਸਲ ਜਾਣਾ, ਆਖਰੀ ਛੰਡ ਕਿਵੇਂ ਕਰ ਲਵੇਗਾ, ਜੇ ਆਦਤ ਜਿਹੀ ਪਈ ਹੋਈ ਆ ਉੱਧਰ ਰਹਿੰਦੀ ਹੈ ਧਿਆਨ। ਚੌ ਪਈ, ਪਹਿਤੀ ਬਖੈ ਬਸਾਲ ਨਾ ਡਾਰਹੀ, ਔਰਨ ਪਾਸ ਗਾਲ ਕੋ ਮਾਰਹੀ, ਗਾਲ ਕੋ ਮਾਰੀ, ਗਾਲ ਵਜਾਉਣਾ ਕਹਿੰਦੇ ਨੇ, ਬੋਲੀ ਜਾਣਾ, ਲੋਕਾਂ ਨੂੰ ਤਾਂ ਉਪਦੇਸ਼ ਦੇਈ ਜਾਣਾ, ਪਹਿਤੀ ਬਖੈ ਬਸਾਲ ਨਾ ਡਾਰਹੀ, ਉਹਦੇ ਵਿੱਚ ਹਲਦੀ ਨਹੀਂ ਪਾਉਂਦਾ ਦਾਲ 'ਚ, ਦਾਲ ਮੂੰਗੀ ਦੀ ਹਲਦੀ ਪਾਉਣੀ ਭੁੱਲ ਜਾਂਦਾ, ਨੂਣ ਨੂਣ ਤਾਂ ਸਸਤਾ, ਹਲਦੀ ਮਹਿੰਗੀ ਹੁੰਦੀ ਹੈ, ਬਸਾਰ ਹਲਦੀ ਨੂੰ ਕਹਿੰਦੇ ਨੇ, ਨਮਕ ਲੂਣੀ ਹਲਦੀ ਬਸਾਰ ਕਹਿੰਦੇ। ਜਨੀਅਤ ਕਿਸੀ ਦੇਸ ਕੇ ਰਾਜਾ, ਕੌਡੀ ਕੇ ਆਵਤ ਨਹਿ ਕਾਜਾ, ਐ ਸਮਝਦਾ ਵੀ ਮੈਂ ਕਿਸੇ ਦੇਸ਼ ਦਾ ਰਾਜਾ, ਜਨੀਅਤ ਕਿਸੀ ਦੇਸ ਕੇ ਰਾਜਾ,
ਜਦ ਕਿਸੇ ਦੇ ਘਰ ਜਾਂਦਾ ਨਾ, ਜਿਵੇਂ ਰਾਜਾ ਹੁੰਦਾ ਇਹੋ ਜਿਹੇ ਔਰ ਚੀਜ਼ਾਂ ਖਾਣ ਨੂੰ ਮੰਗਦਾ, ਔਰ ਕੌਡੀ ਦੇ ਕੰਮ ਨਹੀਂ ਆਉਂਦਾ ਕਿਸੇ ਦੇ। ਰਾਜਾ ਦਾ ਕੰਮ ਆਉਂਦਾ, ਰਾਜਾ ਦਾ ਕੰਮ ਆਉਂਦਾ ਹੈ ਪਬਲਿਕ ਦੇ, ਡਾਕੂ ਡਾਕਾ ਮਾਰਨ ਜਾਂ ਕੋਈ ਉਹਨੂੰ ਧੌਂਸ ਦੇਵੇ ਜਾਂ ਕੋਈ ਉੱਥੇ ਜ਼ਬਰਦਸਤੀ ਕਰੇ ਤਾਂ ਰਾਜੇ ਕੋਲ ਫਰਿਆਦ ਹੁੰਦੀ ਹੈ, ਰਾਜਾ ਉਹਦੇ ਕੰਮ ਆਉਂਦਾ, ਅਤੇ ਪੰਡਿਤ ਤਾਂ ਕਿਸੇ ਕੰਮ ਨਹੀਂ ਆਉਂਦਾ। ਆਪਣੇ ਆਪ 'ਚ ਰਾਜਾ ਬਣਿਆ ਬੈਠਾ, ਰਾਜੇ ਨੂੰ ਵੀ ਡਰਾਉਂਦਾ ਜਾ ਕੇ, ਤਾਂ ਕੌਡੀ ਦੇ ਕੰਮ ਨਹੀਂ ਆਉਂਦਾ ਕਿਸੇ ਦੇ। ਜੋ ਇਨ ਮੰਤਰ ਜੰਤਰ ਸਿੱਧ ਹੋਈ, ਦਰ ਦਰ ਭੀਖ ਨਾ ਮੰਗੈ ਕੋਈ। ਜਿਹਨਾਂ ਦੇ ਕੋਈ ਜੰਤਰ ਮੰਤਰ ਸਿੱਧ ਹੁੰਦਾ, ਭੀਖ ਕਾਹਦੇ ਮੰਗਦੇ ਫਿਰਦੇ? ਉਦੋਂ ਇਹ ਸੰਤ ਹੈ ਨਹੀਂ ਸੀ ਚਿੱਟੇ ਕੱਪੜੇ ਵਾਲੇ, ਹੁਣ ਸੰਤ ਵੀ ਦੱਸ ਦੇਣ ਵਾਲਾ ਉਹੀ ਹੈ। ਇਹ ਨਵੇਂ ਬਾਹਮਣ ਨੇ ਸੰਤ, ਜਿਹਨਾਂ ਕੋਲ ਸਿੱਧੀ ਹੈ ਦਰ ਦਰ ਭੀਖ ਕੇ ਮੰਗਦੇ ਫਿਰਦੇ ਨੇ, ਉਦੋਂ ਹੈ ਨਹੀਂ ਸੀ ਇਹ। ਉਦੋਂ ਸਿੱਖਾਂ ਦੇ ਆਲੇ ਦੁਆਲੇ ਪੰਡਿਤ ਸੀ, ਅੱਜ ਨਵੇਂ ਪੰਡਿਤ ਆ ਗਏ ਸੰਤ, ਆਪਣੇ ਆਪ ਨੂੰ ਕਹਾਉਂਦੇ ਨੇ ਹੈ ਬਾਹਮਣ ਇਹ, ਜਿੱਥੇ ਮਾਲਾ ਉਹ ਪੰਡਿਤ ਹੈ, ਕਿਉਂਕਿ ਮਾਲਾ ਪੰਡਿਤ ਨਾਲ ਜੁੜੀ ਹੋਈ ਹੈ। ਧੋਤੀ ਟਿੱਕਾ ਤਾਂ ਛੱਡਿਆ, ਧੋਤੀ ਟਿੱਕਾ ਜੇ ਹੋਵੇ ਤਾਂ ਫਿਰ ਪੰਡਿਤ। ਸਿੱਖ ਪੰਜਾਬ 'ਚ ਨਹੀਂ ਕਹਾ ਸਕਦਾ ਉਹ ਧੋਤੀ ਧੋਤੀ ਵਾਲਾ, ਟਿੱਕੇ ਵਾਲਾ ਤਾਂ ਕਦੇ ਵੀ ਨਹੀਂ ਕਹਾ ਸਕਦਾ। ਕੋਈ ਟਿੱਕੇ ਵਾਲਾ ਸਿੱਖ ਕਿਤੇ ਵੀ ਨਹੀਂ ਕਹਾ ਸਕਦਾ, ਧੋਤੀ ਵਾਲਾ ਕਹਾ ਸਕਦਾ, ਟਿੱਕੇ ਵਾਲਾ ਨਹੀਂ ਕਹਾ ਸਕਦਾ। ਸਿੱਧੀ ਸਾਰੇ ਧੋਤੀ ਬੰਨ ਲੈਂਦੇ ਨੇ, ਸਿੱਖ ਨੇ ਟਿੱਕਾ ਨਹੀਂ ਲਾਉਂਦੇ, ਉਹ ਕਹਾ ਸਕਦਾ, ਸਮਝਿਆ ਨਹੀਂ? ਸਿੰਧੀ ਟਿੱਕਾ ਨਹੀਂ ਲਾਉਂਦੇ। ਛੇਵੇਂ ਪਾਤਸ਼ਾਹ ਦੇ ਨਾਲ ਕਿਸ਼ਾਰਾ ਨਹੀਂ ਦਿੰਦਾ, ਸਭ ਧੋਤੀਆਂ ਪਾਉਂਦੇ ਸੀ ਜਾਂ ਜੰਗ ਕਰਦੇ ਸੀ। ਕਿਸ਼ਾਰਾ ਦਸਮ ਪਾਤਸ਼ਾਹ ਨੇ ਆਇਆ ਤਾਂ ਪਹਿਲਾਂ ਕੀ ਸੀ? ਕਛਹਿਰਾ ਦਸਮ ਪਾਤਸ਼ਾਹ ਤੋਂ ਬਾਅਦ ਆਇਆ, ਪਹਿਲਾਂ ਕੀ ਸੀ? ਧੋਤੀ ਨਹੀਂ ਹੈ ਸਾਨੂੰ ਮਨਾ ਕਿਤੇ ਵੀ, ਸਿੰਧੀ ਨੇ ਸਿੱਖ ਨੇ ਦਸਮ ਪਾਤਸ਼ਾਹ ਦੇ ਵੇਲੇ ਉਹਨਾਂ ਦਾ ਸੰਪਰਕ ਨਹੀਂ ਰਿਹਾ ਸਾਡੇ ਨਾਲ ਸਿੰਧੀਆਂ ਦਾ, ਜੇ ਖਾਲਸਾ ਸਜਿਆ ਟਾਈਮ ਹੈ ਥੋੜ੍ਹਾ ਸੀ, ਕਿਲੇ 'ਚ ਘਰੇ ਰਹੇ ਨੇ 99 ਤੋਂ ਲੈ ਕੇ 2004 ਤੱਕ ਹੀ ਗੱਲ ਹੈ, 4 ਤੱਕ ਲੈ ਹੀ ਛੱਡਤਾ। ਸਿੰਧ ਜਾਂਦੇ ਵੀ ਕਦ ਨਾ ਸਿੰਧ ਵਾਲੇ ਆਉਂਦੇ ਸੀ, ਸੰਪਰਕ ਹੀ ਨਹੀਂ ਰਿਹਾ ਉਹਨਾਂ ਨਾਲ। ਰਣਜੀਤ ਸਿੰਘ ਦੇ ਰਾਜ 'ਚ ਟੁੱਟ ਗਿਆ ਸੰਪਰਕ, ਕਿ ਬਾਰਡਰ ਹੋ ਗਿਆ ਨਾ, ਸਿੱਖ ਰਾਜ ਦਾ ਬਾਰਡਰ ਅੱਡ ਹੋ ਗਿਆ। ਉਹ ਸਿੱਖ ਨੇ, ਸ਼ਰਧਾ ਵੀ ਹੈ, ਧੋਤੀ ਪਾਉਂਦੇ ਨੇ, ਟਿੱਕਾ ਨਹੀਂ ਲਾਉਂਦੇ। ਇਵੇਂ ਧੋਤੀ ਇਹਨਾਂ ਨੇ ਧੋਤੀ ਵੀ ਲਾ ਕੇ, ਧੋਤੀ ਪਾ ਲੈਂਦੇ ਚਾਹੇ ਸੰਤ, ਕੋਈ ਹਰਜ ਨਹੀਂ ਸੀ, ਟਿੱਕਾ ਨਾ ਲਾਉਂਦੇ। ਨਿਰਵਲੇ ਧੋਤੀ ਪਾਉਂਦੇ ਹੀ ਨੇ, ਟਿੱਕਾ ਨਹੀਂ ਲਾਉਂਦੇ। ਉਹ ਸਿੱਖੇ ਨੇ, ਉਹ ਨਹੀਂ ਗੱਲ ਹੈ, ਵਿਚਾਰਧਾਰਾ ਦੀ ਗੱਲ ਹੈ। ਅਕਾਲੀਆਂ ਨੂੰ ਅਸੀਂ ਕੀ ਕਰਾਂਗੇ? ਵਿਚਾਰਧਾਰਾ ਤਾਂ ਹੈ ਉਹ ਨਹੀਂ ਉਹਨਾਂ ਕੋਲ, ਵਿਚਾਰਧਾਰਾ ਦਾ ਵਿਰੋਧੀ ਨੇ ਇਹ। ਜਿਹੜਾ ਵਿਚਾਰਧਾਰਾ ਦਾ ਵਿਰੋਧ ਕਰਦਾ ਹੈ, ਮਾਲਾ ਨਹੀਂ ਰੱਖ ਸਕਦੇ, ਨਾਮਧਾਰੀਆਂ ਕੋਲ ਮਾਲਾ ਨਹੀਂ ਅਲਾਊਡ, ਸੰਤਾਂ ਕੋਲ ਮਾਲਾ ਨਹੀਂ ਅਲਾਊਡ, ਉੱਥੇ ਮਾਲਾ ਨਹੀਂ ਦੇਖੋਗੇ ਤੁਸੀਂ, ਸਿੰਧੀਆਂ ਕੋਲ ਮਾਲਾ ਨਹੀਂ ਦੇਖੋਗੇ।
ਨਾ ਬਣਦੇ ਨੇ ਨਾ ਉਹ ਕਿਤੇ ਉਹਨਾਂ ਦੇ ਪ੍ਰਚਾਰ ਹੈ ਮਾਲਾ ਦਾ। ਸਿੱਖ ਦੇ ਕੋਲ ਮਾਲਾ ਨਹੀਂ ਚਾਹੀਦੀ ਕਿਉਂਕਿ ਧੋਤੀ ਟਿੱਕਾ ਮਾਲਾ ਤਿੰਨ ਇਕੱਠੇ ਨੇ ਸਾਡੇ ਕੋਲ। ਮਾਲਾ ਕਿਸੇ ਦੇ ਭੇਖ 'ਚ ਪਹਿਲਾਂ ਆ ਚੁੱਕੀ ਹੈ, ਉਹ ਬ੍ਰਾਹਮਣ ਕੋਲ ਆਈ ਹੋਈ ਹੈ। ਜਿਵੇਂ ਝੋਲੀ ਖਿੰਦਾ ਡੰਡਾ ਜੋਗੀ ਨਾਲ ਜੁੜਿਆ ਹੋਇਆ, ਉਹ ਪੰਡਤ ਰਾਣੀ ਜੁੜਿਆ ਹੋਇਆ। ਸ਼ਿਵ ਭਗਤਾਂ ਦਾ ਤਿਲਕ ਹੋਰ ਤਰ੍ਹਾਂ ਦਾ, ਵਿਸ਼ਨੂੰ ਭਗਤਾਂ ਦਾ ਤਿਲਕ ਹੋਰ ਤਰ੍ਹਾਂ ਦਾ, ਤਿਲਕ ਦਾ ਵੀ ਫਰਕ ਹੈ ਇਹਨਾਂ ਦੇ। ਇੱਕ ਤਰਸੂਲ ਵਰਗਾ ਤਿਲਕ ਲਾਉਂਦੇ ਨੇ ਲਾਲ ਰੰਗ ਦਾ, ਇੱਕੋ ਤਿੰਨ ਉਂਗਲੀਆਂ ਦਾ ਤਿਲਕ ਲਾਉਂਦੇ ਨੇ ਮੱਥੇ 'ਤੇ ਐਂ ਕਰਕੇ, ਉਹ ਚਿੱਟੇ ਰੰਗ ਦਾ ਹੁੰਦਾ, ਚੰਨਣ ਦਾ ਤਿਲਕ ਹੁੰਦਾ। ਇੱਥੋਂ ਇਹਨਾਂ ਦਾ ਪਤਾ ਲੱਗਦਾ ਅੱਡੋ ਅੱਡ ਆਪਣਾ ਆਪਣਾ, ਜਿਹੜੀਆਂ ਮੱਤਾਂ ਨੇ ਉੱਥੇ ਨਿਸ਼ਾਨੀਆਂ ਨੇ ਆਪਣੇ ਆਪਣੇ। ਇੱਕ ਬਿਲਕੁਲ ਐਂ ਟਿੱਕਾ ਸਿੱਧਾ ਹੀ ਲਾਉਂਦੇ ਨੇ ਛੋਟਾ ਜਿਹਾ ਹੀ, ਉਹਦੇ ਵੀ ਵਾਲੇ ਨੇ। ਉਹ ਜਿਹੜੇ ਬ੍ਰਾਹਮਣ ਨੇ ਉਹ ਨੇ। ਏਕੈ ਮੁਕਤੇ ਮੰਤਰ ਉਚਾਰੈ ਧਨ ਸੋ ਸਗਲ ਧਾਮ ਭਰ ਡਾਰੈ। ਇਹ ਜਿਹੜੇ ਕਹਿੰਦੇ ਨੇ ਸਾਡੇ ਸਿੱਧੀਆਂ ਨੇ, ਸਾਡੇ ਕੋਲ ਇਹ ਹੈ ਵੋ ਹੈ, ਫਿਰ ਮੰਗਦੇ ਕਾਹਦੇ ਫਿਰਦੇ ਨੇ? ਫਿਰ ਤਾਂ ਐਂ ਹੈ ਵੀ ਮੰਤਰ ਉਚਾਰਨ ਕਰਨ ਸਾਰੇ, ਤਾਂ ਇਹਨਾਂ ਦੇ ਜਿਹੜੇ ਨੇ ਖਜ਼ਾਨੇ ਭਰ ਜਾਣ। ਜੋ ਇਹਨ ਮੰਤਰ ਜੰਤਰ ਸਿੱਧ ਹੋਈ ਦਰ ਦਰ ਸਿੱਧੀ ਹੋਵੇ, ਫਿਰ ਆਪਣੇ ਮੰਤਰ ਉਚਾਰ ਕੇ ਤੁਹਾਨੂੰ ਉੱਥੇ ਗੋਦਾਮ ਭਰ ਲੈਣ, ਗਡਾਊਨਾਂ 'ਚ ਭਰ ਕੇ ਲੋਕਾਂ ਨੂੰ ਵੰਡਣ, ਫਿਰ ਲੋਕਾਂ ਦੇ ਕਾਹਦੇ ਮੰਗਦੇ ਫਿਰਦੇ ਨੇ? ਇਹੀ ਗੱਲਾਂ ਅਸੀਂ ਕਹੀਆਂ ਸੀਆਂ ਪਿੱਛੇ ਵੀ ਕਈ ਵਾਰ ਕਹੀਆਂ ਨੇ, ਇਕੱਠੀਆਂ ਇੱਥੇ ਲਿਖੀਆਂ ਹੋਈਆਂ ਨੇ ਗੁਰਬਾਣੀ 'ਚ। ਗੁਰੂ ਘਰ 'ਚ ਵੀ ਇਹ ਕਹਿ ਕੇ ਨਹੀਂ ਸੀ ਪੈਸੇ ਆਉਂਦੇ ਉੱਥੇ ਵੀ, ਅਸੀਂ ਕੁਛ ਤੁਹਾਨੂੰ ਗਾਹਾਂ 10 ਗੁਣਾ ਦੇ ਦਾਂਗੇ ਜਾਂ ਨਾ ਦੇ ਦਾਂਗੇ, ਇਹ ਨਹੀਂ ਸੀ ਕਹਿੰਦੇ। ਉਹ ਇਹ ਜੇ ਆਪ ਕਹਿੰਦੇ ਹੁੰਦੇ ਤਾਂ ਉਹਦੇ ਖਿਲਾਫ਼ ਕਿਉਂ ਬੋਲਦੇ? ਗੱਲ ਦੇ ਖਿਲਾਫ਼ ਨਹੀਂ ਬੋਲ ਸਕਦੇ ਸੀ। ਇੱਕੈ ਮੁਕਤੇ ਮੰਤਰ ਉਚਾਰੈ ਧਨ ਸੋ ਸਗਲ ਧਾਮ ਭਰ ਡਾਰੈ। ਫਿਰ ਤਾਂ ਇੱਕ ਮੰਤਰ ਉਚਾਰਿਆ, ਸਾਰੇ ਆਪਣੇ ਧਰ ਜਿਹੜੇ ਨੇ ਆ ਬਾਹਰ ਬਹਿ ਜਾਣ, ਘਰ ਸਾਰਾ ਭਰ ਦੇਣ ਖਜ਼ਾਨਾ ਮੋਹਰਾਂ ਨਾਲੇ, ਅਸੀਂ ਜਵਾਹਰਾਤ ਨਾਲ ਧਾਮ ਭਰ ਲੈਣਾ ਆਪਣਾ। ਫਿਰ ਜੇ ਸਿੱਧ ਹੋਵੇ ਕੋਈ, ਸਿੱਧੀ ਹੋਵੇ ਇਹਨਾਂ ਕੋਲ, ਫਿਰ ਲੋਕਾਂ ਤੋਂ ਕੌਡੀ ਕੌਡੀ ਕਿਉਂ ਮੰਗਣਾ? ਠੀਕ ਹੈ, ਦਲੀਲ ਹੈ ਜਨਰਲ ਆਦਮੀ ਦੀ, ਸਾਰੇ ਸਿਆਣੇ ਆਦਮੀ ਇਹੀ ਦਲੀਲ ਦਿੰਦੇ ਨੇ। ਇੱਥੇ ਪੈਂਤਰਾ ਹੋਰ ਬਦਲ ਜਾਣਗੇ, ਝੂਠ ਬੋਲ ਦੇਣਗੇ, ਕੁਛ ਵੀ ਸੱਚ ਨਹੀਂ ਇਹਨਾਂ ਕੋਲ ਹੈ, ਕਿਸੇ ਕੋਲ ਵੀ ਫਰੋਡ ਹੈ, ਸਭ ਫਰੋਡ, ਨਿਰਾ ਝੂਠ, ਕੁਛ ਨਹੀਂ ਕੋਲ ਕਿਸੇ ਦੇ। ਰਾਮ ਕਿਸ਼ਨ ਇਹ ਜਿਨੇ ਮਖਾਨਾ ਸ਼ਿਵ ਬ੍ਰਹਮਾ ਇਹ ਜਾਹੇ ਪਰਮਾਨਾ। ਜਿਹਨੂੰ ਰਾਮ ਕਿਸ਼ਨ ਕਹਿੰਦੇ ਨੇ, ਜਿਹਨੇ ਮਖਾਨਾ, ਜਿਹਨੂੰ ਇਹ ਰਾਮ ਕ੍ਰਿਸ਼ਨ ਦਾ ਕਹਿੰਦੇ ਨੇ ਮੰਨਦੇ ਨੇ, ਸ਼ਿਵ ਬ੍ਰਹਮਾ ਇਹ ਜਾਹੇ ਪਰਮਾਨਾ ਹੈ, ਜਿਹਨੂੰ ਸ਼ਿਵ ਬ੍ਰਹਮਾ ਦੇ ਪ੍ਰਮਾਣ ਦੇ ਨੇ ਮੰਨਿਆ ਹੋਇਆ ਇਹਨਾਂ ਨੇ, ਤੇ ਸਭ ਹੀ ਸ੍ਰੀ ਕਾਲ ਸੰਘਾਰੇ, ਇਹ ਸਾਰੇ ਹੀ ਸ੍ਰੀ ਕਾਲ ਹੁਕਮ ਦੇ ਬਸ ਵਿੱਚ ਨੇ, ਤੇ ਸਭ ਹੀ ਸ੍ਰੀ ਕਾਲ ਸੰਘਾਰੇ, ਇਹ ਜੰਮਦੇ ਮਰਦੇ ਰਹੇ ਨੇ, ਜਿਹਦੀ ਸਰੀਰ ਹੈ ਜਿਹਦੇ ਕੋਲ ਦੇਹ ਹੈ ਉਹ ਜੰਮਦਾ ਮਰਦਾ ਰਿਹਾ। ਹੁਣ ਦਿਖਾਓ ਸ਼ਿਵ ਜੀ ਕਿੱਥੇ ਹੈ ਜਿਹਨੂੰ ਤੁਸੀਂ ਕਹਿੰਦੇ ਸੀ, ਪਾਰਵਤੀ ਕਿੱਥੇ ਦਿਖਾਓ, ਕ੍ਰਿਸ਼ਨ ਦਿਖਾਓ ਕਿੱਥੇ ਹੈ? ਕ੍ਰਿਸ਼ਨ ਨੂੰ ਤੁਸੀਂ ਮਰਿਆ ਹੋਇਆ ਮੰਨਦੇ ਹੋ, ਸ਼ਿਵ ਜੀ ਨੂੰ ਜੰਮਿਆ ਮਰਿਆ ਨਹੀਂ ਮੰਨਿਆ ਹੋਇਆ ਇਹਨਾਂ ਨੇ, ਸ਼ਿਵ ਦੇ ਅਵਤਾਰ ਹੋਏ ਨੇ,
ਅਵਤਾਰ ਸਾਡੇ ਕੋਲ ਦੱਤਾਤਰਾਇਆ, ਸਰੀਰ ਕਰਕੇ ਜੰਮੇ ਵੀ ਨੇ ਮਰੇ ਵੀ ਨੇ, ਜਿਹੜੇ ਆਤਮਾ ਦੀ ਗੱਲ ਹੈ ਉਹ ਹੋਰ ਹੈ, ਅਸੀਂ ਇਹ ਸਰੀਰ ਲੈਵਲ ਦੀ ਗੱਲ ਹੈ ਪਬਲਿਕ ਨਾਲ ਹੋ ਰਹੀ। ਕਾਲ ਪਾਏ ਕੇ ਬਹੁਤ ਸਵਾਰੇ, ਕਾਲ ਨੇ ਫੇਰ ਸਮਾਂ ਪਾ ਕੇ ਫੇਰ ਉਹ ਜੇ ਹੋਰ ਬਣਾ ਲਏ, ਇਹ ਤਾਂ ਪੈਦਾ ਹੁੰਦੇ ਰਹਿੰਦੇ ਨੇ ਮਰਦੇ ਰਹਿੰਦੇ ਨੇ। ਕੇਤੇ ਰਾਮ ਚੰਦ ਅਰ ਕ੍ਰਿਸ਼ਨਾ, ਕੇਤੇ ਚਤੁਰਾਨ ਸ਼ਿਵ ਵਿਸ਼ਨਾ, ਕਿੰਨੇ ਹੀ ਫੇਰ ਪੈਦਾ ਕਰ ਲਏ ਰਾਮ ਚੰਦਰ ਕ੍ਰਿਸ਼ਨ, ਕਿੰਨੇ ਹੀ ਪੈਦਾ ਕਰ ਲਏ, ਇਹਨਾਂ ਦਾ ਤਾਂ ਇੱਕ ਹੈ। ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਜਿਹੜੀ ਗੱਲ ਪਿੱਛੇ ਕਹੀ ਹੋਈ ਹੈ ਨਾ ਉਹੀ ਇੱਥੇ ਕਹੀ ਹੋਈ ਹੈ। ਜਿਹੜੇ ਆਦਮੀ ਨੇ ਉਹ ਗੱਲ ਲਿਖੀ ਉਸ ਨੇ ਲਿਖਿਆ, ਚਿਤੁਰ ਪਖਾਣੀ ਉਹਨੇ ਲਿਖਿਆ ਜਿਹਨੇ ਪਿੱਛੇ ਲਿਖਿਆ, ਜਿਹਨੇ ਪਿੱਛੇ ਲਿਖਿਆ ਉਹ ਨਹੀਂ ਲਿਖਿਆ। ਇੱਕ ਸ਼ਿਵ ਭਾਏ ਇੱਕ ਫਿਰ ਗਏ, ਹਾਂ ਇੱਕ ਸ਼ਿਵ ਗਏ ਇੱਕ ਭਏ ਇੱਕ ਫਿਰ, ਇੱਕ ਸ਼ਿਵ ਗਏ ਭਏ ਇੱਕ ਗਏ ਇੱਕ ਫਿਰ ਭਏ, ਰਾਮ ਔਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਉਹੀ ਗੱਲ ਇਹ। ਕਿਤੇ ਚਤੁਰਾਨ ਸ਼ਿਵ ਵਿਸ਼ਨਾ, ਕਿਤੇ ਚਤੁਰਾਨ, ਚਤੁਰਾਨ ਵਿਸ਼ਨੂੰ ਨੂੰ ਕਹਿੰਦੇ ਨੇ, ਨਾ ਬ੍ਰਹਮਾ ਨੂੰ ਕਹਿੰਦੇ ਨੇ, ਚਤੁਰਾਨ ਬ੍ਰਹਮਾ ਚਾਰ ਮੁਖਾਂ ਵਾਲਾ, ਕਿੰਨੇ ਵਿਸ਼ਨੂੰ ਨੇ ਕਿਤਨੇ ਸ਼ਿਵ ਨੇ, ਇਹ ਆਦਮੀ ਉਹ ਸ਼ਿਵ ਹੈ, ਆਦਮੀ ਉਹ ਬ੍ਰਹਮਾ ਹੈ, ਆਦਮੀ ਕੋਲ ਹੀ ਹੈ ਸਾਰਾ ਗਿਆਨ, ਗਿਆਨਵਾਨ ਵੀ ਨੇ ਆਦਮੀ, ਜਿਹੜਾ ਸਧਨਾ ਕਸਾਈ ਹੈ ਉਹ ਸ਼ਿਵ ਦਾ ਅਵਤਾਰ ਹੈ, ਉਹਨੂੰ ਸ਼ਿਵ ਕਦੇ ਨਹੀਂ ਮੰਨਦੇ, ਉਹ ਤਾਂ ਮਾਰਦਾ ਹੀ ਹੈ, ਨਾਲੇ ਕਹਿੰਦੇ ਨੇ ਸ਼ਿਵ ਸਾਰਿਆਂ ਨੂੰ ਮਾਰਦਾ ਸੰਹਾਰ ਕਰਦਾ, ਉਹਨੂੰ ਸ਼ਿਵ ਦਾ ਅਵਤਾਰ ਨਹੀਂ ਮੰਨਦੇ, ਅਤੇ ਉਹ ਤਾਂ ਭਗਤਾਂ 'ਚ ਆ ਗਿਆ, ਫਿਰ ਸ਼ਿਵ ਦਾ ਅਵਤਾਰ ਹੈ ਉਹ, ਉਹਨੂੰ ਨਾ ਮੰਨਣ ਵਾਲਾ ਠੱਗ ਹੈ, ਉਹਨੂੰ ਨੀਚ ਮੰਨਣ ਵਾਲਾ, ਉਹਨੂੰ ਕਰੂਲ ਮੰਨਣ ਵਾਲਾ, ਕਸਾਈ ਕਹਿਣ ਵਾਲਾ ਤਾਂ ਠੱਗ ਹੈ। ਤਾਂ ਹੀ ਕਬੀਰ ਕਹਿੰਦਾ ਕਾਕੋ ਕਹੋ ਕਸਾਈ, ਕਸਾਈ ਕਿਹਨੂੰ ਕਹਿੰਦੇ ਹੋ ਤੁਸੀਂ, ਬਲੀਆਂ ਦਿੰਦੇ ਹੋ ਘੋੜਿਆਂ ਦੀਆਂ, ਆਦਮੀ ਨਰ ਨਰ ਉਹ ਨਰ ਨਹੀਂ ਲਿਖਿਆ ਹੋਇਆ, ਪੜਦਾ ਨੇ ਕਿਹਾ ਨਹੀਂ ਵੀ ਇੰਨਾ ਇਕੱਲਾ ਇੰਨਾ ਦਾਨ ਦੇਣਾ ਪਊਗਾ ਜੇ ਉਹ ਤੂੰ ਨਰਮੇ ਦਿਆ ਕਰੇਗਾ, ਉਹ ਤਾਂ ਆਦਮੀ ਮਾਰਨੇ ਸੀ, 125,000 ਰਾਜਾ ਮਾਰਨਾ ਸੀ, ਉਹ ਨਹੀਂ ਪਾਪ ਹੈਗਾ, ਆਪ ਨੂੰ ਜੇ ਉੱਥੇ ਮਿਲਦਾ ਸਾਰਾ ਤਾਂ ਤਾਂ ਜੋ ਆਪ ਨੂੰ ਮਿਲ ਜਾਣਾ। ਚੰਦ ਸੂਰਜ ਕਵਣ ਵਿਚਾਰੇ, ਪਾਣੀ ਭਰਤ ਕਾਲ ਕੇ ਦੁਆਰੇ, ਆ ਚੰਦ ਸੂਰਜ ਵਿਚਾਰੇ ਕਿਹੜੀ ਗੱਲ ਹੈ, ਚਿੱਤਰ ਮਨ ਆਮ ਆਦਮੀ ਇਹ ਤਾਂ ਉਹਦੇ ਪਾਣੀ ਭਰਦੇ ਨੇ ਕਾਲ ਕੇ ਦੁਆਰੇ, ਇਹ ਤਾਂ ਉਹਦੇ ਹੁਕਮ ਚ ਪਾਣੀ ਭਰਨਾ ਹੁਕਮ ਚ ਰਹਿਣਾ ਹੁੰਦਾ, ਇਹ ਤਾਂ ਸਾਰੇ ਉਹਦੇ ਹੁਕਮ ਚ ਚੱਲਦੇ ਨੇ, ਬਾਹਰਲੇ ਉਤਲੇ ਚੰਦ ਸੂਰਜ ਵੀ ਹੈ ਲੋਕ ਵੀ, ਇਹ ਤਾਂ ਉਹਦੇ ਚਲਾਏ ਚੱਲਦੇ ਨੇ, ਉਹਦਾ ਵਿਚਾਰੇ ਪਾਣੀ ਭਰਦੇ ਨੇ, ਜੋ ਕਹਿੰਦੇ ਉਹ ਕਰਦੇ ਨੇ। ਕਾਲ ਪਾਏ ਸਭ ਹੀ ਇਹ ਭਏ, ਕਾਲੋ ਪਾਏ ਕਾਲ ਹੈ ਗਏ, ਕਾਲ ਪਾਏ ਹੁਕਮ ਨਾਲ ਪੈਦਾ ਹੋਏ ਨੇ, ਆਗਿਆ ਪਈ ਹੈ, ਸਮਾਂ ਆਇਆ, ਸਮੇਂ ਸਿਰ ਇਹ ਪ੍ਰਗਟ ਹੋਏ ਨੇ, ਪਰਮੇਸ਼ਰ ਦੀ ਮਰਜ਼ੀ ਨਾਲ ਸਮਾਂ ਆਇਆ, ਉਹਨੇ ਪ੍ਰਗਟ ਕਰ ਲਏ, ਕਾਲੋ ਪਾਏ ਕਾਲ ਹੈ ਗਏ, ਸਮੇਂ ਨਾਲ ਇਹ ਆਪਣਾ ਜਦ ਉਹਦੀ ਮਰਜ਼ੀ ਹੁੰਦੀ ਹੈ ਕਾਲ ਬਸ ਹੋ ਜਾਂਦੇ ਨੇ, ਛੇ ਹੋ ਜਾਂਦੇ ਨੇ। ਕਾਲ ਹੀ ਪਾਏ ਬਹਰੋ ਅਵਤਾਰ ਹੈ, ਜਿੰਨੇ ਅਵਤਾਰ ਨੇ ਸਾਰੇ ਉਹਦੇ ਹੁਕਮ ਨਾਲ ਪੈਦਾ ਹੁੰਦੇ ਨੇ, ਕਾਲ ਯੁੱਗੇ ਯੁੱਗ ਸਮੇਂ ਸਮੇਂ ਸਿਰ ਪੈਦਾ ਹੁੰਦੇ ਨੇ, ਹਰ ਯੁੱਗ ਯੁੱਗ ਭਗਤ ਉਹੀ ਆ ਕਾਲ, ਸਮੇਂ ਸਮੇਂ ਉਹਦਾ ਪ੍ਰੋਗਰਾਮ ਹੈ, ਜਿਵੇਂ ਸਮੇਂ ਸਮੇਂ ਸਿਰ ਉਵੇਂ ਪੈਦਾ ਕਰਦਾ ਰਹਿੰਦਾ, ਕਾਲ ਦਾ ਮਤਲਬ ਹੈ ਸਮੇਂ ਸਮੇਂ ਸਿਰ ਜਿਵੇਂ ਉਹਦਾ ਪ੍ਰੋਗਰਾਮ ਹੈ ਉਵੇਂ ਉਵੇਂ ਪੈਦਾ ਕਰਦਾ ਰਹਿੰਦਾ, ਉਵੇਂ ਉਵੇਂ ਉਹ ਨਾਸ ਹੁੰਦੇ ਰਹਿੰਦੇ ਨੇ। ਕਾਲ ਹੀ ਕਾਲ ਪਾਏ ਸੰਘਰ ਹੈ, ਕਾਲ ਜਿਹੜਾ ਸਮੇਂ ਸਿਰ ਆ ਕੇ ਆਗਿਆ ਨਾਲ ਉਹਦੇ ਨਾਲ ਸੰਘਾਰ ਹੋ ਜਾਂਦਾ ਇਹਨਾਂ ਦਾ,
ਸਮਾਂ ਆ ਗਿਆ, ਦੋਵੇਂ ਕਾਲ ਚੱਲਦੇ ਨੇ, ਸਮਾਂ ਉਹਦਾ ਆ ਗਿਆ ਹੋ ਜਾਂਦੀ ਹੈ ਪ੍ਰੋਗਰਾਮ ਦੇ। ਦੇਖੋ ਨਾ ਉਹ ਕੋਈ ਡਰਾਮਾ ਖੇਲਦੇ ਨੇ, ਉਹ ਸੀਨ ਜਾਂ ਸਮਾਂ ਆਉਂਦਾ ਉਦੋਂ ਆ ਜਾਂਦਾ, ਸੀਨ ਉਸੇ ਹਿਸਾਬ ਨਾਲ ਚੱਲਦੇ ਨੇ, ਜੋ ਉਹਦੀ ਪ੍ਰੋਗਰਾਮ ਹੈ ਉਹਦੀ ਖੇਡ ਦਾ ਉਵੇਂ ਉਵੇਂ ਉਹ ਲਿਆਉਂਦਾ। ਦੋਹਰਾ ਸਰਾਪ ਰਾਜ ਸੀ ਕਹਿ ਦਏ ਜੋ ਭਇਓ ਪਾਹਣ ਜਾਏ, ਤਾਏ ਕਹਿਤ ਪਰਮੇਸ਼ਰ ਤੈ ਮਨ ਮੈਂ ਨਹੀਂ ਲਿਜਾਏ। ਦੋਹਰਾ ਸਰਾਪ ਰਾਜ ਸੀ ਕਹਿ ਦਏ ਜੋ ਭਏ ਭਜੋ ਭਇਓ ਪਾਹਣ ਜਾਏ। ਜਿਹੜੇ ਰਾਕਸ਼ ਦੇ ਸਰਾਪ ਨਾਲ ਪੱਥਰ ਬਣ ਸਕਦਾ ਕੋਈ ਚੀਜ਼, ਕਿਸੇ ਰਾਕਸ਼ ਨੇ ਸਰਾਪ ਦਿੱਤਾ ਕਹਿੰਦੇ ਪੱਥਰ ਬਣ ਗਿਆ, ਉਹਦੀ ਤੁਸੀਂ ਉਹਦਾ ਭਜਨ ਕਰਦੇ ਹੋ, ਬੰਦਗੀ ਕਰਦੇ ਹੋ, ਤਾਂ ਰਾਕਸ਼ ਬਣਾ ਦਿੰਦਾ ਪੱਥਰ, ਤਾਂ ਪੱਥਰ ਤਾਂ ਰਾਕਸ਼ਣੀ ਦੇ ਸਰਾਪ ਨਾਲ ਬਣਿਆ ਹੋਇਆ, ਉਹਦੀ ਤੁਸੀਂ ਪੂਜਾ ਕਰਦੇ, ਰਾਕਸ਼ ਨੂੰ ਮਾੜਾ ਕਹਿੰਦੇ ਹੋ, ਫਿਰ ਰਾਕਸ਼ ਚੰਨੇ ਹੋਏ ਤੁਹਾਡੇ ਨੂੰ ਤਾਂ। ਤਾਹੀ ਕਹਿਤ ਪਰਮੇਸ਼ਰ ਤੈ ਮਨ ਮੈਂ ਨਹੀਂ ਲਿਜਾਏ। ਉਹਨੂੰ ਤੁਸੀਂ ਪਰਮੇਸ਼ਰ ਮੰਨਦੇ ਹੋ, ਸ਼ਰਮ ਆਉਂਦੀ ਨਹੀਂ ਤੁਹਾਨੂੰ? ਹੁਣ ਉਹ ਰਾਕਸ਼ਣੀ ਦੇ ਸਰਾਪ ਵਾਲੀ ਗੱਲ ਆਹ ਚ ਨਹੀਂ ਆਈ ਹੋਈ, ਬੇਸਿਕ ਧਰਮ ਦੇ ਗਿਆਨ ਬਿਨਾਂ ਪੰਡਿਤ ਨਾਲ ਚਰਚਾ ਨਹੀਂ ਹੋ ਸਕਦੀ, ਪੰਡਿਤ ਨਾਲ ਚਰਚਾ ਨਹੀਂ ਹੋ ਸਕਦੀ। ਇਹ ਬੇਸਿਕ ਧਰਮ ਹੈ ਪੰਡਿਤ ਦਾ, ਉਹਨੇ ਬਾਟ ਕਿਵੇਂ ਪਾੜੀ ਹੈ, ਉਹ ਕਿਵੇਂ ਕਿਵੇਂ ਉਹਨੂੰ ਝੂਠਾ ਕਰਨਾ ਤੁਸੀਂ ਹੋਰ ਐਂਗਲਾਂ ਤੋਂ ਵੀ, ਬੇਸਿਕ ਧਰਮ ਹੈ ਇਹਦੇ ਵਿੱਚ ਹੈ। ਉਹ ਵੱਖਰੀ ਗੱਲ ਹੈ, ਆ ਜਿਹੜਾ ਸ਼ੁਕਰ ਹੈ, ਸ਼ੁਕਰ ਰਾਕਸ਼ਾਂ ਦਾ ਤੇ ਉਹ ਗੁਰੂ ਹੈ, ਜਿਹੜਾ ਵੀਰਵਾਰ ਹੈ ਗੁਰੂਵਾਰ ਜਿਹਨੂੰ ਕਹਿੰਦੇ ਨੇ, ਇਹ ਇਹਨਾਂ ਦਾ ਦੇਵਤਿਆਂ ਦਾ ਗੁਰੂ ਹੈ, ਦੋਵੇਂ ਇਕੱਠੇ ਹੀ ਨੇ। ਜਿਹੜਾ ਕ੍ਰਿਸ਼ਨ ਦਾ ਗੁਰੂ ਹੈ ਉਹ ਰਾਕਸ਼ ਹੈ, ਦਰਵਾਸਾ, ਉਹ ਦੇਵਤਿਆਂ 'ਚ ਨਹੀਂ ਆਉਂਦਾ, ਤਾਂ ਹੀ ਤਾਂ ਕ੍ਰਿਸ਼ਨ ਪੰਡਿਤ ਦੇ ਖਿਲਾਫ ਹੈ, ਕ੍ਰਿਸ਼ਨ ਪੰਡਿਤ ਦੇ ਖਿਲਾਫ ਨਹੀਂ। ਅਸਲ 'ਚ ਜਿਹਦੇ ਕੋਲ ਸੱਚ ਹੈ ਦਾ ਪ੍ਰਚਾਰਕ ਹੈ ਉਹ ਰਾਕਸ਼ ਹੈ ਪੰਡਿਤ ਦੇ ਸਾਹਮਣੇ। ਦਸਮ ਪਾਤਸ਼ਾਹ ਵੀ ਰਾਕਸ਼ ਵਾਲੀ ਗੱਲ ਕਰ ਰਿਹਾ, ਇਹਨਾਂ ਦੇ ਖਿਲਾਫ਼ ਕਰ ਰਿਹਾ, ਆ ਕੁੜੀ ਨੇ ਰਾਕਸ਼ ਦੀ ਬਿਰਤੀ ਨਹੀਂ ਕੀਤੀ, ਉਹਦੇ ਮੂੰਹ 'ਤੇ ਮਾਰਿਆ ਨਹੀਂ ਚੱਕ ਕੇ, ਇਹ ਰਾਕਸ਼ ਹੈ, ਜਿਹੜੇ ਇਹਨਾਂ ਨੂੰ ਕੁੱਟਦੇ ਤੇ ਰਾਕਸ਼ ਨੇ ਪਖੰਡੀਆਂ ਨੂੰ, ਐਵੇਂ ਰਾਵਣ ਕੁੱਟਦਾ ਸੀ ਰਿਸ਼ੀ ਮੁਨੀਆਂ ਨੂੰ, ਪਖੰਡੀਆਂ ਨੂੰ ਜਿਹੜੇ ਜਗ ਕਰਦੇ ਸੀ, ਸ਼ਕਤੀਆਂ ਕਹਿੰਦੇ ਤੇ, ਜੰਤਰ ਮੰਤਰਾਂ ਨੂੰ ਸ਼ਕਤੀਆਂ ਕਹਿੰਦੇ ਤੇ, ਰਾਕਸ਼ ਨਾ ਉਹ ਜਿਹੜੇ ਰਿਸ਼ੀ ਮੁਨੀ ਉਹਨਾਂ ਨੂੰ ਕਹਿੰਦੇ, ਜਿਹੜੇ ਚ ਪਾਉਂਦਾ ਸੀ ਵੀ ਦਿਖਾਓ ਸ਼ਕਤੀ ਹੁਣ ਤੁਸੀਂ, ਜਿਵੇਂ ਕੁੜੀ ਨੇ ਕੀਤਾ, ਉਹਦੇ ਖਿਲਾਫ਼ ਨੇ, ਉਹਨੂੰ ਰਾਕਸ਼ ਕਹਿੰਦੇ ਨੇ, ਤਾਂ ਕਹਿੰਦੇ ਨੇ ਅਸੀਂ ਵੀ ਰਾਕਸ਼ ਹਾਂ, ਕਹਿੰਦੇ ਸਾਨੂੰ ਵੀ ਦੇਵਤੇ ਨਹੀਂ ਇਹ, ਅਸੀਂ ਤਾਂ ਦੇਵਤੇ ਆਪੇ ਨਹੀਂ, ਦੇਵਤੇ ਰਾਕਸ਼ ਨਾਲੋਂ ਘਟੀਆ ਹੁੰਦੇ ਨੇ, ਰਾਕਸ਼ ਤਾਂ ਦੇਵਤੇ ਨੂੰ ਦੱਬੀ ਫਿਰਦੇ ਨੇ, ਉਹਦਾ ਮਿੰਤਾ ਕਰਦੇ ਫਿਰਦੇ ਨੇ ਚੱਡੀ ਦੀਆਂ, ਉਹਦਾ ਯਾਸ਼ੀ ਹੁੰਦੇ ਨੇ, ਦੇਵਤੇ ਯਾਸ਼ੀ ਨਹੀਂ ਸੰਤ, ਹੁਣ ਦੇਵਤੇ ਹੈ ਯਾਸ਼, ਇੱਧਰ ਵੀ ਯਾਸ਼ ਹੈ, ਪਰਿਆ ਨਹੀਂ ਚਾਹੁੰਦਾ ਉੱਥੇ। ਅਸਲ 'ਚ ਦੇਵਤਿਆਂ ਦੀ ਕਹਾਣੀ ਹੈ ਸਾਰੀ, ਉਹ ਆ ਜਿਹੜਾ ਚਰਿੱਤਰ ਸ਼ੁਰੂ ਹੋਇਆ ਨਾ ਤਰੀਆ, ਇੱਥੇ ਦੇਵਤਿਆਂ ਦੀ ਪੋਲ ਖੁੱਲਦੀ ਹੈ, ਇਹ ਵੀ ਦੇਵਤਿਆਂ ਦਾ ਹੀ ਹੈ ਨਾ ਪੰਡਿਤ,
ਇਹ ਜਿਹੜਾ ਧਰਮ ਪਖੰਡੀ ਧਰਮ ਹੈ, ਪਖੰਡਵਾਦ ਦੀ ਪੋਲ ਖੁੱਲਣੀ ਹੈ, ਉੱਪਰੋਂ ਥੱਲੇ ਤੱਕ ਪਖੰਡ ਹੈ, ਇਹ ਦੇਵਤਿਆਂ ਦਾ ਹੀ ਹੈ ਸਾਰਾ, ਇਹ ਸਾਰਾ ਇਹਨਾਂ ਦਾ ਹੀ ਹੈ ਦੇਵਤਿਆਂ ਦਾ, ਇਹ ਸਾਰੀ ਕ੍ਰੀਏਸ਼ਨ ਜਿਹੜੀ ਹੈਗੀ ਹੈ ਨਾ, ਹਿੰਦੁਸਤਾਨ 'ਚ ਹਿੰਦੂ ਮਤ ਹੈ ਨਾ, ਹਿੰਦੁਸਤਾਨ ਦੀ ਕਹਾਣੀ ਹੈ ਸਾਰੇ ਦੀ, ਜਗ੍ਹਾ ਜਗ੍ਹਾ ਸ਼ਹਿਰਾਂ ਦੇ ਨਾਂ ਲੈ ਕੇ ਧਰਮ ਦੇ ਨਾਂ 'ਤੇ ਇੱਥੇ ਕੀ ਹੋ ਰਿਹਾ ਸੀ, ਤੁਸੀਂ ਉਹਦੀ ਮੁਖਾਲਫਤ ਕਿਉਂ ਨਹੀਂ ਕੀਤੀ, ਕਿਉਂ ਨਹੀਂ ਬੋਲੇ, ਕੰਟਰੋਲ ਕਿਹਦਾ ਸੀ, ਇਹ ਆਹ ਕਹਾਣੀ ਹੈ। ਸਿੱਖਿਆ ਤਾਂ ਇਹ ਦੇਣੀ ਹੈ ਵੀ ਇਹ ਕਹਾਣੀ, ਇਹਨਾਂ ਦੇ ਜਵਾਬ ਮੰਗਿਆ ਵੀ ਜਵਾਬ ਕਿਉਂ, ਤੁਸੀਂ ਜਵਾਬ ਦਿਓ, ਜਵਾਬ ਮੰਗ ਨਹੀਂ ਸਕਦੇ ਅਸੀਂ ਵੀ ਤੁਹਾਡਾ ਹਿੰਦੂ ਮਤ ਰਾਜ ਹੈ, ਆਹ ਕੀ ਹੋ ਰਿਹਾ ਧਰਮ ਦੇ ਨਾਂ 'ਤੇ, ਕਿਉਂ ਹੋ ਰਿਹਾ, ਜ਼ਿੰਮੇਵਾਰ ਕੌਣ ਹੈ, ਕੰਟਰੋਲ ਕਿਹਦਾ ਹੈ, ਜੇ ਧਰਮ ਦਾ ਰਾਜ ਹੈ ਤਾਂ ਰਾਜ ਧਰਮ ਦੇ ਨਾਂ 'ਤੇ ਗਲਤ ਕੰਮ ਕਿਉਂ ਹੋ ਰਹੇ ਨੇ, ਇਹਦੇ ਖਿਲਾਫ਼ ਕੌਣ ਬੋਲੂ, ਅਰਬਾਂ ਖਰਬਾਂ ਰੁਪਈਏ ਤੁਹਾਡੇ ਚੜ੍ਹਦੇ ਨੇ ਕੁਇੰਟਲ ਸੋਨਾ, ਤੁਸੀਂ ਬੋਲਦੇ ਕਿਉਂ ਨਹੀਂ ਇਹਨਾਂ ਦੇ ਖਿਲਾਫ਼, ਆ ਜਿਹੜੇ ਆਸਾਰਾਮ ਦੂਏ ਤੀਏ ਜਿਹੜੇ ਰੋਜ਼ ਫੜ ਹੁੰਦੇ ਨੇ, ਤੁਸੀਂ ਕਿਉਂ ਸੀਆਈਡੀ ਰੱਖੋ ਇਹਨਾਂ 'ਤੇ, ਤਾਂ ਕਿ ਅਸੀਂ ਬਦਨਾਮ ਨਾ ਹੋ ਜਾਈਏ, ਤੁਸੀਂ ਵੀ ਤਾਂ ਬਦਨਾਮ ਹੋਵੋਗੇ, ਤੁਸੀਂ ਆਪਣੇ ਲੈਵਲ 'ਤੇ ਰੱਖੋ ਇਹਨਾਂ ਦੀ ਸੀਆਈਡੀ, ਬੀਜੇਪੀ ਰੱਖਦੀ ਇਹਨਾਂ ਦੀ ਸੀਆਈਡੀ, ਨਹੀਂ ਕੋਈ ਲੋੜ ਨਹੀਂ, ਪਬਲਿਕ ਨੂੰ ਨਾਲ ਜੋੜੋ, ਜਿਵੇਂ ਮਰਜ਼ੀ ਜੋੜੋ, ਜੋ ਮਰਜ਼ੀ ਕਰਦੇ ਰਹੋ, ਸਾਨੂੰ ਵੋਟਾਂ ਦਿਓ, ਗਲਤ ਆ ਹੈ, ਧਰਮ ਦਾ ਮਤਲਬ ਹੈ ਕੋਈ ਨਹੀਂ ਹੈ, ਸਵਾਰਥ ਦੀ ਗੱਲ ਹੈ ਸਾਰੀ, ਉਹ ਤਾਂ ਬੁਰਕਾ ਹੈ ਧਰਮ ਦਾ, ਤਾਂ ਉੱਤੇ ਪੰਡਤ ਤੋਂ ਲੈ ਕੇ, ਹੁਣ ਪੰਡਤ ਦੀ ਗੱਲ ਹੈ ਨਾ, ਪੰਡਤ ਤੋਂ ਲੈ ਕੇ ਜਦ ਪੰਡਤੇ ਕਰਪਟ ਹੈ, ਜਿਹੜਾ ਹੈੱਡ ਆਫ ਦੀ ਡਿਪਾਰਟਮੈਂਟ ਹੈ, ਜਾਂ ਰਾਜਾ ਕਿਹਾ ਨਾ ਪੰਡਤ ਨੂੰ, ਜਾਂ ਰਾਜਾ ਕਰਪਟ ਹੈ, ਹੁਣ ਥੱਲੇ ਪ੍ਰਜਾ ਦੇ ਆਉਣੇ ਨੇ ਜਿਹੜੇ, ਪ੍ਰਜਾ ਵੀ ਤਾਂ ਉਹੀ ਜਥਾ ਰਾਜਾ, ਦੂਜੇ ਚਰਿੱਤਰ ਪ੍ਰਜਾ ਵਾਲੇ ਆਉਣੇ ਨੇ, ਪ੍ਰਜਾ ਦੇ ਵਿੱਚ ਗਾਹਾਂ ਦੇ ਗਾਹਾਂ ਥੱਲੇ ਤੇ ਥੱਲੇ ਕੀ ਕੁਛ ਹੈ, ਨੀਵੇਂ ਤੇ ਨੀਵੇਂ ਅਖੀਰਲੇ ਪੱਧਰ ਤੱਕ ਜਾਣਾ ਪਊਗਾ, ਕੋਰ ਨਰਕ ਦੇ ਆਖਰੀ ਬੋਟਮ ਤੱਕ ਜਾਣਾ ਪਊ, ਥੱਲੇ ਤੱਕ ਕੀ ਹੈ, ਥੱਲੇ ਤੱਕ ਕੀ ਹੈ ਉਹ ਦੱਸਿਆ, ਐਂਡ ਤੱਕ, ਉਹ ਐਂਡ 200 ਜਿਹੜਾ 402 74 ਐਂਡ ਹੈ, ਥੱਲੇ ਬਿਲਕੁਲ ਆਖਰ ਉੱਥੇ ਤੱਕ ਫੋਲ ਕੇ ਦਿੱਤਾ ਸਭ ਕੁਛ, ਆਪ ਅਖੀਰ ਤੱਕ